सर जी उपर नवे आर्डर आ गए, पुलिस नूं फिट रहना पिया करना। पुलिस हुण कटरीना कैब बन जाए, पुलिस दी टौर तां ढिड नाल ही हुंदी है। जनाब आ गए। सर सर जय हिंद सर। जय हिंद। वाह, ईस्ट और वेस्ट, दिस प्लेस इज द बेस्ट। सच क्या सियाणे ने कि जो सुख छज्जू दे चवारे ओ ना बलख ना बुखारे। अखीर नु स्वाद आउंदा तां इत्थे आ के ही आउंदा। जे 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 साहब, तुहाडा बड़ा गूढ़ा प्यार लगदा इस जेल नाल। मास्टर ते फुफड़ च सिर्फ इन्ना के फर्क हुंदा कि दोहां दी सोचनी अड अड हुंदी है जी। मास्टर मां दा जीजा हुंदा ते फुफड़ प्यो दा। यही फर्क थोड़ी ते मेरी सोचनी च कि थोनूं इह जेल लगदी है ते जेलर जलौर सिंह जौल नूं इह अपना घर लगदा। ओ जरा सोचो ਵੀ ਜੇ ਇੰਨੀਆਂ ਇੰਨੀਆਂ ਤਨਖਾਹਾਂ ਲੈ ਕੇ ਵੀ ਤੁਹਾਨੂੰ ਇਹ ਜੇਲ੍ਹ ਲੱਗਦੀ ਆ, ਉਹਨਾਂ ਮਸੂਮਾਂ ਨੂੰ ਕੀ ਲੱਗਦੀ ਹੋਊ ਜਿਹੜੇ ਵਿਚਾਰੇ ਮੁੱਧ ਤਾਂ ਤੋਂ ਅੰਦਰ ਡੱਕੇ ਪਏ। ਇੱਕ ਜੇਲਰ ਹੋ ਕੇ ਤੁਸੀਂ ਆਪਣੇ ਕੈਦੀਆਂ ਨੂੰ ਇੰਨਾ ਪਿਆਰ ਕਰਦੇ ਹੋ। ਮੈਂ ਤਾਂ ਹੁਣ ਤੱਕ ਪੁਲਿਸ ਨੂੰ ਵਾਰ ਕਰਦੇ ਦੇਖਿਆ, ਪਿਆਰ ਕਰਦੇ ਤਾਂ ਪਹਿਲੀ ਵਾਰ ਦੇਖ ਰਿਹਾ। ਬਹਾਦਰ ਸਿੰਘ ਜੀ, ਸਰ ਮਾਂ ਆਪਣੇ ਜਵਾਕ ਨੂੰ ਸਿਰਫ 9 ਮਹੀਨੇ ਲਈ ਆਪਣੇ ਢਿੱਡ 'ਚ ਰੱਖਦੀ ਆ। ਦੇਖ ਲੈ ਮਾਂ ਦਾ ਬੱਚੇ ਨਾਲ ਕਿੰਨਾ ਪਿਆਰ ਪੈ ਜਾਂਦਾ, ਤੇ ਮੈਂ ਇਹਨਾਂ ਨੂੰ 19 ਸਾਲ ਅੰਦਰ ਰੱਖਿਆ। ਮੇਰਾ ਪਿਆਰ ਨਹੀਂ ਪਊ ਤੇ ਹੋਰ ਕੀ ਦਾ ਪਊ? ਸੌਰ ਦੇ ਅੰਦਰ ਪੈ ਪੈ ਰੜ ਗਏ, ਬਾਹਰ ਆਉਣ ਦਾ ਨਾਂ ਹੀ ਨਹੀਂ ਲੈ ਰਹੇ। ਹੋ ਸਕਦਾ ਮੇਰੇ ਵਾਂਗੂ ਹੋਰ ਵੀ ਬਹੁਤ ਸਾਰੇ ਆਫੀਸਰ ਹੋਣ ਜੋ ਕੈਦੀਆਂ ਨੂੰ ਪਿਆਰ ਕਰਦੇ ਹੋਣਗੇ, ਪਰ ਸ਼ੋਅ ਨਹੀਂ ਕਰ ਪਾਉਂਦੇ, ਕਿਉਂਕਿ ਸਾਨੂੰ ਟ੍ਰੇਨਿੰਗ ਦੌਰਾਨ ਇਹੀ ਤਾਂ ਸਿਖਾਇਆ ਜਾਂਦਾ ਕਿ ਆਪਣੀ ਸਕੀ ਘਰ ਵਾਲੀ ਨੂੰ ਵੀ ਪਹਿਲਾਂ ਸ਼ੱਕ ਦੀ ਨਜ਼ਰ ਨਾਲ ਵੇਖਣਾ, ਫਿਰ ਭਾਵੇਂ ਮਾੜੀ ਨੀਤ ਨਾਲ ਵੇਖੀ ਜਾਇਓ। ਖੈਰ, ਆਪਣੀ ਕਿਹੜਾ ਕੋਈ ਘਰ ਵਾਲੀ ਆ, ਇਸ ਕਰਕੇ ਮੈਂ ਆਪਣੀ ਵਾਈਫ ਦੇ ਹਿੱਸੇ ਦਾ ਪਿਆਰ ਵੀ ਇਹਨਾਂ ਕੈਦੀਆਂ 'ਚ ਵੰਡਦਾ ਰਹਿਣਾ। ਹਾਂਜੀ ਹਾਂਜੀ, ਤੁਸੀਂ ਵੀ ਇਹਨਾਂ ਸੌ ਕਾਲਡ ਕੈਦੀਆਂ ਨੂੰ ਆਪਣੇ ਮਾਮੇ ਭੂਆ ਫੁੱਫੜ ਦੇ ਮੁੰਡੇ ਸਮਝ ਕੇ ਪਿਆਰ ਕਰਨਾ। ਜੀ ਸਰ। ਸਰ, ਇਹਨਾਂ ਵਿੱਚੋਂ ਇੱਕ ਤਾਂ ਸੱਚੀ ਮੇਰੀ ਮਾਸੀ ਦਾ ਮੁੰਡਾ ਹੈ। ਸਰ, ਮੈਂ ਤੁਹਾਨੂੰ ਦੱਸਿਆ ਤਾਂ ਸੀ। ਓ ਵੈਰੀ ਗੁੱਡ, ਤੇ ਤੁਸੀਂ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਮਾਸੀ ਮਾਮੀ ਫੁੱਫੜ ਭੂਆ ਦੇ ਮੁੰਡੇ ਜੀ ਬਾਹਰਲੀਆਂ ਜੇਲ੍ਹਾਂ ਵਿੱਚ ਤੁਰੇ ਫਿਰਦੇ ਨੇ ਜੀ, ਉਹਨਾਂ ਦੀ ਟ੍ਰਾਂਸਫਰ ਇੱਥੇ ਕਰਾਓ ਸੋ ਦੈਟ ਵੀ ਕੈਨ ਮੇਕ ਦਮ ਫੀਲ ਐਟ ਹੋਮ। ਯੈਸ ਸਰ। ਵਾਹ ਸਰ ਵਾਹ। ਸਰ, ਜੇ ਆਬਾਦੀ ਦੇ ਮੁੱਦੇ ਦੇ ਹਿਸਾਬ ਨਾਲ ਸੋਚਿਆ ਜਾਏ, ਅੱਬਲ ਤਾਂ ਮਾਮਾ ਨੂੰ ਹੁਣ ਪੁੱਤ ਜੰਮਣੇ ਨਹੀਂ ਚਾਹੀਦੇ। ਜੇ ਮਾਮਾ ਪੁੱਤ ਜੰਮਣ ਤਾਂ ਸਰਦਾਰ ਬਹਾਦਰ ਸਰਦਾਰ ਜਲੌਰ ਸਿੰਘ ਜੌਹਲ ਵਰਗੇ ਜੰਮਣ। ਆਏ ਜਲੌਰ ਸਿੰਘ ਜੌਹਲ ਵਰਗੇ ਪੁੱਤ ਜੰਮਣੇ ਕਿਤੇ ਵਾਰ ਵਾਰ ਮਾਮਾ ਲਈ ਸੌਖੇ ਪਏ ਆ। ਮੈਨੂੰ ਪਤਾ ਮੈਨੂੰ ਇਸ ਦੁਨੀਆਂ ਤੇ ਲਿਆਉਣ ਲਈ ਮੇਰੀ ਮਾਂ ਨੇ ਕਿੰਨੀਆਂ ਘਾਲਣਾ ਘਾਲੀਆਂ। ਕੋਈ ਮੰਦਰ, ਕੋਈ ਗੁਰਦੁਆਰਾ, ਕੋਈ ਮਸੀਤ, ਕੋਈ ਡੇਰਾ ਨਹੀਂ ਛੱਡਿਆ ਕਿੱਥੇ ਮੇਰੀ ਮਾਂ ਨੇ ਨੱਕ ਨਾ ਰਗੜਿਆ ਹੋਵੇ। 21 ਸਾਲ ਮੇਰੀ ਮਾਂ ਔਲਾਦ ਨੂੰ ਤਰਸਦੀ ਰਹੀ, ਪੂਰੇ 21 ਸਾਲ। ਸਰ ਜੀ, ਫੇਰ ਫੇਰ ਜਦੋਂ 22 ਸਾਲਾਂ ਦੀ ਹੋਈ, ਫੇਰ ਉਹਦਾ ਵਿਆਹ ਮੇਰੇ ਪਾਪੇ ਨਾਲ ਹੋਇਆ, ਤਾਂ ਜਾ ਕੇ ਕਿਤੇ ਜੇਲ੍ਹ ਜਲੌਰ ਸਿੰਘ ਜੌਹਲ ਇਸ ਦੁਨੀਆਂ ਤੇ ਆਇਆ। ਸ਼ਟ ਅਪ। ਕੰਮ ਵੇਲੇ ਕੰਮ ਤੇ ਮਖੌਲ ਵੇਲੇ ਮਖੌਲ, ਤਿੰਨ ਜੱਜੇ ਕਦੇ ਨਾ ਭੁੱਲਿਓ। ਜੇਲਰ ਜਲੌਰ ਸਿੰਘ ਜੌਹਲ। ਸਰ ਜੀ, ਤੁਸੀਂ ਰੋਪ ਤੇ ਪਿਆਰ ਚ ਇੰਨਾ ਬੈਲੈਂਸ ਬਣਾ ਕੇ ਰੱਖਦੇ ਹੋ, ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਜੇਲ੍ਹ ਚੋਂ ਕਦੇ ਕਦੀ ਭੱਜਿਆ ਹੋਊ। ਤੁਲਸੀਦਾਸ, ਤੇਰੇ ਦੋਹੇ ਮੈਨੂੰ ਕਦੇ ਕਦੇ ਚੰਗੇ ਲੱਗਦੇ ਆ ਓਏ। ਓਏ, ਤੂੰ ਭੱਜਣ ਦੀ ਗੱਲ ਕਰਦੂ? ਭੱਜਣਾ ਤੇ ਦੂਰ ਦੀ ਗੱਲ ਆ, ਇਹ ਤਾਂ ਸਜ਼ਾ ਕੱਟਣ ਤੋਂ ਬਾਅਦ ਵੀ ਸੌਰਦਿਆਂ ਨੂੰ ਮਿਹਨਤਾਂ ਕਰ ਕਰ ਬਾਹਰ ਕੱਢਣਾ ਪੈਂਦਾ ਕਿ ਭਰਾਵੋ ਜਾਓ। ਜੇ ਇੱਥੇ ਅਸੀਂ ਐਕਸ ਕੈਦੀ ਵੀ ਰੱਖਣੇ ਸ਼ੁਰੂ ਕਰਤੇ, ਇਸ ਜਗ੍ਹਾ ਦਾ ਸਾਈਜ਼ ਇੰਨਾ ਵੱਧ ਜਾਣਾ ਕਿ ਸਾਨੂੰ ਜੇਲ੍ਹ 'ਚ ਸੈਕਟਰ ਕੱਟਣੇ ਪੈ ਜਾਣੇ ਆ, ਉਹ ਵੀ ਪੂਡਾ ਅਪਰੂਵਡ। ਹਾਂ, ਕੁਝ ਸਮਾਂ ਪਹਿਲਾਂ ਕੈਦੀ ਨੰਬਰ 107 ਨੇ 2-3 ਵਾਰੀ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ, ਪਰ ਜਿੰਨੀ ਪੈਰੀ ਗਿਆ ਸੀ ਓਨੀ ਪੈਰੀ ਮੁੜ ਕੇ ਇਹਨਾਂ ਪੈਰਾਂ ਤੇ ਗਿਰ ਕੇ ਕਹਿੰਦਾ ਜੀ ਪੈਰੀ ਪੈਣਾ। ਇੱਕ ਵਾਰੀ ਮਾਫ਼ ਕਰ ਦਿਓ ਬਸ, ਮੈਂ ਤੁਹਾਡੇ ਮੂਹਰੇ ਗੋਡੇ ਟੇਕ ਕੇ, ਹੁਣ ਤੇ ਇਹੀ ਮੇਰੇ ਸਹੁਰੇ ਤੇ ਇਹੀ ਮੇਰੇ ਪੇਕੇ, ਬਸ ਇਹ ਸਮਝ ਲਓ ਇਹ ਜਨਮ ਤੁਹਾਰੇ ਲਈ। ਵੈਸੇ ਤਰਸੇਮ ਜੀ, ਇੰਨੀ ਕੜਕਦੀ ਧੁੱਪ 'ਚ ਕਿਹੜੀਆਂ ਅੰਮ੍ਰਿਤਸਰੀ ਬੜੀਆਂ ਉੱਥੇ ਸਕਾ ਰਹੇ ਸੀ? ਰੋਟੀ ਖਾਣ ਤੋਂ ਬਾਅਦ ਮੈਂ ਸੈਰ ਕਰਦਾ ਹੁੰਦਾ ਜੀ। ਵਾਹ, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਉਸ ਇਨਸਾਨ ਨਾਲ ਗੱਲ ਕਰ ਰਿਹਾ ਜੋ 1.25 ਸਾਲ ਪਹਿਲਾਂ ਇੱਥੋਂ 2-3 ਵਾਰੀ ਭੱਜਣ ਦੀ ਕੋਸ਼ਿਸ਼ ਕਰ ਚੁੱਕਿਆ।
ते हुण अपनियां सारियां बैड हैबिट्स त्याग के इन्ना हैल्थ कॉन्शियस हो गया कि इस जगह नूं तनो मनो अपना चुकिया। जेलर जलौर सिंह जौल दा तैनूं अनऑफिशियली सलूट करन नूं जी कर रहा। ए की कर रहे जी? ना इह ते कुछ भी नहीं बेटे, मेरा ते हत्थ जोड़न नूं जी कर रहा। ना इदां ना करो जी। मैं मानदा कि पिछले 14 महीनों च तू कोई ऐसी पुट्ठी सीधी हरकत नहीं की, पर इस गल नूं भी अखों परोखे नहीं किया जा सकता कि जिस बंदे च एक बारी भजन वाला वायरस बढ़ जाए और दोबारा किसी वेले भी जाग सकता। वो तो है जी। है जी, मतलब तुसीं सही कह रहे हो। एक गल होर, अपने मन दे विच कदे भी ये फिल्मी फीलिंग नहीं लैके आउणी कि बरखुरदार दुनिया में ऐसी कोई जेल नहीं बनी जो तरसेम लाल को कैद रख सके। सो वड्डे वीर, ये कैद नहीं है, ये ओ अपाकी जगह जिथे तुसीं चरण पा के इस नूं भागण वाला बनाया। हाथ जोड़ के तुसीं मैनूं शर्मिंदा कर रहे हो जी। यही तो मैं चाहुंदा कि तुसीं शर्मिंदा होवो तां जो तुसीं मैनूं शर्मिंदा ना कर जाओ। इस वर्दी ते अज तक कदे कोई दाग नहीं लग्या ते मैं चाहुंदा अगों भी अल्ट्रा क्लीन ही रहे। हाँ, जिथों तक फैसिलिटीज का सवाल है, जो तुहानूं इत्थे चाहिए उहदे लई मैं हाजिर हाँ। 9 नंबर दे फ्लीट बूट लै दिओ जी। हाँ जी, सैर सुर करनो। तू 9 दी गल कर दूं, तैनूं 10 नंबर दे लै देंगे। जे कहे उत्थे रनिंग ट्रैक बना दिए भावें दिन रात भजी जाई। हुण तुसीं ट्रैक बनाओ चाहे ना बनाओ जी, पर तुहाडा क्या सिर मत्थे, हुण कह दिओ उत्थे ही भजणगे। जरनैल, ओ जरनैल, ओ तैनूं कुड़ी मिलन आई है। है मैनूं? ओ तैनूं बंदा मिलन आए, दूजे जरनैल नूं मिलन आई है। ले ले जरनैल, ओ जरनैल, ओ तैनूं कुड़ी मिलन आई है। अमन जरनैल, सब ठीक तो है? मेरा ब्याह तरता। ब्याह तरता? मैं डैडी नूं मनाउण दी बहुत कोशिश कीती पर नहीं मन्ने। ते तू मन गई? जदों दा तू अंदर होया मैं घर दिया दे नाल लड़दी रही हां। रिश्तेदार डैडी नूं अड मीणे मारदे कि तैनूं फेम दी तस्करी वाले मुंडा मिलिया सी। ते तू भी लोकां नाल रल गई? तू चंगी तरह जानदी मैं अजा कुछ नहीं कर सकदा, मैनूं फसाया गया। ते तू यह भी जानदी फसाया कीने? तू कदों तक मेरे भरा ते शक करदा रहेगा? लोकी तेरा नाम लैंदे ने, मैं किदा किदा मुंह बंद करा? तू मेरी हालत नहीं जानदा। ते मेरा मेरा की है जरनैल? मैं एक दिन इस जेल च यही सोच के कट रहे कि कदों मैं बाहर निकला ते कदों मैं तेरे नाल एक नवी जिंदगी की शुरुआत करा। मेरी एक सजा च मुक्की नहीं है, तू एक होर दे चली। मैनू माफ कर दे। नहीं, मैं नहीं माफ करता। तू जा एक बारी होर अपने डैडी नाल गल कर। बहुत देर हो चुकी है जरनैल, कल मेरा ब्याह है। ते तू मैनू अज दसना ही है? मैं मीना पहला भी दस देनी ते की कर लेना, भजा के ले जाता। नहीं ना, सगो दी जेल च बैठे रहे मेरे वांग तू रोज मरना सी। अज केड़ा तू मैनू जिंदा छड़ चली है? समझ ले तू वाली आई ठीक है। धोखा दे रही है तू मैनू, जिन्हें बाणी नहीं सी तां लाई क्यों सी मेरे नाल? जवाब दे मेरी गल दा, तू किसी होर नाल ब्याह नहीं करा सकती, तू मेरा जीना औखा करके नहीं जा सकती। जीना तो तू ना ही औखा है जरनैल, तेरा मेरे बगैर, मेरा तेरे बगैर किसी होर नाल। ख्वाब चूर चूर होने लगे, तू दूर गई सां दूर होने लगे, जोड़े सी जो ख्वाब चूर चूर होने लगे। कदी ना मुकण वाला, कदी ना मुकण वाला गम दे गई ए,
अखियां नू रोण दा कम दे गई अखियां नू रोण दा कम दे गई जिलर साहब की मजरा आशिक है इश्क दी बली चढ़ गया बड़ी दुख वाली कहानी है इसकी आज भी छेती आज ना क्यों काल मचा रखी है कितने जंज चढ़ना है जंज चढ़ना है ब्याली कुड़ी वेखण चले लेट हो रहे हैं ना ए दस मुंदरी केड़े विचोले नू पाउण लगे बचन चाची नू मैनू कह दिंदा कुड़ी लभण नू मैं तो दूध ही पवांदी रह गई मुंदरी तो बचनो लै गई ओ चाची ने कुड़ी इन्नी सोहनी लभी है ओनू मुंदरी की मैं पूरा सेट पवा दवा चल गुरपते चंगा जिउंदे रहो वीर जी मुंडे ने तो कुड़ी की फोटो वेख के ही हाँ करती सी बस हुण तो तुहाडे वल्लों हाँ दी उड़ीक है वैसे काका जी तुसी किन्ना क कमा लैंदे हो बाजी 30,000 रुपया बन जाता महीने का पांच मज्जां ने 50 किलो दुध देंदियां ने 2 किलो मैं पी जाना ते बाकी 50 किलो बिक जांदा जी पर काका जी 2 किलो दुध पी के तो फिर 48 बचना चाहिए तुसी 50 किवें बेच लेंदे हो ओ जी ओ एडजस्टमेंट हो जाती जी भाई दो जीए भावे जो जहाँ मर्जी हो पर मुंडा सचा सोचा है मुंडा तो हीरा है जी भावे माँ बाप तो बिना पलिया है पर एक भी ऐब नहीं है मुंडे च बाकी असी बैठे हैं ना काका जी थोड़ी कोई मांगता नहीं क्यों शर्मिंदा कर दियो जी मैं तो थोनू व्याह ते भी एक पैसा नहीं लाउण देना बचन करे भाई मैनू मुंडा पसंद कराओ फिर मुंह मिठा लो हुणे लो अब बीर करे आगे जी आगे बस आ रही हां मम्मी ना मन ले हा लंडू जई मुंडा लभया सी जेड़ा मैं रिश्ता दस्या सी ओ माड़ा तू एक नशेड़ी घट है घर च जेड़ा तेरी भैन नु भी नशेड़ी दे लड़ ला दिए ना नशे डंग मार दिया भैन नु अगला 7 किलियां दा मालिक आ आ दोजी कोल 7 ढोल नहीं होने दुध वाले तू नो आ रही हां जी पछाट आगे जी आगे बस आगे बलबीर भाई मैनू दा मुंडा बहुत चंगा लगा और फिर कर दिया रिश्ता पक्का हाँ जी हाँ जी मैनू दा मुंडा पसंद है ले काका कर मु बेटा भैन जी थानू भी बहुत बहुत मुबारका थानू भी बहुत बहुत बधाई है जी जरनैल जे तू कुड़ी ना कल्या 2 मिनट गल करनी तो कर ले क्यों जी हाँ जी हाँ जी सुख नाल क्यों नहीं वैसे मैं थोनू पसंद तो है ना जमा ही नहीं तुसी अरेंज्ड मैरिज लव मैरिज तो सुनिया ना की हुंदी है मैं अरेंज्ड मैरिज नहीं करवाना चाहती जेड़े मुंडे नू मैं जानती नहीं जिदे नाल मैनू प्यार नहीं मैं उदे नाल अपनी पूरी जिंदगी किवें कट सकती हाँ लोकी भी कटदे ही आ व्याह तो बाद प्यार भी हो जाता की गारंटी मैं तो अपनी गारंटी दे सकदा मैं तो हो जाऊ थोड़े नाल प्यार पर थोड़ा मैनू पता नहीं ता ही तो मैं व्याह नहीं करवाना चाहती जदों मैं किसी नाल प्यार हो जाऊँ मैं उदे नाल व्याह करा लूँ प्लीज़ तुसी डैडी जी नू मना कर सकते हो प्लीज़ मेरे तो सारे पिंड नू पता है मैं थोड़ी फोटो देख के डुल गया सी मैं हूँ मैनू नहीं पता जिमें डुले सी उवें अपने आप नू इकट्ठा करो प्लीज़ जान तो पहला ना बोल के जाओ पर काका जी हुणे तां तुसीं हाँ कीती सी आ 5 मिंटां च की हो गया मैनूं तां तुहाडी बेटी बहुत पसंद है जी ते मैं उहनूं गुआउणा नहीं चाहुंदा मैनूं किसे पंडित ने कहा सी तेरा पहला व्याह नहीं चलना दूजा चलू मैं सोच रहा सी
कि मैं पहला किसी होर नाल ब्याह करा लवां फिर इन्हां नाल करावां। बोलो ले जा इस पागल मुंडे नूं इत्थों, इहो जिहा मुंडा लभे सी मेरी कुड़ी लई। वीर जी मेरी गल तां सुनो, मैं कुछ नहीं सुनना, ले जा इहनूं इत्थों। जरनैल भाई कुड़ी वेखन गया सी, छुआरा लवा के आया कि नहीं है? नहीं यार, गल सिर नहीं चढ़ी। क्यों, किसी ने भानी मारती? किने? कुड़ी ने आप। की इन्ने सवाल ना कर भरावा, मैं पल नहीं सदमे च। चल चंगा चाचा। मैडम जी, ये तुसीं बड़ा चंगा कीता जिहड़ा बच्चियां दे स्कूल विच बजुर्गां नूं अंग्रेजी सिखाउणी शुरू कर दित्ती। मैं पंजाबी बाद विच सिख लूं, पहलां मैनूं अंग्रेजी पढ़नी लिखनी सिखा दो। अगले हफ्ते कनेडा तों मेरे पोता पोती ने आउणा, उन्हां मूहरे बुत बणिया खड़ा रहांगा। इन्नी छेती किवें सिखा दिए? मैं कड़ा अंग्रेजी नाल गतका खेडणा है जी, तुसीं मैनूं मेरे पोता पोती दे नां लैणे सिखा दो। इहो जिहे किहड़े नां ने दस्सीं जरा? सिलवेस्टर ते सुजैन। आही बोलण लग्गिया मैनूं चक्कर दी आ जांदे आ जी। ठीक है, एडमिशन फॉर्म भर के तुसी कल क्लास जा जाओ। हुण मेरी क्लास का टाइम हो गया, मैं लेट हो रही हूँ। ठीक है जी। ओके जी, चल काका। चलो फिर हुण अगे वधदे आ। एम फॉर मंकी, मंकी माने बिल्ली। बिल्ली नहीं बांदर। जे आई रहा ना पूरी जिंदगी तुसी लोकां नूं इंग्लिश नहीं आनी। जिंदगी च हुण गोडे रह गए बीबी। सत श्री अकाल जी। सत श्री अकाल, तुसी इत्थे? हाँ जी। उस तो बाद मैं बहुत सोचिया, तुसी सही हो। बंदे नू लव मैरिज ही करानी चाहिए या मैं थोड़े ना आना? थैंक यू जी, चंगा। ओ एक मिनट जी, थोड़ी किसी ने गाटी थी नहीं? मतलब? मेरे कहने का मतलब है लव मैरिज ले तुसी को मुंडा देखिया? उदले मुंडा देखना नहीं पैंदा, आप हो जांदा है। तुसी मनते हो ना, आप हो जांदा है। मैनू भी हो गया। की हो गया? मैनू लगदा मैनू भी प्यार हो गया जी। तुसी ठीक तां हो? इंज राह च खड़े हो कि मेरे नाल किहो जिहियां गल्लां कर रहे हो? आपां किते होर बह के कर लैने आ, थोड़े घरे जाके गल कर लैने। तुसी ना आपदे पिंड दे डॉक्टर तों आपदा इलाज करवाओ। मेरे पिंड दा डॉक्टर दा आप किसे कुड़ी दे चक्कर च फरनैल पी फिरदा है? उन्हें किसे दा इलाज की करना है? देखो जी, दुध पाउण वाले बंदे तो कहानियां ना पवाओ। सीधी सौखी गल ये कि मैनू थोड़े नाल प्यार हो गया। देखो जी, मैं एहो जी कुड़ी नहीं हैगी। 365 चलित्र नार ते यही बंदे नू मारते। उदन तुसी कह रहे सी कि मैं लव मैरिज करवानी है, अज तुसी कह रहे हो मैं एहो जी कुड़ी नहीं। की होया काका? कुछ नहीं बाबा जी, दुध दा हिसाब कर रहे सी। कर ला पुत, एक बयान ते टिकना चाहिदा है। हाँ, मैं लव मैरिज उदे नाल कराऊं ना जिदे नाल मैनू प्यार हो। ते मेरे नाल कर लो प्यार, मैं केड़ा फटिया दुध बेचदा। मैडम, स्टूडेंट्स वालों थानू कोई परेशानी तो नहीं आ रही? नहीं मैम, सारे स्टूडेंट्स बहुत वधिया ने। गुड। प्रिंसिपल मैडम स्कूल च दुध लवाया जी? नहीं तो क्यों? बाहर एक दूजी आया जी। दूजी की करन आया? मैं पढ़ना आया जी। मैं भी अंग्रेजी सीखनी है। आओ जी आओ, पर असी अंग्रेजी सिखाउण तो पहला पंजाबी सिखाई दिए। पंजाबी तो जी मेरे च कोट कोट के भरी हुई है। जम्मण तो बाद मुँह चो पहला अक्खर ही उड़ा निकले सी। ऐ समझ लो माँ बोलण तो पहला सी माँ बोली सीख ली सी। चलो मैं रजिस्टर च थोड़ा नाँ चढ़ा लेनी हूँ। की ना है थोड़ा? जरनैल। ओके जरनैल, प्लीज बैठो। चंगा जी। मैडम जी, दूजी नूं अंग्रेजी विच की कहंदी है जी? मैं दस्सदा जी, लवर।
अच्छा लो जी ये भी पता लग गया कि दूजी नू अंग्रेजी विच लवर कहंदे आ। अमन जी अमन जी अमन जी मेरी गल कुछ नहीं सुनना, ना मैं अरेंज मैरिज करानी ना मैं लव मैरिज करानी, तुसी मेरा पीछा छड्डो। हौली बोलो मैडम, क्यों मैनू स्कूलों कढ़ाओगे? लव मैरिज तुसी नहीं करानी, अरेंज मैरिज तुसी नहीं करानी, तीजी केड़ी मैरिज होंदी है? दस तो मैं उदी तैयारी कर लांगा। मैं केड़ा ना तुहाडे च इन्ना भी दिमाग होवे ना तां समझो मैं तुहाडे नाल व्याह नहीं कराना चाहुंदी। पर क्यों, की घाट है मेरे च? तुहाडे च पूरा की है? पढ़े लिखे तुसी हो नहीं, दिमाग तुहाडे च है नहीं, इस करके मैडम हुण तुहाडे जिन्ना दिमाग मैं कित्थों लै के आवां? तुसी पाईए दे भांडे च अद्धा किलो दुध पाउण नूं फिरदे हो, मात्र तां हुण इहो जिही है। मैनूं इहो जिहा मात्र नहीं चाहीदा। कौन आ जड़ा तेरी भैन नूं खड़ाई खड़ा? मैं कुछ कौन आ ही? कुत्ता कार मगर जिन्ना मर्जी भज ले विच सवार नहीं हो सकता। गल सुन ले मेरी, जे मेरा विआह अमन नाल ना होया ना तां अपने आ नशे पत्तियां दा इंतजाम आप कर ली। हाँ वीर, साढ़े पिंड आशकां दे पैंदियां बहुत ने। इज्जत माण तां आशकां दा किसे पिंड च नहीं हुंदा। वैसे मैं आशकी करन नहीं, एक मसला सुलझाउण लई आया सी। मसला तां मैं सुलझा दिंदा, इहनूं जाणदा कौण? नहीं जाणदा तैनूं इह वी नहीं, पर मैं फिर भी थोड़ी जाण पछाण करा दें। बिंदर इह उह मुंडा जिहड़ा मेरी भैण नूं देखण आया सी, ते इह उह मुंडा जिहदे नाल मेरी भैण दा विआह होणा। चल दिखी ना हुण, चल किक मार ते तुरदा बण। मोटरसाइकल नूं किक मारन नूं कहा सी। सॉरी वीरे, मैनूं लग्गिया तूं अपने मारन नूं कहा सी। मोटरसाइकल दा सेल्फ स्टार्ट है। जे फॉर जग, जग मणे जग। ਗੁਰਮੁਖੀ ਤੇ ਅੰਗਰੇਜ਼ੀ ਨੇੜੇ ਤੇੜੇ ਨੀ? ਨੇੜੇ ਤੇੜੇ ਲੱਗਦੀਆਂ ਨੇ। K for kite, kite ਮਾਣੇ ਪਤੰਗ। L for lover, lover ਮਾਣੇ ਦੋਜੀ। ਮੈਡਮ ਅੱਜ ਲਵਰ ਨਹੀਂ ਆਇਆ। ਆ ਦੋਜੀ ਤੋਂ ਯਾਦ ਆਇਆ, ਅੱਜ ਸਾਡੀ ਮੱਝ ਬਿਮਾਰ ਹੋ ਗਈ, ਦੁੱਧ ਨਾ ਦਵੇ। ਅੱਛਾ, ਮੈਂ ਡੈਰੀ ਤੇ ਦੁੱਧ ਲੈਣ ਲਈ ਜਾਣ ਲੱਗਿਆ ਨਾ, ਮੇਰੀ ਘਰ ਵਾਲੀ ਕਹਿੰਦੀ ਤੁਸੀਂ ਨਾ ਸਕੂਲ ਜਾਓ, ਮੈਂ ਆਪੇ ਕਿਸੇ ਲਵਰ ਨੂੰ ਖੜਾ ਕੇ ਦੁੱਧ ਪਵਾ ਲੂੰਗੀ। ਫਿਰ ਪਵਾ ਲਿਆ। ਤੁਸੀਂ ਤਿੰਨ ਦਿਨਾਂ ਤੋਂ ਸਕੂਲ ਕਿਉਂ ਨਹੀਂ ਆਏ? ਹਾਂਜੀ ਮਾਸਟਰ ਨੀ ਠੀਕ ਨਹੀਂ ਹੈ ਜੀ, ਖਾਣ ਨੂੰ ਪੈਂਦੀ ਹੈ, ਨਾ ਕਟਾਉਣਾ ਹੈ ਸੀ ਆਦ। ਸੌਰੀ, ਉਸ ਦਿਨ ਮੈਂ ਥੋੜ੍ਹਾ ਜ਼ਿਆਦਾ ਬੋਲ ਗਈ। ਨਹੀਂ ਨਹੀਂ, ਤੁਸੀਂ ਕਿੱਥੇ ਜ਼ਿਆਦਾ ਬੋਲੇ ਸੀ, ਤੁਸੀਂ ਤਾਂ ਸੰਖੇਪ ਸਾਰ 'ਚ ਗਾਲਾਂ ਹੀ ਕੱਢੀਆਂ ਸੀ। ਮੈਂ ਗਾਲਾਂ ਕਦੋਂ ਕੱਢੀਆਂ? ਮੈਂ ਸਿਰਫ ਇੰਨਾ ਕਿਹਾ ਥੋੜ੍ਹਾ ਜਿਹਾ ਦਿਮਾਗ ਘੱਟ ਹੈ। ਲੈ ਫੇਰ ਕਿਹੜਾ ਮੈਡਲ ਦੇਤਾ, ਵੈਸੇ ਮੈਂ ਸੌਂ ਖਾ ਲਈ ਹੈ, ਹੁਣ ਦਿਮਾਗ ਵਧਾ ਕੇ ਰਹੂੰ ਆਪਦਾ। ਤਿੰਨ ਚਾਰ ਥਾਵਾਂ 'ਤੇ ਗੱਲ ਚੱਲ ਰਹੀ ਮੇਰੀ ਦਿਮਾਗ ਨੂੰ ਲੈ ਕੇ। ਰੀਲੀ ਸੌਰੀ, ਮੈਨੂੰ ਵੀ ਵਧੀਆ ਨਹੀਂ ਲੱਗ ਰਿਹਾ, ਤੁਸੀਂ ਭੁੱਲ ਜਾਓ ਪਲੀਜ਼। ਮਸਾਂ ਮਸਾਂ ਤਾਂ ਕੁਛ ਰੱਟਿਆ ਸੀ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਭੁੱਲ ਜਾਂਦੇ ਹਾਂ। ਅਤੇ ਹੁਣ ਆਪਾਂ ਦੋਸਤ? ਮਾਫ ਕਰਤਾ ਇੰਨਾ ਬਹੁਤ ਨਹੀਂ, ਹੁਣ ਦੋਸਤੀ ਕਾਹਦੀ? ਪਰ ਤੁਸੀਂ ਤਾਂ ਕਿਹਾ ਸੀ ਉਸ ਦਿਨ ਕਿ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ। ਉਹ ਪੁਰਾਣੀ ਗੱਲ ਹੈ ਮੈਡਮ, ਦੁੱਧ ਜਦੋਂ ਪਿਆ ਪਿਆ ਫਟ ਜੇ ਪਨੀਰ ਬਣ ਜਾਂਦਾ, ਅਤੇ ਪਨੀਰ ਹੁੰਦਾ ਮਹਿੰਗਾ। ਹੁਣ ਮੈਂ ਫਟ ਚੁੱਕਿਆ ਅਤੇ ਆਪਾਂ ਹੋ ਗਏ ਮਹਿੰਗੇ, ਹੁਣ ਨਹੀਂ ਤੁਹਾਡੇ ਹੱਥ ਆਉਂਦੇ। ਕਾਕਾ ਜੀ ਹਾਲੇ ਦੁੱਧ ਦਾ ਹਿਸਾਬ ਮੁੱਕਿਆ ਨਹੀਂ? ਮੁੱਕ ਗਿਆ ਬਾਬਾ ਜੀ, ਸਭ ਕੁਛ ਮੁੱਕ ਗਿਆ। ਚੰਗਾ ਜੀ,
सत श्री अकाल। ओ मैं क्या जी, सत श्री अकाल। यारी जट दी तूत दा मोछा कदे ना विचालों टुट दे। क्यों मैडम जी? जिथे तकर गल पहुंच गई है जट दी, अजे भी अरेंज मैरिज है या फिर लव? ए दिल तेरा होया धड़कन छड़ के, तेनु इश्क करूं मैं जिंदगी तो वध के। ए दिल तेरा होया धड़कन छड़ के, तेनु इश्क करूं मैं जिंदगी तो वध के। मंगा हर वेले रब तो दुआवां, तेरी आई मैं साडे विच क्यों होवे, तेरे विच मैं होवां मेरे विच तू होवे। साहदा वी फासला साडे विच क्यों होवे, तेरे विच मैं होवां मेरे विच तू होवे। इक हो जे दोहा दा परछावां, तेरी आई मैं मर जावां। मेरा सरमाया है तू मेरी ही जागीरे, पिछले जन्म वाली तू यो मेरी ही रे। मेरा सरमाया है मैं तेरी ही जागीरा, पिछले जन्म वाली मैं यो तेरी ही रा। रांझा बन के तेरा प्यार मैं ही पावा, तेरी आई मैं मर जावा, तेरी आई मैं मर जावा। वीर जी, ये तो कुड़ी ते मुंडे दी आपस च शरारत सी, जिस करके रिश्ता हुंदे हुंदे रह गया सी। भुल चुक, माफ जी। ले पुत्तर जी, गलती तो साडी थी दी, तुसी क्यों माफ़ी मांगते हो? गुरी पुत्तर जा अंदरों जाके नवा तौलिया लेके आ, मुंडे दे छुआरा लाइए। नवा तौलिया है नहीं करे। पुत्त कोई ना, तू जाके कोई धोता होया ही ले आ, जा तो सही। कोई ना, तुसी कराओ तो सही इहदे नाल विआह, इत्थे तां दाज दा परचा मैं पवाऊं। देखो पुत्तर जी, हुण तुसी कबीलदारी च पैणा ते इह शरारतां छड्ड के काम वल ध्यान दो। महंगाई पहले ही बहुत है ते व्याह तो बाद खर्चे भी वध जाने। खर्चे जिन्ने मर्जी वधी जाने, पानी तो मुफ्त च ही आना। मतलब? व्याह दा मतलब ही एडजस्टमेंट है जी, ते आपां करी जानी है। जिथे पहला 48 किलो दुध दा 50 हुंदा सी, उत्थे हुण 48 दा 50 हो जू। एडजस्टमेंट। पुत्त, व्याह दे 100 खर्चे होंदे ने, तेरा इन्ने क पैसे नाल सर जाओ। हाँ जी, मैं सार लेने जी, बस तुसी सारे इस एतवार की तैयारी रखियो, बाद च ना क्यों के दस्से नहीं। लै, एक कहो जी गल हुई पुत्र,
जे तू सदा ना भी देना आंदा असि तां भी आ जाना सी साडे लिए ते जेहो जे बलजीत ओहो जे तू ए पुत बिल्कुल जी ऑल आ जरा 50,000 है और चाहिए तो दसी संगी ना है थैंक यू वीरे अच्छे ती वो कोई चक्कर नहीं चंगा जी रोक ओए रोक हां जी जनाब आ टोल चुकी आ दूध सीगा जी वो मैं पाया माड़ा मोटा होगा जो चाहिए है तो ले लो चेक कर भाई जी जनाब होया की जनाब दस दे जनाब मिल गई जनाब आ देखो आ की है जी तू लई फिरदा है तेनू नहीं पता फीमा महाराज दी सौ जनाब मैं तो पता भी नहीं है कितों तू ही लैके आया होना नहीं तो प्या प्या दुध फीम बन गया फड़ो इन ठोको थाने जनाब चलो मेरी चल भाई पुलिस फड़ के लै गई थोड़े जरनैल नू हैं की हो गया फीम फड़ी गई है ओदे कोलों की बकवास कर रहे हैं जे मेरे ते नहीं यकीन तो जाके थाने देख लो आखे जी असी नशेड़ी नाल नीति व्यौणी आ बड़ा डेरे दा महंत लब्भे असी तुसी मेरी गल ते यकीन करो ए फीम मेरी नहीं है रखाई गई है असी तैनू एक बहुत वधिया मुंडा समझदे सी जरनैल चंगा होया व्याह तो पहला ही सच्चाई सामने आ गई चल अमन अमन मेरे ते भरोसा कर मैनू फसाया गया पर कौन फसाऊगा तेनू मैनू नहीं पता पर मैं बेकसूर हाँ जिदण कानून तेनू बेकसूर कहूगा ना उदण असी मनांगे कि तू बेकसूर है अमन सुनिया नहीं तेनू चल अमन तू अमन दूर गई अमन मेरी गल तो सुन अमन दूर होने लगे जोड़े से जो ख्वाब चूर चूर होने लगे मार के तू जीन दी कसम दे गई ए अखियां नू रोण दा कम दे गई ए अखियां नू रोण दा कम दे गई दस्या जेलर साहब ने यार बड़ी माड़ी हुई तेरे नाल कदों वे अमन दा अमन नहीं है ना तू की पट लेंगे जान के नहीं मैं तो जेलर साहब कह रहे से भी पूछ के दस जे वो कुछ कर सकन ता एदा कल नु कुछ नहीं करना जेलर ने तेनू आप ही करना पैना भज जा जेल चो मैं पहले ही बहुत दुखी हाँ भरावा तू जा इत्थों मैं सच्ची कह रहा हाँ मैं भजन लई जेल च सुरंग पट्टिया जे तू कहने तो दोवें तित्तर हो जाने अज रात तू तो दो बारी पहला भी तित्तर होने लगा सी की बनया 6 महीने की सजा 2 साल की करा के बह गया जे महल्ले चो बस चिंतपूर्णी जाती हो तो जो बंदा माता नहीं भी मानता वह भी बस च बह जाता
ਕੀ ਚੱਲ ਸਾਡਾ ਕੀ ਅਸ ਤਾਂ ਸੀਟ ਤੇ ਪੈਣਾ ਉਹ ਤੈਨੂੰ ਜੇਲ੍ਹ ਚੋਂ ਭੱਜਣ ਲਈ ਪੱਟੀ ਪਟਾਈ ਸੁਰੰਗ ਮਿਲ ਰਹੀ ਹੈ ਤੂੰ ਐਵੇਂ ਹੀ ਚੌੜਾ ਹੋਈ ਜਾਂਦਾ ਨਾ ਬੈ ਮੈਂ ਤਾਂ ਭੱਜ ਹੀ ਜਾਣਾ ਮੇਰੇ ਵੱਲੋਂ ਤੂੰ ਭਾਵੇਂ ਹੁਣ ਭੱਜ ਜਾ ਚੰਗਾ ਹੋਇਆ ਤੇਰੀ ਮਸ਼ੂਕ ਤੈਨੂੰ ਛੱਡ ਕੇ ਚੱਲ ਗਈ ਠਹਿਰ ਜੇ ਤੇਰੇ ਨਾਲ ਮਾੜੀ ਨਾ ਹੋ ਜਾਂਦੀ ਨਾ ਤੇਰੇ ਕੂਣੀ ਮਾਰਨੀ ਸੀ ਮੈਂ ਆਪਣਿਆਂ ਤੋਂ ਦੂਰ ਹੁੰਦਾ ਦੁਖੀ ਹੁੰਦਾ ਮੈਨੂੰ ਪਤਾ ਤੜਫੇਗਾ ਜਿਵੇਂ ਮੈਂ ਆਪਣੇ ਮੁੰਡੇ ਤੋਂ ਬਿਨਾਂ ਤੜਫਦਾ ਜੇ ਅਮਨ ਦਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਸਮਝੇ ਤੂੰ ਨਹੀਂ ਤੜਫਦਾ ਉਹ ਮੈਨੂੰ ਧੋਖਾ ਦੇ ਕੇ ਗਈ ਹੈ ਦੇਖ ਤਰਸੇਮ ਲਾਲ ਤੈਨੂੰ ਤੇਰੀ ਚਿੰਤਪੂਰਨੀ ਵਾਲੀ ਮਾਤਾ ਦਾ ਵਾਸਤਾ ਮੈਨੂੰ ਬਖਸ਼ ਦੇ ਠੀਕ ਹੈ ਜਾ ਜਾ ਮੈਂ ਤਾਂ ਨਹੀਂ ਆਇਆ ਤੇਰੇ ਕੋਲ ਤੂੰ ਹੈ ਉਹ 112 ਵੀਰੇ ਗੱਲ ਤਾਂ ਸੁਣ ਉਸ ਕੁੜੀ ਵੱਲੋਂ ਵੀ ਸੋਚ ਕੇ ਵੀਰ ਲੋਕ ਆਪਣੇ ਜਵਾਈ ਬਾਰੇ ਮਾਣ ਨਾਲ ਕਹਿੰਦੇ ਵੀ ਸਾਡਾ ਜਵਾਈ ਬਾਹਰ ਰਹਿੰਦਾ ਤੇਰੇ ਬਾਰੇ ਕੀ ਕਹਿਣਗੇ ਸਾਡੇ ਜਵਾਈ ਜੀ ਅੰਦਰ ਰਹਿੰਦੇ ਨੇ ਹੁਣੀ ਹੈ ਯਾਰ ਉਹਦੀ ਕੋਈ ਮਜਬੂਰੀ ਵੀਰੇ ਪਿਆਰ ਨਸੀਬ ਵਾਲਿਆਂ ਨੂੰ ਮਿਲਦਾ ਆਲਸ ਨਾ ਕਰ ਮੈਂ ਤੇਰੇ ਪਿੱਛੇ ਕਿਵੇਂ ਹੋ ਲਵਾਂ ਤੈਨੂੰ ਤਾਂ ਸ਼ੌਂਕ ਹੈ ਭੱਜਣ ਦਾ ਸ਼ੌਂਕ ਨਹੀਂ ਹੈ ਬਾਈ ਮੈਂ ਆਪਣੇ ਮੁੰਡੇ ਨੂੰ ਮਿਲਣ ਲਈ ਭੱਜਦਾ ਮੇਰੀ ਘਰਵਾਲੀ ਦੇ ਗੁਜ਼ਰਨ ਤੋਂ ਬਾਅਦ ਮੇਰੇ ਮੁੰਡੇ ਦਾ ਪਿਓ ਵੀ ਮੈਂ ਅਤੇ ਮਾਂ ਵੀ ਮੈਂ ਮੇਰਾ ਖੜੌਣਿਆਂ ਦਾ ਛੋਟਾ ਜਿਹਾ ਕਾਰੋਬਾਰ ਸੀ ਲੈ ਬਈ ਥੈਂਕ ਯੂ ਜੀ ਬਾਈ ਪੜੂਗਾ ਲਿਖੂਗਾ ਨੀ ਤਾਂ ਕਾਮਯਾਬ ਕਿਵੇਂ ਹੋਊਗਾ ਮੈਂ ਕਿੰਨਾ ਪੜਿਆ ਹੋਊ ਪਹਿਲੀ ਕੀਤੀ ਹੈ ਉਹ ਵੀ ਸ਼ਾਇਦ ਅੱਧੀ ਪਰ ਐਡਾ ਖੜਾਉਣਿਆਂ ਦਾ ਕਾਰੋਬਾਰ ਚਲਾਈਦਾ ਅੱਜ ਦੀ ਡੇਟ 'ਚ ਪੂਰਾ ਸਕਸੈਸਫੁਲ ਹਾਂ ਡੈਡੀ ਸਕਸੈਸਫੁਲ ਹੁੰਦਾ ਤੁਸੀਂ ਤਾਂ ਕਹਿੰਦੇ ਸੀ ਇਹਨੂੰ ਪੰਜਾਬੀ ਨਹੀਂ ਆਉਂਦੀ ਤਾਂ ਅੰਗਰੇਜ਼ੀ ਐਡੀ ਵਧੀਆ ਬੋਲਦਾ ਹੈ ਇਹਨਾਂ ਨੇ ਸਿਖਾਈ ਹੋਣੀ ਨਾ ਟੀਵੀ 'ਚੋਂ ਸਿੱਖਿਆ ਗਾ ਜੋ ਸਕੂਲ ਨਹੀਂ ਸਿਖਾਉਂਦੇ ਉਹ ਟੀਵੀ ਵੇਖ ਕੇ ਸਿੱਖ ਜਾਂਦਾ ਜੀ ਆਪਾਂ ਐਵੇਂ ਫੀਸ ਭਰਦੇ ਫਿਰਦੇ ਬੇਟਾ ਅਗਲੀ ਵਾਰੀ ਨਾ ਕੇਬਲ ਵਾਲੇ ਨੂੰ ਦਿਆਂਗੇ ਸਕੂਲ ਦੀ ਫੀਸ ਜਿਨ੍ਹਾਂ ਦੇ ਮਾਂ ਪਿਓ ਇਹੋ ਜਿਹੇ ਹੋਣ ਤੁਸੀਂ ਆਪ ਸੋਚੋ ਉਹਨਾਂ ਦੇ ਬੱਚੇ ਕੀ ਕਰਨਗੇ ਬੱਚੇ ਜੋ ਮਰਜ਼ੀ ਕਰਨ ਭੈਣ ਜੀ ਪਰ ਮੈਂ ਇੰਨਾ ਜਾਣਦਾ ਮੈਂ ਕੁਝ ਵੀ ਵੇਖ ਸਕਦਾ ਮੈਂ ਇਸ ਬਿਨ ਮਾਂ ਦੇ ਬੱਚੇ ਦੀ ਅੱਖਾਂ 'ਚ ਹੰਝੂ ਨਹੀਂ ਦੇਖ ਸਕਦਾ ਇਹ ਜਦੋਂ ਜੰਮਿਆ ਸੀ ਨਾ ਤਾਂ ਰੋ ਰਿਹਾ ਸੀ ਮੈਂ ਦਾਈ ਦੇ ਵੀ ਦੋ ਜੜਤੇ ਨਹੀਂ ਮੈਂ ਨਹੀਂ ਦੇਖ ਸਕਦਾ ਤੁਝੇ ਰੋਤੇ ਨਹੀਂ ਮੈਂ ਨਹੀਂ ਦੇਖ ਪਿਆਰ ਹੈ ਕੋਈ ਸਕੀਮ ਥੋੜੀ ਚੱਲੀ ਜਿਹੜੀ ਬੰਦ ਹੋ ਜਾਊ ਤੇਰੀ ਇੰਨੀ ਹਿੰਮਤ ਤੂੰ ਠਾਣੇਦਾਰ ਨੂੰ ਥੱਪੜ ਮਾਰਿਆ ਤੈਨੂੰ ਦਿਸਦਾ ਇੱਦਾਂ ਕਿਵੇਂ ਅੱਖਾਂ ਟੱਡ ਕੇ ਵੇਖ ਰਹੇ ਹੋ ਮੈਂ ਹੁਣੇ ਪ੍ਰਗਟ ਹੋਇਆ ਚੀਚਾ ਜੀ ਥੱਪੜ ਮਾਰਨ ਤੋਂ ਪਹਿਲਾਂ ਇੱਕ ਵਾਰ ਦੇਖ ਤਾਂ ਲੈਂਦਾ ਹੀ ਬੰਦਾ ਕੌਣ ਆ ਛੋਟੇ ਜਵਾਬ 'ਚ ਉਹਨੇ ਮੋਟਰਸਾਈਕਲ ਮਾਰਿਆ ਤੂੰ ਉਹਨੂੰ ਬੰਦਾ ਕਹਿ ਰਹੇ ਕਿਵੇਂ ਹੋਇਆ ਬੰਦਾ ਬੰਦਾ ਕਿਵੇਂ ਹੋਇਆ ਠੀਕ ਹੈ ਹੁਣ ਮਾਫ਼ੀ ਮੰਗ ਲਿਓ ਐਸ ਐਚ ਓ ਸਾਹਿਬ ਤੋਂ ਭੀਮ ਚੰਦ ਮੋਟਰਸਾਈਕਲ ਉਹਨੇ ਮਾਰਿਆ ਮਾਫ਼ੀ ਉਹ ਮੰਗੇ ਮੈਂ ਦੇ ਵੀ ਦਿਓ ਉਹ ਇਹਦਾ ਕੁਛ ਨਹੀਂ ਹੋ ਸਕਦਾ
एसएचओ ते थप्पड़ मारया तू कट्टो कट 5-6 महीने ले अंदर जाएगा डैडी ओ पुत ओही बोली जांदे है मैं इन्ने पुलिस वाले देखे लोकां दे थप्पड़ मार दे ओ कोई अंदर गया नहीं ना आपा की जाई अंदर फिर ओ पढ़ाण लई डराउंदे हुंदे है ना बस ओही तैनूं डराई जांदे है तू पढ़या कर ठीक है जदों इहदी मां जिंदा सी तू ओहनां नूं चैन ना जाउण दित्ता कट्टो कट इहनूं तां चैन ना जाउण दे दे इहदे अगे सच नूं सच रहण दे पुत प्यो तों बिना जीणा सिख लै हुण इहने तां आई छड़ जाणा चलो हुण हां चलो जाने कित्थे मैनूं नाल लैके जाओ जीजा जी मेरा तो जी करता थोड़ी थां ते मैं अंदर आ जा ते आ जा फिर नहीं पर ये तो फैसला कल जज दूगा ना भी किन्ने दिन लई होर अंदर रहना पैना मैं जिथे रहना यार मेरे बिना सो किवें मैनू आज छड़ना पैना जवाक नू मेरे बिना नींद नहीं आनी तू जवाक नू छड असी तेरिया नींदरा किवें उड़ाने तू ये देख मैं थप्पड़ मारे ना मेरे थप्पड़ मार लै जवाक तू माफी मांग लै साहब नंबर टक्या रहा टक्या तैनू लंबा अंदर भेजू मैं डैडी तू फिर डर गया ਕਿਹਦਾ ਪੁੱਤ ਹੈ ਤੂੰ ਸ਼੍ਰੀ ਤਰਸੇਮ ਲਾਲ ਜੀ ਦਾ ਬਸ ਫਿਰ ਡਰਨ ਦੀ ਲੋੜ ਹੀ ਨਹੀਂ ਉਹ ਅੱਜ ਦੀ ਗੱਲ ਹੈ ਕੱਲ੍ਹ ਤਾਂ ਮੈਂ ਬਾਹਰ ਆ ਹੀ ਜਾਣਾ ਬਸ ਤੂੰ ਟਾਈਮ ਸਿਰ ਰਾਤ ਨੂੰ ਦੁੱਧ ਪੀ ਕੇ ਸੌਂ ਜੀ ਜੇ ਤੈਨੂੰ ਨੀਂਦ ਨਾ ਆਏ ਤਾਂ ਸਾਈਕਲ 'ਤੇ ਜਿੰਨੇ ਵੀ ਖੜਾਉਣੇ ਆ ਨਾ ਮਾਮੇ ਨੂੰ ਕਹਿ ਕੇ ਲਵਾ ਲਈ ਮਾਮਾ ਸਟੂਲ 'ਤੇ ਚੜ੍ਹ ਕੇ ਲਾ ਦੂਗਾ ਹੈ ਤੂੰ ਸਾਰੇ ਖਿਡੌਣੇ ਨਾਲ ਖੇਡੀ ਆਪਾਂ ਵੇਚਣ ਲਈ ਹੋਰ ਲੈ ਲਾਂਗੇ ਜਦ ਤਾਈਂ ਤੂੰ ਖੇਡਣਾ ਉਦ ਤਾਈਂ ਮੈਂ ਬਾਹਰ ਆ ਜਾਣਾ ਪੁਲਿਸ ਅਫਸਰ 'ਤੇ ਹੱਥ ਚੁੱਕਣ ਦੇ ਜੁਰਮ 'ਚ ਮੈਨੂੰ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ नहीं दुनिया दे ऐसी कोई जेल नहीं जो तेरे डैडी नू बंद कर सके इतने साल तो तेरे डैडी बाहर ही सी ना जे जे कोई जेल होती तो अंदर नू बंद तू रोका तो रे है मैंने जुकाम चल झूठा जुकाम में लेते नाक चो पानी आंदा आंदा नाक बंद कर दे अखा चो पानी आ फिर वादा कर पक्का आएगा ना पक्का है जुकाम जीती है पक्का बेटे नाल झूठा वादा किवें कर सकदा सी इस करके जेल चो भजण दी कोशिश कीती पड़े गया थोड़ी सजा हो रोजो थोड़ी थोड़ी ज्यादा देख वीर जे तू ना भजया तो मन का विह तो कल वैसे ही हो जाना जे तू भजन च कामयाब हो गया तो एक उम्मीद तो है वह विह तू रोक सके हाँ फैसला तेरे हाथ है ਭੱਜਣਾ ਕਦੋਂ ਹੈ ਜਿਵੇਂ ਚੰਨ ਚੜੂ ਆਪਾਂ ਚੰਨ ਚੜ ਦਿਆਂਗੇ ਅੱਜ ਰਾਤ ਰਾਤ ਨੂੰ ਬੈਰਕਾਂ ਦੇ ਬਾਹਰ ਜਿੰਦੇ ਲੱਗੇ ਹੁੰਦੇ ਨੇ ਆ ਕੇ ਚੱਪਲ ਨਾ ਜਿੰਦੇ ਤੋੜੇ ਆ ਕਿੱਥੋਂ ਲੈ ਕੇ
और जे तरसेम लाल 30 फुट लंबी सुरंग पट सकता है तो 30 सूद की चाबी नहीं बना सकता। दसा नूह की कमाई है नाल एक नहीं चार इनिया कैदियों ने चार बैरक है पतंदरों का पता नहीं कि बैरक ना जिंदा ला दें बस चार बना लिया जो मैं अपनी बैरक खोलूँ तेरी भी खोल दूँ चलता ना दिमाग चलता यही जे तो इश्क किया होंगे पौरा नहीं सी चलना हाँ हूँ तो इतना खड़ौने बेचे भरा कदे खेडे नहीं ये तो जिंदगी ने खेडन लाता चलो चलो भी जेलर साहब ने फलन कराया चलो परम सत्कार योग कैदियों असी दिलों थोड़े शुक्र गुजार हाँ कि तुसी साड़ी एक सीटी दे सारे कठे हो जान्दे हो प्यारे वीरो जिवे कि थानू पता ये नहीं पता कि कल 13 अप्रैल है ते आज 12 ते थोड़ा होर पिछन शुरू हो जाना सी 1 अप्रैल तो ओ इन्हां नू जंत्री नहीं पढ़ाउणी कम दी गल कर कम दी गल ए है कि हर साल दी तरह इस बार भी असी बैसाखी का शुभ त्योहार बड़ी धूमधाम नाल मना रहे हां प्यारे वीरो साडे परम सत्कार योग जेलर साहब दे करे पावे कोई मर रहा होवे पर इन्हां नू कोई भी दिन त्योहार थोड़े नाल मनाए बगैर सार नहीं आंदा इसलिए कल बैसाखी दे शुभ दिहाड़े ते साडे मान योग जेलर साहब थोड़े सारियां दे सामने एक रंगारंग प्रोग्राम पेश करनगे ओए मैं अरेंज करना स्टेज ते आप लुटियां नहीं पाउणियां नाले रंगारंग दा की मतलब है इत्थे सनी लियोन ने आउणा रंजीत बाबा ने गाउणा रंगारंग दी बजाय सभ्याचारक कहना सी अनाउंसमेंट भी नहीं करनी आउंदी सर आप ही कर लो फिर चल पिछे हट प्यारे कैदी वीरो साडे पंजाबियों लई बैसाखी किन्नी महत्ता रखदी आ इस बारे असी सारे पली पाती जानते हैं ये शुभ अवसर से साडे जेल मंत्री जो साडे इलाके दे MLA ने श्री सतपाल जी मंडहेर साडियां खुशियां विच होर वादा करना आ रहे ने इस तो भी बड़ी खुशी की गल यह है कि वह बैसाखी के मौके पर सारे कैदी वीर एक बहुत बड़ा तोहफा देन जा रहे ने जेलर जलौर सिंह जोल जिंदाबाद जेलर जलौर सिंह जोल जिंदाबाद जेलर जलौर सिंह जोल जिंदाबाद जिंदाबाद भाई जिंदाबाद 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 जोर से बोलो जिंदाबाद जिंदाबाद सुने जिंदाबाद जिंदाबाद मेरा सालो जगराता जेलर साहब वो तोहफा की है तो दसो यार सबर करो एक दिन का इंतजार नहीं कर सकते इतने 21 साल मेरी मां औलाद नूं तरसी नहीं पूरे 21 साल इनू कहंदे अनाउंसमेंट मैं किहड़ा ऑल इंडिया रेडियो च रहा मैं सब इंस्पेक्टर है ते मैं ही रेलवे स्टेशन ते अनाउंसमेंट करता रहा कि जम्मू से आने वाली झेलम एक्सप्रेस प्लेटफॉर्म नंबर 7 की बजाय अब 3 पे आएगी तेरिया इन्हां हरकतां करके कैदियों तो साडा डर चक्या गया सर मेरी एक गल तो सुन की गल सुना मैं तेरी शट अप We'll be right back.
कौन है? कपड़े खोने पैने अपन किसी तो नाले गड्डी रोकनी पड़ी है। बुग्गू ने मिलने की कॉल तो मैंने भी बहुत वारी गड्डी नंबर लुकल मुझे रोक लेंदा मौत पे जाती तेनू इदा हाथ ला के गड्डी नहीं रुकनी ये तो सड़क ते लाश बन के पहना पऊ फिर गड्डी रुकू तू पहला ये सोच ले जो आग कोल जाना है जो आग दी मां कोल कि गड्डी रोक दे कोई गड्डी चाड़ ना दे तेनू तू लोक ठीक है और लुक जा नहीं तो लगेगा तू बंदा मारिया और चुप करके पै जा ता ही मरिया लगेगा ਸਟੀਅਰਿੰਗ ਸਿੱਧਾ ਰੱਖ ਡਰਾਈਵਰ ਸਾਹਿਬ ਜਾਗਦਾ ਹੀ ਹੈ ਜਾਗਦਾ ਹੀ ਆ ਬਸ ਜਾਗਦੇ ਰਹੀ ਤੇਰੇ ਹੱਥ ਗੱਡੀ ਵਿਸ਼ਵਾਸ ਨਾਲ ਹੀ ਦਿੱਤੀ ਹੋਈ ਹੈ ਡਰਨਾ ਵੀਰੇ ਤੇਰਾ ਵਿਸ਼ਵਾਸ ਨਹੀਂ ਤੋੜਦਾ ਬਸ ਜਿੱਦਾਂ ਹੀ ਵਿਸ਼ਵਾਸ ਟੁੱਟ ਗਿਆ ਸਮਝ ਲੈ ਲੱਤਾਂ ਬਾਹਾਂ ਤੋੜਦੀਆਂ ਕਿਸੇ ਨੇ ਆਪਣੀਆਂ ਵੈਸੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਪਰ ਫਿਰ ਵੀ ਜੇ ਸੌਂ ਗਿਆ ਦੱਸਦੀ ਹਾਂ ਫਿਰ ਮੈਂ ਤਾਂ ਕੀ ਦੱਸਣਾ ਭਰਾਵਾ ਕੋਈ ਟਰੱਕ ਵਾਲੀ ਦੱਸੂ ਜਾਂ ਫਿਰ ਸਵੇਰੇ ਅਖਬਾਰਾਂ ਦੱਸਣਗੀਆਂ ਤੂੰ ਧਿਆਨ ਨਾਲ ਚਲਾ ਓਏ ਕੁੱਤਾ ਥੱਲੇ ਆ ਗਿਆ ਕੁੱਤਾ ਨਹੀਂ ਮੈਂ ਕੁੱਤਾ ਬੰਦਾ ਲੈ ਹੁਣ ਆਪਣੇ ਕੁੱਤੇ ਫੇਲ ਹੋਣਗੇ ਤੁਹਾਨੂੰ ਸੜਕ ਤੇ ਸੁੱਤਾ ਬੰਦਾ ਨਹੀਂ ਦਿਸਦਾ ਮਾਫ ਕਰੋ ਬਾਊ ਜੀ ਨੇਰਾ ਜ਼ਿਆਦਾ ਹੁਣ ਕਰਕੇ ਕੁਛ ਦਿਸੇ ਹੀ ਨਹੀਂ ਸਾਈਕਲ ਤੇ ਲਾਈਟ ਨਹੀਂ ਲਵਾ ਸਕਦਾ ਲਾਈਟ ਨੂੰ ਹੁਣ ਸਾਈਕਲ ਤੇ ਜਨਰੇਟਰ ਖਾ ਲਈਏ ਜੀ ਅਸੀਂ ਤੁਸੀਂ ਲਾਈਟ ਕਹਿੰਦੇ ਹੋ ਜੀ ਸਾਡੇ ਕੋਲ ਜਿੰਨੇ ਕੇ ਪੈਸੇ ਹੁੰਦੇ ਅਸੀਂ ਹਵਾ ਇੱਕ ਟਾਇਰ ਚ ਭਰਾਈ ਦੀ ਹੈ
गरीब बंदे दी हवा कटण वाले तां बहुत ने जी पर भरन वाला कोई कोई मिलदा है जी। ले ले स्वाद सड़क ते पैण दे, चलाउणा साइकिल ते ही चलदे आ। ना जी ना, साइकिल ना चक्को भाई जी, दो बंदिया दा सांझा साइकिल है जी, सड़क ते आ जांगे। तुसीं जिथे कहोगे दो नूं साइकिल ते बिठा के छड्डे आउंदे आ। इत्थे चार बंदे बिठाएगा, इत्थे समझ नहीं आ रहा दो वे किवें बैठे सी। मेरा कबाड़ ना बाऊ जी, असीं तां ना दे पल्लेदार हुंदे जी, पल्ले पल्ले कुछ नहीं हुंदा जी, साडे बोरियां टोटो के सी तां आप गट्टे जिड्डे जिड्डे रह गए जी। तीन रातां हो गईआं जी, असीं सुत्ते नहीं, कृपा करके तुसीं साइकिल ना लेके जाओ जी साडा। चल ठीक है, नहीं लेके जांदे, मेहरबानी जी। ਅਸੀਂ ਗੱਡੀ ਰੋਕਣੀ ਹੈ। ਹਾਂਜੀ, ਤੁਸੀਂ ਸੜਕ ਤੇ ਪੈ ਜਾਓ ਲਾਸ਼ਾਂ ਬਣ ਕੇ। ਚਲੋ ਵੈਸੇ ਵੀ ਜਿੰਦਾ ਲਾਸ਼ਾਂ ਹੀ ਆ। ਤਿੰਨ ਦਿਨਾਂ ਤੋਂ ਸੁੱਤੇ ਨਹੀਂ, ਮੈਨੂੰ ਤਾਂ ਲੱਗਦਾ ਤਿੰਨ ਦਿਨਾਂ ਤੋਂ ਬੋਲੇ ਨਹੀਂ। ਮਿੱਤਰਾਂ ਦੀ ਆਖੀ ਅੱਜ ਨਾਨਿਆ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਲਾਸ਼ਾਂ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨਹੀਂ ਲਾਸ਼ਾਂ। ਗਲਤ ਕਰਨਾ ਯਾਰ ਬਈ, ਸੱਚੀ ਲਾਸ਼ਾਂ ਆ ਮੁੜ ਪਏ ਨੇ। ਇਹੀ ਤਾਂ ਮੈਂ ਕਹਿ ਰਿਹਾ ਸੀ। ਆ ਜਾਓ ਵੀ ਥੱਲੇ ਆ ਜਾਓ। ਉਹ ਡਾਕੂ ਆ ਜਾਓ, ਆ ਜਾਓ। ਡਾਕੂ ਨਹੀਂ, ਅਸੀਂ ਮਜਬੂਰ ਹਾਂ। ਇੰਨੇ ਮਜਬੂਰ ਹਾਂ ਜੇ ਥੱਲੇ ਨਾ ਆਏ ਗੋਲੀ ਮਾਰ ਦਾਂਗੇ। ਹਾਂਜੀ, ਇਹ ਕਹਿੰਦੇ ਗੋਲੀ ਮਾਰ ਦਿਆਂਗੇ, ਇਹਨਾਂ ਕੋਲ ਪਿਸਤੌਲ ਤਾਂ ਹੈ ਨਹੀਂ। ਉਹ ਕੋਈ ਗੱਲ ਨਹੀਂ, ਮੈਂ ਹੁਣੇ ਗੱਲ ਕਰ ਲੈਂਦਾ। ਉੱਤਰ, ਚੱਲ ਚੱਲ ਉੱਤਰ। ਭਾਅ ਜੀ, ਤੁਸੀਂ ਕਹਿੰਦੇ ਗੋਲੀ ਮਾਰ ਦੋਗੇ, ਪਿਸਤੌਲ ਤਾਂ ਤੁਹਾਡੇ ਕੋਲ ਹੈ ਨਹੀਂ ਗੀ। ਆ ਪਿਓ ਤੇਰੀ ਮਾਂ ਨੇ ਮਾਰਿਆ, ਲਾ ਕੱਪੜੇ ਦਿਖਾਉਣਾ ਪਿਸਤੌਲ ਤੈਨੂੰ ਆਪਣੀ। ਲਾਸ਼ਾਂ ਘਰਾੜੇ ਨੀ ਮਾਰ ਰਹੀ ਆ। ਤਿੰਨ ਦਿਨਾਂ ਤੋਂ ਸੁੱਤੀਆਂ ਨੀ ਨਾ, ਨੀਂਦ ਪੂਰੀ ਕਰਕੇ ਮਰ ਜਾਣੀ। ਤੂੰ ਕਿਵੇਂ ਆ ਗਿਆ?
ਉਹ ਤੇਰੇ ਥਾਲੇ 6 ਮਹੀਨੇ ਹੋਰ ਪਏ ਸੀ। ਮੈਂ ਭੱਜ ਗਿਆ। ਭੱਜ ਕੇ? ਉਹ ਤੈਨੂੰ ਸ਼ਰਮ ਨਹੀਂ ਭੱਜ ਕੇ ਆਉਣ ਲੱਗਿਆ? ਸ਼ਰਮ ਆਈ ਤਾਂ ਹੀ ਤਾਂ ਰਾਤ ਨੂੰ ਲੁੱਕ ਕੇ ਭੱਜਿਆ। ਬੁੱਗੂ, ਨਾ ਕੀ ਲੋੜ ਸੀ ਜੇਲ੍ਹ ਤੋਂ ਭੱਜਣ ਦੀ? 6 ਮਹੀਨੇ ਹੋਰ ਨਹੀਂ ਸੀ ਰੁਕ ਸਕਦਾ। ਤੁਸੀਂ ਤਾਂ ਐਂ ਤੱਤੇ ਹੋਈ ਹੈ ਨਿਓ ਜਿਵੇਂ ਐਫਡੀ 6 ਮਹੀਨੇ ਪਹਿਲਾਂ ਤਲਾ ਲਈ ਤੇ ਤੁਹਾਡਾ ਵਿਆਜ ਮਰ ਗਿਆ। ਬੁੱਗੂ ਕਿੱਥੇ ਹੈ? ਬੁੱਗੂ ਡੈਡੀ, ਲੰਮਾ ਹੋ ਗਿਆ ਯਾਰ। ਬੁੱਗੂ ਆਜਾ ਆਜਾ। ਡੈਡੀ ਬੁੱਗੂ ਬੁੱਗੂ ਨਾਨੀ ਡੈਡੀ। ਦਰਨਾ ਪੁੱਤ ਅਸੀਂ ਹੈਗੇ ਹਾਂ। ਨਾ ਮੇਰਾ ਪੁੱਤ ਮੇਰੇ ਤੋਂ ਕਿਉਂ ਡਰੂ? ਕਿਉਂਕਿ ਇਹਨੂੰ ਪਤਾ ਕਿ ਤੂੰ ਬੰਦਾ ਗਲਤ ਹੈ। ਦੇਖ ਲੈ ਪੁੱਤ, ਤੇਰਾ ਪਿਓ ਜੇਲ੍ਹ ਚੋਂ ਭੱਜ ਕੇ ਆਇਆ। ਡੈਡੀ ਤੂੰ ਜੇਲ੍ਹ ਚੋਂ ਕਾਹਤੋਂ ਭੱਜਿਆ? ਤੇਰੇ ਲਈ ਪੁੱਤ, ਚੱਲ ਚੱਲੀਏ। ਨਾ ਮੈਂ ਨਹੀਂ ਤੇਰੇ ਨਾਲ ਜਾਣਾ, ਮੈਂ ਤਾਂ ਹੁਣ ਨਾਨਾ ਨਾਨੀ ਕੋਲ ਹੀ ਰਹੂੰਗਾ। ਕਮਲੀਆਂ ਗੱਲਾਂ ਨਾ ਕਰ, ਤੂੰ ਇਹਨਾਂ ਨਾਲ ਰਹਿਣ ਨੂੰ ਫਿਰਦਾ, ਇਹਨਾਂ ਦਾ ਆਪਦਾ ਪਤਾ ਨਹੀਂ ਕੱਲ ਨੂੰ ਰਹਿਣ ਨਾ ਰਹਿਣ। ਡੈਡੀ ਤੂੰ ਵੀ ਤਾਂ ਜੇਲ੍ਹ ਚੋਂ ਭੱਜ ਕੇ ਆਇਆ, ਜੇ ਤੈਨੂੰ ਇੱਥੋਂ ਬਾਹਰ ਜਾਂਦੇ ਹੀ ਪੁਲਿਸ ਨੇ ਫੜ ਲਿਆ, ਫਿਰ ਨਾ ਮੈਂ ਆਪਦੇ ਪਿਓ ਦਾ ਰਹੂੰ ਨਾ ਆਪਦੀ ਮਾਂ ਦੇ ਪਿਓ ਦਾ। ਕੀ ਖੁਆ ਤਾ ਮੇਰੇ ਪੁੱਤ ਨੂੰ? ਇਹ ਤਾਂ ਮੇਰਾ ਨਾਂ ਲੈਂਦਾ ਨਹੀਂ ਥੱਕਦਾ ਸੀ। ਕਿਉਂਕਿ ਹੁਣ ਇਹਨੂੰ ਤੇਰੀ ਸਾਰੀ ਸੱਚਾਈ ਪਤਾ ਲੱਗ ਗਈ। ਕੀ ਸੱਚਾਈ ਪਤਾ ਲੱਗ ਗਈ? ਪੁੱਤ ਮੈਂ ਜੋ ਕੀਤਾ ਤੇਰੇ ਲਈ ਕੀਤਾ, ਮੈਂ ਜੇਲ੍ਹ ਚੋਂ ਵੀ ਤੇਰੇ ਲਈ ਭੱਜ ਗਿਆ। ਚੱਲ ਚੱਲੀ ਆਜਾ, ਚੱਲ। ਤਰਸੇ ਤੂੰ ਇੱਥੋਂ ਚਲਾ ਜਾ, ਨਹੀਂ ਤਾਂ ਮੈਂ ਪੁਲਿਸ ਬੁਲਾ ਲੂੰ। ਬੁਲਾ ਲਓ, ਮੈਂ ਡਰਦਾ, ਮੈਂ ਆਪਣੇ ਬੱਚੇ ਨੂੰ ਲੈਣ ਆਇਆ, ਹੱਕ ਹੈ ਮੇਰਾ। ਚੱਲ ਪੁੱਤ। ਮੈਂ ਕਹਿੰਦੀ ਹਾਂ ਥਾਣੇ ਫੋਨ ਲਾ ਹੀ ਲਓ। ਲਾ ਲਓ। ਰਹਿਣ ਦਿਓ, ਐਵੇਂ ਘਰ ਦੇ ਮਸਲੇ 'ਚ ਪੁਲਿਸ ਨੂੰ ਕਿਉਂ ਪਾਉਣਾ? ਕੱਟੋ ਕੱਟੋ। ਪੁੱਤ ਤੂੰ ਜੋ ਕਹੇਗਾ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ, ਠੀਕ ਹੈ? ਪਰ ਤੂੰ ਆਪਣੇ ਦਿਲ 'ਚ ਮੇਰੇ ਲਈ ਨਫ਼ਰਤ ਨਹੀਂ ਪਾਲਣੀ। ਡੈਡੀ ਨਫ਼ਰਤ ਤੇਰੇ ਤੋਂ ਨਹੀਂ, ਤੇਰੀਆਂ ਨਲੈਕੀਆਂ ਤੋਂ ਹੁੰਦੀ ਹੈ। ਜੇ ਤੂੰ 1.5 ਸਾਲ ਪਹਿਲਾਂ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਨਾ ਕਰਦਾ ਤਾਂ ਅੱਜ ਆਪਾਂ ਇਕੱਠੇ ਹੋਣਾ ਸੀ। ਚਲਾ ਜਾ ਡੈਡੀ ਇੱਥੋਂ, ਚਲਾ ਜਾ। ਮੈਂ ਹੁਣ ਤੇਰੇ ਨਾਲ ਉਦੋਂ ਹੀ ਜਾਊਂਗਾ ਜਦੋਂ ਤੂੰ ਜੇਲ੍ਹ 'ਚੋਂ ਰਿਹਾਅ ਹੋ ਕੇ ਆਏਗਾ। ਬੁੱਗੋ ਬੁੱਗੋ ਗੱਲ ਸੁਣ ਬੁੱਗੋ, ਇਹ ਸਭ ਪੁੱਠਾ ਸਿੱਧਾ ਤੁਸੀਂ ਸਿਖਾਇਆ। ਗੋਡੇ ਤੁਹਾਡੇ ਚੱਲਦੇ ਨਹੀਂ, ਦਿਮਾਗ ਤੁਹਾਡਾ ਲੋੜ ਤੋਂ ਬਾਅਦ ਚੱਲਦਾ। ਜਾ ਜਾਂਦਾ ਰਹਿ, ਨਹੀਂ ਤਾਂ ਤੇਰੀ ਸੱਸ ਨੇ ਤੇਰੀ ਬੱਸ ਕਰਾ ਦੇਣੀ ਹੈ। ਚੱਲ ਜਾ ਇੱਥੋਂ। ਮੈਂ ਨਹੀਂ ਜਾਂਦਾ। ਤੂੰ ਜਾਂਦਾ ਕਿ? ਕੱਟੋ ਇਹਨੂੰ, ਕੱਟੋ। ਮਾੜੀ ਜਿਹੀ ਗੱਲ ਹੈ, ਉੱਤ ਨਾਲ ਜੱਫੀ ਤਾਂ ਪਵਾ ਦਿਓ। ਤੁਸੀਂ ਕਹਿ ਦਿਓ ਜੇਲ੍ਹ ਤੋਂ ਬਾਹਰ ਕਿਵੇਂ ਆਇਆ? ਭੱਜ ਕੇ। ਮੈਨੂੰ ਯਕੀਨ ਨਹੀਂ ਹੋ ਰਿਹਾ ਤੂੰ ਜੇਲ੍ਹ ਤੋਂ ਭੱਜ ਕੇ ਆ ਗਿਆ। ਹਜੇ ਤਾਂ ਜੇਲ੍ਹ 'ਚ ਵੀ ਕਈਆਂ ਨੂੰ ਯਕੀਨ ਨਹੀਂ ਹੋਣਾ, ਪਰ ਮੈਂ ਕੀ ਕਰਦਾ, ਤੇਰੇ ਬਿਨਾਂ ਜੀਣਾ ਬਹੁਤ ਔਖਾ ਸੀ। ਹੁਣ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ, ਨਾ ਤੇਰੇ ਮਾਂ ਪਿਓ, ਨਾ ਭਰਾ, ਨਾ ਕੋਈ ਹੋਰ। ਪੁਲਿਸ ਉਹ ਕਰ ਸਕਦੀ ਹੈ, ਇਸ ਕਰਕੇ ਸਾਨੂੰ ਭੱਜਣਾ ਪੈਣਾ। ਭੱਜੇਂਗੇ ਨਾ। ਅਮਨ ਅਮਨ
पुत किथे चली गई? मम्मी छेती आ, मम्मी मम्मी की हो गया? की होया? की होया? की, अमन भज गई। आ देखो सजा माफ करा ही ली। अज अखबार च छपी विसाखी लिस्ट सब ने पढ़ ली लगती है। हाँ जी पढ़ ली सर। सर तुसी प्रूव कर देता के इन्हां कैदियां बारे जिन्ना तुसी सोच सकते हो दुनिया च कोई सोच ही नहीं सकता। एदे कोई शक नहीं बहादुर सिंह, जिन्नियां एफर्ट्स इन्हां बच्चों नूं छुड़ाउण विच मेरियां लगियां या तो मैं जानदा या फिर मैं ही जानदा। भावें सारा काम मैं फोन ते करवाया फिर भी मेरे गोडे घस गए। की कुसर फुसर करदे हो और दासां गोडे परने बह के ही हुंदियां ने। अज मैनूं इंज महसूस हो रहा जिवें मेरे अपने बच्चों नूं नवीं जिंदगी मिल गई होवे। किन्ना माण महसूस करदी होणी आ मेरी मां उपर बैठी। सर मैं 21 साल थोड़ी मां मैनूं तरसदी रही। की बकवास कर रहा, तैनूं नहीं तरसदी रही, मैनूं तरसदी रही। साले इमोशनल फीलिंग नूं भी अडल्ट फीलिंग बना के रख दंदे। सॉरी सर, सॉरी। जिहड़े बच्चे की सजा माफ हुई है उन्हां नूं इनफॉर्म करता कि नहीं? नहीं सर। यह तो वह गल हुई कि सुते पे मुंडे का मूँह चूमिया, ना मुंडा खुश ना मुंडे की माँ। जाओ जरनैल ते तरसेम नूं बुला के लैके आओ। बुलाउणा सर मैं। सर जी ਤੁਸੀਂ ਆਪਣੇ ਦੋਵੇਂ ਫੇਵਰੇਟ ਕੈਦੀ ਛਡਾ ਤਾਂ ਲਏ, ਪਰ ਜੇ ਉਹ ਬਾਹਰ ਜਾ ਕੇ ਵੀ ਬੰਦੇ ਨਾ ਬਣੇ ਫੇਰ? ਫੇਰ ਕਿਹੜਾ ਮੁੜ ਕੇ ਮੱਸਿਆ ਨਹੀਂ ਆਉਣੀ, ਚੱਕ ਕੇ ਫੇਰ ਸਿੱਟ ਲਾਂਗੇ ਕਾਲੀ ਕੋਠੜੀ 'ਚ। ਬਹਾਦਰ ਸਿੰਘ ਜੀ ਸਰ, ਵਿਸਾਖੀ ਫੰਕਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਕਿ ਨਹੀਂ? ਸਰ ਲਗਭਗ ਹੋ ਗਈਆਂ। DDT ਛਿੜਕਾ ਤੀ ਆ। ਅੱਛਾ DDT ਛਿੜਕਾ ਨੂੰ ਇੱਥੇ ਮੱਛਰਾਂ ਨੇ ਆਉਣਾ, MLA ਨੇ ਆਉਣਾ, ਹੋਰ ਕਿਹੜੇ ਕਿਹੜੇ ਕੰਮ ਰਹਿ ਗਏ? ਸਰ MLA ਸਾਹਿਬ ਨੇ ਤੁਹਾਨੂੰ ਸਨਮਾਨਿਤ ਜਦੋਂ ਕਰਨਾ ਹੈ ਤਾਂ ਉੱਪਰੋਂ ਫੁੱਲ ਬਰਸਾਣੇ ਹੈ, ਬਸ ਉਹਦਾ ਗੁਬਾਰਾ ਲਾਣਾ ਰਹਿ ਗਿਆ। ਉਹ ਮੈਂ ਲਾਉਣਾ? ਲਾਣਾ ਤਾਂ ਮੈਂ ਹੀ। ਤੇ ਫਿਰ ਹੁਣ ਤੱਕ ਲਾਇਆ ਕਿਉਂ ਨਹੀਂ? ਸਰ ਕਿਤੇ ਧੁੱਪ 'ਚ ਪਹਿਲਾਂ ਹੀ ਨਾ ਫੜ ਦੇ, ਫਿਰ ਦੁਬਾਰਾ ਲਾਣਾ ਪੈ ਜਾਣਾ। ਆਹ ਤਾਂ ਸਾਲੀ ਮੇਰੀ ਇੱਜ਼ਤ, ਮੇਰੀ ਖਾਤਰ 2 ਰੁਪਏ ਦਾ ਗੁਬਾਰਾ ਨਹੀਂ ਦੁਬਾਰਾ ਲਾ ਸਕਦੇ। ਮੇਰੇ ਮਰਨ ਤੋਂ ਬਾਅਦ 21 ਤੋਪਾਂ ਦੀ ਸਲਾਮੀ ਸਵਾਦ ਦਵਾਓਗੇ? ਸਰ ਉਹ ਗੱਲ ਨਹੀਂ ਹੈ, ਗੁਬਾਰੇ ਦੇ ਵਿੱਚ ਫੁੱਲ ਵੀ ਹੈ, ਉਹ ਖਿੰਡ ਜਾਣੇ ਹੈ। ਮੈਂ ਕੈਦੀਆਂ ਨੂੰ ਕਹਿੰਦਾ ਚੰਗਾ ਲੱਗੇਗਾ ਬਈ ਜੇਲਰ ਸਾਹਿਬ ਦੇ ਫੁੱਲ ਚੁਗੋ ਬਈ। ਵੈਸੇ ਤਾਂ ਮੈਨੂੰ ਪਤਾ ਮੇਰੇ ਕੈਦੀ ਮੈਨੂੰ ਬਹੁਤ ਪਿਆਰ ਕਰਦੇ ਆ, ਪਰ ਫਿਰ ਵੀ ਮੇਰੇ ਵੱਲੋਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਸਮਝਾ ਦਿਓ ਕਿ ਜਦੋਂ ਜੇਲਰ ਸਾਹਿਬ ਨੂੰ ਸਨਮਾਨਿਤ ਕਰਨ ਤਾੜੀਆਂ ਥੋੜ੍ਹੀਆਂ ਜਿਹੀਆਂ ਖੁੱਲ੍ਹ ਕੇ ਵਜਾਉਣ। ਸਰ ਮੈਂ ਹੁਣੇ ਜਾ ਕੇ ਕਹਿ ਦਿੰਦਾ। ਸਰ ਗਾਲ ਪਾ ਦਿੰਦਾ ਜਿਹੜਾ ਤਾੜੀ ਨਾ ਵਜਾਵੇ। ਹਾਂ ਪੁਲਿਸ ਦੇ ਡਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ, ਕਦੇ ਉਹ ਨਾ ਪਾਇਓ, ਜਦੋਂ ਪਾਇਓ ਗਾਲ ਹੀ ਪਾਇਓ, ਦਫਾਓ ਜਾ ਉੱਥੋਂ। ਸਰ ਹੈਲੋ ਧੀਰੇ, ਕੱਲ੍ਹ ਤੋਂ ਨਾ ਪੰਜਾਬੀ ਅਖਬਾਰ ਘੱਟ ਭੇਜਿਆ ਕਰੋ, ਕੋਈ ਖਰੀਦਦਾ ਤਾਂ ਹੈ ਨਹੀਂ ਯਾਰ। ਉਹ ਭੀਮ ਆ ਖਬਰ ਪੜ੍ਹੀ? ਹਲਵਾਈ ਕਦੇ ਆਪਣੀ ਮਠਿਆਈ ਖਾਂਦਾ? ਤੇਰੇ ਜੀਜੇ ਦੀ ਖਬਰ ਛਪੀ ਆ। ਜੀਜਾ ਫੇਰ ਭੱਜ ਗਿਆ? ਨਹੀਂ, ਵਿਸਾਖੀ ਤੇ ਸਰਕਾਰ ਉਹਨੂੰ ਰਿਹਾ ਕਰ ਰਹੀ ਹੈ। ਆਹ ਦੇਖ, ਤਰਸੇਮ ਲਾਲ ਪੁੱਤਰ ਭੈਰੋ ਲਾਲ ਅੱਜ ਰਿਹਾ ਕੀਤੇ ਜਾਣਗੇ। ਜੀਜਾ ਜੀ ਰਿਹਾ ਹੋ ਰਹੇ ਨੇ? ਹਾਂ। ਜੇਲਰ ਜਲੌਰ ਸਿੰਘ ਜੌਲ ਸਪੀਕਿੰਗ। ਹਾਂਜੀ, ਜੇਲ੍ਹ ਮੰਤਰੀ ਸਾਹਿਬ ਜੀ ਦਾ PA ਬੋਲ ਰਿਹਾ ਜੀ, ਜੀਤਾ। ਓ ਗਰੇਵਾਲ ਸਾਹਿਬ, ਹੁਕਮ। ਦੇਖੋ ਆਹ ਜਿਹੜੇ ਅੱਜ ਦੋ ਕੈਦੀ ਰਿਹਾ ਹੋ ਰਹੇ ਨੇ ਨਾ ਜੀ, ਮੰਤਰੀ ਸਾਹਿਬ ਦੀ ਭਤੀਜੀ ਉਹਨਾਂ ਨੂੰ ਜੇਲ੍ਹ 'ਚ ਆ ਕੇ ਇੰਟਰਵਿਊ ਕਰਨਾ ਚਾਹੁੰਦੀ ਸੀ ਜੀ। ਕਮਾਲ ਹੈ, ਉਹ ਜਿਨ੍ਹਾਂ ਨੇ ਛੁਡਾਇਆ ਉਹਨਾਂ ਦਾ ਨਾਂ ਥੇ ਨਹੀਂ। ਇਹ ਤਾਂ ਉਹ ਗੱਲ ਹੋ ਗਈ ਕਿ ਰਾਗੀ ਹੰਸਰਾਜ ਹੰਸ ਜੀ ਇੱਕ ਪਾਸੇ ਖੜੇ ਆ ਅਤੇ ਤੁਸੀਂ ਸਾਜੀਆਂ ਨੂੰ ਸਨਮਾਨਿਤ ਕਰਨ ਲੱਗੇ ਹੋ। ਖੈਰ, ਜੇਲ੍ਹ ਮੰਤਰੀ ਸਾਹਿਬ ਦੀ ਭਤੀਜੀ ਆ, ਉਹਦੇ ਅੱਗੇ ਤਾਂ ਕੀ ਅਸੀਂ ਪਿੱਛੇ ਨਹੀਂ ਕੁਛ ਬੋਲ ਸਕਦੇ। ਹਾਂ ਸੱਚ ਗਰੇਵਾਲ ਸਾਹਿਬ, ਮੰਤਰੀ ਸਾਹਿਬ ਨੂੰ ਫੰਕਸ਼ਨ 'ਤੇ ਲੈ ਕੇ ਟਾਈਮ ਨਾਲ ਪਹੁੰਚ ਜਿਓ। ਵੈਸੇ ਅਸੀਂ DDT ਛਿੜਕਾਈ ਹੋਈ ਆ, ਕਿਤੇ ਇਹ ਨਾ ਹੋਵੇ ਜੇ ਤੁਸੀਂ ਲੇਟ ਹੋ ਗਏ ਮੰਤਰੀ ਸਾਹਿਬ ਤੋਂ ਪਹਿਲਾਂ ਭੁਮੱਕੜ ਤੁਰੇ ਫਿਰਨ। ਆ ਜਾਣਗੇ ਜੀ, ਸਤਿ ਸ਼੍ਰੀ ਅਕਾਲ। ਸਰ ਤਰਸੇਮ ਅਤੇ ਜਰਨੈਲ ਕਿਤੇ ਮਿਲ ਹੀ ਨਹੀਂ ਰਹੇ ਜੀ, ਕਿਤੇ ਉਹਨਾਂ ਦਾ ਪੇਟ ਪੂਟ ਤਾਂ ਨਹੀਂ ਖਰਾਬ? ਨਹੀਂ ਸਰ, ਮੈਂ ਸਾਰੀਆਂ ਫਲੱਸ਼ਾਂ ਫਲੂਸ਼ਾਂ ਚੈੱਕ ਕਰ ਮਾਰੀਆਂ, ਲੱਭੇ ਹੀ ਨਹੀਂ ਕਿਤੇ। ਕਮਾਲ ਆਈ ਆ, ਅਮਰੀਕਾ ਨੇ ਬਾਹਰਲੇ ਮੁਲਕ ਜਾ ਕੇ ਲਦੇਨ ਲੱਭ ਲਿਆ, ਥੋਤੋਂ ਸਾਲਿਓ ਆਪਣੀ ਜੇਲ੍ਹ ਦੇ ਵਿੱਚ ਜਰਨੈਲ ਤਰਸੇਮ ਨਹੀਂ ਲੱਭ ਹੁੰਦੇ। ਸਰ ਮੈਂ ਸੱਚ ਬੋਲ ਰਿਹਾ, ਮੈਂ ਸਾਰੀ ਜੇਲ੍ਹ ਤੂੜੀਆਂ ਗੁਛਾਣਤੀ। ਅੱਛਾ, ਜਿਹੜੇ ਮੁੰਡੇ ਟੈਂਟ ਲਾਉਣ ਆਇਆ ਬਾਹਰੋਂ, ਉਹਨਾਂ ਕੋਲ ਜਾ ਕੇ ਚੈੱਕ ਕਰੋ, ਕਈ ਵਾਰੀ ਆਪਣੇ ਬੰਦਿਆਂ ਨੂੰ ਆਦਤ ਹੁੰਦੀ ਆ ਬਾਹਰਲੇ ਬੰਦਿਆਂ ਕੋਲ ਬਹਿ ਕੇ ਬੀੜੀ ਬੂੜੀ ਲਾਉਣ ਲੱਗ ਪੈਂਦੇ ਆ। ਜੀ ਜਨਾਬ। ਅਮਨ, ਮੈਂ ਇੱਕ ਮਿੰਟ ਜੇਲਰ ਸਾਹਿਬ ਨਾਲ ਫੋਨ ਤੇ ਗੱਲ ਕਰਨੀ ਸੀ। ਕੀ ਤੇਰਾ ਦਿਮਾਗ ਖਰਾਬ ਹੋ ਗਿਆ? ਤੂੰ ਜੇਲ ਤੋਂ ਭੱਜਿਆ ਹੈ ਜਰਨੈਲ? ਤਾਂ ਹੀ ਤਾਂ ਕਹਿ ਰਹੇ ਹਾਂ, ਮੇਰੇ ਭੱਜਣ ਦਾ ਹਰ ਜਾਣਾ ਇੱਕ ਨੇਕ ਇਨਸਾਨ ਨੂੰ ਭੁਗਤਣਾ ਪੈਣਾ। ਘੱਟੋ ਘੱਟ ਫੋਨ ਕਰਕੇ ਦੱਸ ਤਾ ਦਵਾਂ ਕਿ ਮੇਰੀ ਮਜਬੂਰੀ ਕੀ ਸੀ।
हेलो जे 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 स्पीकिंग। हेलो सर, मैं जरनैल बोलता। और जरनैल कितने हैं तू? मैं रणजीत नू कहा सी तैनू सद के लिया इत्थे, ओ मूर्ख जिहा सीधी फोन ते ही गल कराउण लग गया। सर मैं थोड़े नाल एक गल करनी है। ओए करी जाई गल्लां, सारी उम्र पई आ गल्लां करन नू। पहला मेरी गल तां सुण लै जिहड़ी इन्नी जोर दी आई है। जिहड़ी खुशखबरी मैं तैनू सुनाउण लग्गिया ना, सुन के तेरे पैरां थल्ले जमीन खिसक जू। सर पहला मेरी, ओए मैनू बोलता लैण दे। पहला सरकार ने तेरी ते तरसेम दी बाकी सज़ा माफ़ करती। अज विसाखी फंक्शन ते तुहाडे दोहां दी रिहाई आ। मैं कहा सी ना कि सुन के पैरां थल्ले जमीन खिसक जू। ये सारा कुछ जेलर जलौर सिंह जौल दे अपने परसनल सूख करके होया। हाँ हुण बोल जो तू बोल रहा सी। हुण मैं की बोलना सर, जे मैं बोलिया तो जमीन थोड़े पैर हेठ खिसक जानी। मेरे तो खुशी च पहले ही नहीं पब थले लग रहे, होर किनिया के लत्ता उत्ते चकाएगा दाग जड़ा व्यान तकना। सर मैं पहले ही जेल तो पा चुके। ओ नो, कदों कितों? मेरा मतलब कि मैं भजे तू? सर वो तरसेम ने सुरंग पट्टी सी ते साढ़े तो भज गया। तरसेम भी नाल ही आ? हाँ जी, हुण मैनू कल्ले नू तो सुरंग पट के क्यों देण लग्गिया? ਸਾਲਿਓ ਮੇਰੀ ਸਾਰੀ ਕੀਤੀ ਕਿਰਾਈ ਤੇ ਪਾਣੀ ਫੇਰਤਾ ਤੁਸੀਂ। ਸਰ ਜੇ ਤੁਹਾਨੂੰ ਪਹਿਲਾਂ ਪਤਾ ਸੀ ਸਾਡੀ ਰਿਹਾਈ ਦਾ, ਤੁਸੀਂ ਸਾਨੂੰ ਘੱਟੋ ਘੱਟ ਦੱਸ ਤਾਂ ਦਿੰਦੇ। ਉਹ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣ ਨੂੰ ਫਿਰਦਾ ਸੀ। ਮੈਨੂੰ ਕੀ ਪਤਾ ਤੁਸੀਂ ਅੱਗੋਂ ਮੈਨੂੰ ਇਹ ਝਟਕਾ ਦੇ ਦੇਣਾ। ਇਹ ਤਾਂ ਉਹ ਗੱਲ ਹੋਈ ਕਿ ਮਾਪਿਆਂ ਨੇ ਕੁੜੀ ਜਿਹੜੇ ਮੁੰਡੇ ਨਾਲ ਮੰਗੀ ਸੀ ਸੌਰ ਦੀ ਉਸੇ ਨਾਲੇ ਭੱਜ ਗਈ। ਪੜ੍ਹ ਲਓ ਅੱਜ ਦੀ ਅਖਬਾਰ 'ਚ ਛਪੀ ਵਿਸਾਖੀ ਲਿਸਟ, ਜਿਹਦੇ ਵਿੱਚ ਤੁਹਾਡੀ ਰਿਹਾਈ ਤੇ ਮੇਰੀ ਚੜ੍ਹਾਈ ਦੀਆਂ ਖਬਰਾਂ ਛਪੀਆਂ ਨੇ। ਭਜਵਾ ਲਓ ਤਾਲੀਆਂ। ਸੌਰੀ ਸਰ। ਸੋਰੀ ਦਿਓ, ਮੈਨੂੰ ਇਹ ਪਤਾ ਮੈਂ ਕਿਵੇਂ ਤੁਹਾਡੇ ਦੋਹਾਂ ਦਾ ਚੰਗਾ ਬਿਹੇਵੀਅਰ ਦਿਖਾ ਦਿਖਾ ਕੇ ਤੁਹਾਡੀ ਸਜ਼ਾ ਮਾਫ ਕਰਵਾਈ ਆ। ਤਾਈ ਨੇ ਹਜੇ ਪੈਂਤਰੇ ਵੀ ਨਹੀਂ ਦਿਖਾਏ, ਜਵਾਕ ਪਹਿਲਾਂ ਹੀ ਬਾਹਰ ਆ ਗਿਆ। ਮਾਰ ਲਿਆ ਤੁਹਾਡੀਆਂ ਕਾਹਲੀਆਂ ਨੇ, ਸਾਲੇ ਸਤਮਾ ਹੈ 9 ਮਹੀਨੇ ਦਾ ਇੰਤਜ਼ਾਰ ਵੀ ਨਹੀਂ ਕਰ ਸਕੇ, ਪਹਿਲਾਂ ਹੀ ਯਾਦ ਹੋ ਗਏ। ਜੇਲਰ ਸਾਹਿਬ ਹੁਣ ਇਹ ਦੱਸੋ ਕਰਨਾ ਕੀ ਹੈ? ਸੁਣੋ, ਅੱਜ ਸ਼ਾਮੀ ਵਿਸਾਖੀ ਫੰਕਸ਼ਨ 'ਤੇ ਤੁਹਾਡੀ ਰਿਹਾਈ ਆ। ਉਸ ਤੋਂ ਪਹਿਲਾਂ ਜਿਵੇਂ ਮਰਜ਼ੀ ਤੁਸੀਂ ਜੇਲ੍ਹ ਦੇ ਅੰਦਰ ਹੋਣੇ ਚਾਹੀਦੇ ਹੋ। ਸਰ ਸਾਡੇ ਕੋਲ ਤਾਂ ਕੈਦੀਆਂ ਵਾਲੀ ਯੂਨੀਫਾਰਮ ਵੀ ਨਹੀਂ ਹੈ। ਤੁਹਾਡੇ ਕੋਲ ਹੈ ਨਹੀਂ, ਮੇਰੀ ਰਹਿਣੀ ਨਹੀਂ। ਉਹ ਰੱਬ ਦਾ ਵਾਸਤਾ, ਜਿਵੇਂ ਮਰਜ਼ੀ ਆਓ ਭਾਵੇਂ ਕੱਛਿਆਂ 'ਚ ਆਓ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਜੇਲਰ ਸਾਹਿਬ? ਉਹ ਯਾਰ ਤੂੰ ਤਾਂ ਐਂ ਰਿਐਕਟ ਕਰ ਰਿਹਾ ਜਿਵੇਂ ਮੈਂ ਬਗੈਰ ਕੱਛਿਆਂ ਤੋਂ ਆਉਣ ਨੂੰ ਕਹਿਤਾ ਹੋਵੇ। ਵੈਸੇ ਵੀ ਤਾਂ ਜੇਲ੍ਹ 'ਚ 8-10 ਕਾਲੇ ਕੱਛਿਆਂ ਵਾਲੇ ਕੈਦੀ ਤੁਰੇ ਫਿਰਦੇ ਆ, ਵਿੱਚ ਤੋਂ ਹੋਰ ਕੁਛ ਜਾਣ ਕੇ ਕੋਈ ਫਰਕ ਪੈਂਦਾ? ਠੀਕ ਹੈ ਸਰ, ਪਹੁੰਚਦਾ ਮੈਂ। ਕੀ ਮੈਂ ਲਾਈ ਆ? ਤਰਸੇਮ ਨੂੰ ਨਾਲ ਲੈ ਕੇ ਆਉਣਾ। ਉਹਨੂੰ ਤੁਸੀਂ ਆਪ ਹੀ ਫੋਨ ਕਰ ਲਓ ਸਰ। ਉਹ ਯਾਰ ਮੈਂ ਇੱਥੇ ਮੁੰਡੇ ਦਾ ਵਿਆਹ ਧਰਿਆ ਜਿਹੜਾ ਇਕੱਲੇ ਇਕੱਲੇ ਨੂੰ ਫੋਨ 'ਤੇ ਸੱਦਾ ਦਿੰਦਾ ਫਿਰ, ਤੂੰ ਉਹਨੂੰ ਨਾਲ ਹੀ ਲੈ ਕੇ ਆਉਣਾ। ਸਰ ਉਹ ਮੇਰੇ ਨਾਲ ਨਹੀਂ ਹੈ, ਮੈਂ ਉਹਨੂੰ ਉਹਦੇ ਪਿੰਡ ਛੱਡ ਆਇਆ ਸੀ। ਹੁਣ ਤੱਕ ਤਾਂ ਉਹ ਆਪਣੇ ਜਵਾਕ ਨੂੰ ਲੈ ਕੇ ਪਤਾ ਨਹੀਂ ਕਿੱਥੇ ਨਿਕਲ ਗਿਆ ਹੋਊਗਾ। ਹਾਏ ਮੇਰੇ ਰੱਬਾ, ਸਾਲੇ ਜਵਾਕਾਂ ਨੂੰ ਲੈ ਕੇ ਹੌਲੀਡੇ ਮਨਾਉਂਦੇ ਫਿਰਦੇ ਆ, ਇੱਧਰ ਮੇਰੀ ਪਰਮਾਨੈਂਟ ਹੌਲੀਡੇ ਹੋ ਜਾਣੀ ਆ। ਸਰ ਜੇ ਉਹ ਨਾ ਮਿਲਿਆ ਤਾਂ ਘੱਟੋ ਘੱਟ ਮੈਨੂੰ ਬਾਇੱਜ਼ਤ ਰਿਹਾ ਹੋ ਲੈਣ ਦਿਓ, ਮੈਨੂੰ ਨਾ ਰੋਕਿਓ ਜੀ। ਸ਼ਾਬਾਸ਼ੇ ਕਾਕਾ ਜੀ, ਵਰਦੀ ਤੇ ਦਾਗ ਇੱਕ ਬੰਦੇ ਦੇ ਭੱਜਣ ਦਾ ਵੀ ਓਨਾ ਹੀ ਲੱਗਣਾ ਜਿੰਨਾ ਦੋ ਬੰਦਿਆਂ ਦੇ ਭੱਜਣ ਦਾ ਲੱਗਣਾ ਸੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ, ਜੇ ਮੈਂ ਫਸਿਆ ਨਾ ਪੁੱਤ ਬਾਇੱਜ਼ਤ ਬਾਹਰ ਮੈਂ ਤੈਨੂੰ ਵੀ ਨਹੀਂ ਆਉਣ ਦਿੰਦਾ। ਜੇ ਜੇਲ੍ਹ 'ਚ ਦੁਬਾਰਾ ਆਉਣਾ ਤਾਂ ਪਰਾਂਦਾ ਸੱਗੀ ਦੇ ਨਾਲ ਹੀ ਆਊਗਾ। ਜਰਨੈਲ ਕੀ ਹੋਇਆ, ਇੰਨਾ ਉਦਾਸ ਕਿਉਂ ਹੈ? ਮੈਂ ਆਈ ਤਾਂ ਸੋਚ ਰਹੀ ਸੀ ਕਿ ਆਪਾਂ ਕਦੋਂ ਤੱਕ ਲੁਕਦੇ ਰਵਾਂਗੇ। ਤੂੰ ਮੇਰੇ ਵਾਸਤੇ ਜੇਲ੍ਹ 'ਚੋਂ ਭੱਜਿਆ, ਮੇਰੀ ਨਜ਼ਰਾਂ 'ਚ ਤੇਰੀ ਇੱਜ਼ਤ ਹੋਰ ਵੱਧ ਗਈ। ਜਰਨੈਲ ਮੈਂ ਹਮੇਸ਼ਾ ਇੱਕੋ ਗੱਲ ਚਾਹੁੰਦੀ ਸੀ ਕਿ ਤੈਨੂੰ ਬਾਇੱਜ਼ਤ ਰਿਹਾਈ ਮਿਲੇ। ਬਾਇੱਜ਼ਤ ਚਤਾ ਹੀ ਰੱਬ ਨੇ ਤੇਰੀ ਸੁਣ ਲਈ। ਪਰ ਜਰਨੈਲ ਹੁਣ ਕਰਾਂਗੇ ਕੀ? ਉਹੀ, ਟਾਈਮ ਸਿਰ ਜੇਲ੍ਹ ਪਹੁੰਚਣਾ ਪੈਣਾ, ਉਹ ਵੀ ਤਰਸੇਮ ਲਾਲ ਦੇ ਨਾਲ। ਜੈ ਹਿੰਦ ਸਰ। ਜੈ ਹਿੰਦ ਸਰ, ਮੈਂ ਸਾਰੇ ਕੈਦੀਆਂ ਨੂੰ ਤਾੜੀਆਂ ਵਜਾਉਣ ਵਾਸਤੇ ਕਿਹਾ ਤੁਹਾਡੇ ਸਨਮਾਨ 'ਚ। ਉਹ ਤਾੜੀਆਂ ਹੁਣ ਸਨਮਾਨ 'ਚ ਨਹੀਂ ਵੱਜਣੀਆਂ, ਹੁਣ ਅਪਮਾਨ 'ਚ ਵੱਜਣਗੀਆਂ। ਸਰ ਤਾੜੀਆਂ ਵੱਜਣੀਆਂ ਚਾਹੀਦੀਆਂ, ਚਾਹੇ ਸਨਮਾਨ 'ਚ ਵੱਜਣ ਚਾਹੇ।
अपमान नाल की मतलब सर? रब दा वास्ता दोबारा जनाब जरनैल ते तरसेम लगदा जेल चो तितर हो गए। ओए लगदा नहीं है, पक्की खबर है, वो सच्ची रफू चक्कर हो गए। नहीं सर, कैदी नहीं पछ सकते, एनी तक करड़ी निगरानी है। ओ टट्टू दी करड़ी निगरानी है? ਗੁਆਂਢ ਚ ਕੰਢ ਤੇ ਜੇ ਕੋਈ ਕੈਲੰਡਰ ਟੰਗਲ ਲਈ ਮੇਖ ਵੀ ਕਰਦਾ ਸੀ ਉਹਦਾ ਸਿਰ ਪੜਨ ਤੱਕ ਜਾਂਦਾ। ਓਏ ਹੌਲੀ, ਆਵਾਜ਼ਾਂ ਆਉਂਦੀਆਂ ਨੇ ਸਾਲੇ, ਤੁਹਾਡੇ ਨੱਕ ਥੱਲੇ ਦੀ ਐਡੀ ਸੁਰਗ ਪਾੜ ਕੇ ਆਓਗੇ ਆਓਗੇ, ਤੁਹਾਡੇ ਕੰਨ ਤੇ ਇੱਕ ਜੂੰ ਤੱਕ ਨਹੀਂ ਸਰਕੀ। ਜੇਲ੍ਹ ਚ ਸੁਰੰਗ ਪੱਟ ਲਈ ਤੇ ਹੋਰ ਤੇਰੇ ਘਰੇ ਪੱਟ ਕੇ ਕੀ ਕਰਨੀ ਸੀ? ਕਮਾਲ ਹੈ ਸਰ ਜੀ, ਆਪਾਂ ਨੂੰ ਪਤਾ ਹੀ ਨਹੀਂ ਚੱਲਿਆ। ਨਹੀਂ ਨਹੀਂ ਸਰ, ਮੈਨੂੰ ਮਾੜੀਆਂ ਮਾੜੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਪਰ ਮੈਂ ਸੋਚਿਆ ਬਈ ਜਿਹੜਾ ਇਹ ਅੱਜ ਕੱਲ੍ਹ ਨਵਾਂ ਭੁਚਾਲ ਜਿਹਾ ਚੱਲਿਆ ਹੈ ਨਾ, ਉਹਦੀਆਂ ਆਵਾਜ਼ਾਂ ਹੋਣਗੀ। ਭੁਚਾਲ ਤਾਂ ਹੁਣ ਆਊ, ਉਹ ਵੀ ਆਪਣੇ ਸਾਰਿਆਂ ਦੀ ਜ਼ਿੰਦਗੀ 'ਚ 15 ਰਿਕਟਰ ਸਕੇਲ ਤੇ। ਸਰ ਜੀ ਹੁਣ ਆਪਾਂ ਕਰਨਾ ਕੀ ਆ? ਆਪਾਂ ਕੀ ਕਰਨਾ ਤੁਲਸੀਦਾਸ, ਜੋ ਕਰਨਾ ਸੀ ਉਹ ਕਰ ਗਏ, ਹੁਣ ਤਾਂ ਤੁਸੀਂ ਵਰਦੀ ਲਾ ਕੇ ਘਰੇ ਬੈਠਣ ਦੀ ਤਿਆਰੀ ਕਰੋ। ਉਹ ਜੇ ਕੁਛ ਕਰਨਾ ਆਪਣੀ ਜ਼ੁਬਾਨ ਬੰਦ ਰੱਖੋ, ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਉਹ ਭੱਜ ਗਏ। ਸਰ ਉਹਦਾ ਕੀ ਕਰਨਾ ਜਿਹੜਾ ਮੈਂ ਕੈਦੀਆਂ ਨੂੰ ਕਹਿ ਕੇ ਆਇਆ ਤਾੜੀਆਂ ਵਜਾਉਣ? ਉਹ ਤੈਨੂੰ ਤਾੜੀਆਂ ਦੀ ਪਈ ਆ, ਉਹਨਾਂ ਨੂੰ ਰੋਕੋ। ਸਰ ਉਹ ਨਹੀਂ ਰੁਕ ਸਕਦੇ, ਮੈਂ ਗਾਲ ਪਾ ਕੇ ਆਇਆ। ਤੈਨੂੰ ਤਾਂ ਮੈਂ ਪੁਲਿਸ ਦਾ ਡਰ ਪਾਉਣ ਨੂੰ ਕਿਹਾ ਸੀ। ਜੇ ਇੰਨਾ ਹੀ ਪੁਲਿਸ ਦਾ ਡਰ ਹੁੰਦਾ, ਇਹ ਦੋ ਕੈਦੀ ਕਿਉਂ ਭੱਜਦੇ? ਗਾਲ ਪਾਣੀ ਪਈ, ਗਾਲ ਭਰਿਆ ਕਰ। ਤੁਹਾਲੇ ਤਾਂ ਕਿੱਥੇ ਹੀ ਹੈ? ਹੈ ਬੁੱਗੂ, ਆ ਵੇਖ ਚੰਡੀਗੜ੍ਹ 13 ਅਪ੍ਰੈਲ ਪੰਜਾਬ ਸਰਕਾਰ ਵੱਲੋਂ ਇਸ ਵਾਰ ਵਿਸਾਖੀ ਮੌਕੇ ਛੋਟੀਆਂ ਅਤੇ ਗੈਰ ਮਾਮੂਲੀ ਸਜ਼ਾਵਾਂ ਕੱਟ ਰਹੇ ਕੈਦੀਆਂ ਦੀਆਂ ਬਾਕੀ ਰਹਿੰਦੀਆਂ ਸਜ਼ਾਵਾਂ ਮਾਫ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹਨਾਂ ਹੁਕਮਾਂ ਤਹਿਤ ਸਬ ਜੇਲ੍ਹ ਬਸੀ ਬਠਾਣਾ ਦੇ ਦੋ ਕੈਦੀ ਜਰਨੈਲ ਸਿੰਘ ਪੁੱਤਰ ਸਰਦਾਰ ਗੁਰਬਖਸ਼ ਸਿੰਘ ਅਤੇ ਕੈਦੀ ਤਰਸੇਮ ਲਾਲ ਪੁੱਤਰ ਭੈਰੋਂ ਲਾਲ ਅੱਜ ਰਿਹਾਅ ਕੀਤੇ ਜਾਣਗੇ। ਮੇਰਾ ਪੁੱਤ ਪੜ੍ਹਨ ਲੱਗ ਗਿਆ, ਮੈਂ 1.5 ਸਾਲ ਕੀ ਅੰਦਰ ਗਿਆ, ਮੇਰਾ ਪੁੱਤ ਪੰਜਾਬੀ ਪੜ੍ਹਨਾ ਸਿੱਖ ਗਿਆ। ਔਰ ਮੈਂ ਤਾਂ ਸਾਰੀ ਜ਼ਿੰਦਗੀ ਅੰਦਰ ਕੱਟ ਲਓ, ਤੂੰ ਕਰ ਪੀਏ ਅਤੇ ਬਣ ਜਾ ਡਾਕਟਰ। ਤਰਸੇਮ, ਤੇਰੇ ਅੰਦਰ ਹੋਣ ਤੋਂ ਬਾਅਦ ਇਸ ਰੋਂਦੇ ਹੋਏ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਸੰਭਾਲਿਆ ਇਹ ਸਾਨੂੰ ਹੀ ਪਤਾ ਹੈ। ਇਸੇ ਕਰਕੇ ਅਸੀਂ ਤਰ੍ਹਾਂ ਮੋਹ ਦਿਲੋਂ ਤੁੜਾਉਂਦੇ ਰਹੇ ਤਾਂ ਕਿ ਅੱਗੇ ਜਾ ਕੇ ਸੌਖਾ ਰਹੇ। ਸਾਨੂੰ ਗਲਤ ਨਾ ਸਮਝੀ ਤਰਸੇਮ। ਆਇਆ ਪੁੱਤ, ਮੈਂ ਗਿਆ ਤੇ ਆਇਆ। ਡੈਡੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਸਰ ਜੀ ਹੁਣ ਤਾਂ ਜੇਲ੍ਹ ਦੇ ਸਾਰੇ ਕੈਦੀ ਪੁੱਛਣ ਲੱਗ ਪਏ ਕਿ ਜਰਨੈਲ ਤੇ ਤਰਸੇਮ ਨਹੀਂ ਦਿਖਦੇ, ਕਿੱਥੇ ਗਏ? ਤੁਲਸੀਦਾਸ, ਤੇਰੇ ਇਹੋ ਜਿਹੇ ਦੋਹੇ ਹਮੇਸ਼ਾ ਬਲਦੀ 'ਤੇ ਤੇਲ ਪਾਉਂਦੇ ਆ। ਖੈਰ ਛੱਡ, ਇਹ ਦੱਸ ਪਤਾ ਲੱਗਾ ਕਿ ਪਤੰਦਰਾਂ ਨੇ ਜੇਲ੍ਹ ਦੇ ਵਿੱਚ ਸੁਰੰਗ ਪੁੱਟੀ ਕਿੱਥੋਂ ਆ? ਜੀ ਨਹੀਂ ਤਾਂ ਫਿਰ ਪਤਾ ਕਰੋ। ਜੀ ਜਨਾਬ। ਬਹਾਦਰ ਸਿੰਘ। ਜੀ ਸਰ। ਆਪਾਂ ਜਾ ਕੇ ਕੈਦੀਆਂ ਨੂੰ ਸਮਝਾਉਂਦੇ ਹਾਂ ਕਿ ਅੱਜ ਤਰਸੇਮ ਅਤੇ ਜਰਨੈਲ ਦਾ ਜੇਲ੍ਹ 'ਚ ਅਖੀਰਲਾ ਦਿਨ ਆ, ਇਸ ਕਰਕੇ ਉਹ ਥੋੜ੍ਹਾ ਕਾਗਜ਼ੀ ਕਾਰਵਾਈ ਦੇ ਵਿੱਚ ਮਸਰੂਫ ਨੇ। ਠੀਕ ਹੈ ਸਰ। ਜੇ ਸਰ, ਵੈਸੇ ਤਾਂ ਤੁਹਾਡੇ ਜਿੱਡਾ ਸਾਡਾ ਦਿਮਾਗ ਹੈ ਨਹੀਂ, ਪਰ ਜੇ ਹੁਕਮ ਹੋਵੇ ਤਾਂ ਇੱਕ ਦਿਮਾਗੀ ਗੱਲ ਕਰਾਂ। ਬੋਲ। ਮਸਲਾ ਤਾਂ ਇਹੀ ਹੈ ਨਾ ਕਿ ਵਿਸਾਖੀ ਵਾਲੇ ਫੰਕਸ਼ਨ ਤੇ ਦੋਨੋਂ ਕੈਦੀ ਹਾਜ਼ਰ ਹੋਣੇ ਚਾਹੀਦੇ ਹੋ ਜਾਣਗੇ। ਉਹ ਕਿੱਦਾਂ? ਆਪਾਂ ਵਿਸਾਖੀ ਦੇ ਫੰਕਸ਼ਨ ਨੂੰ ਹੀ 2 ਦਿਨ ਅੱਗੇ ਕਰ ਦਿੰਦੇ ਨਾ? ਹੁਣ ਤੂੰ ਨਾਨਕਸ਼ਾਹੀ ਕੈਲੰਡਰ ਤੋਂ ਵੀ ਉੱਤੇ ਹੋ ਗਿਆ। ਓਏ ਬੁੱਝ ਦਿਮਾਗ ਜੀ, ਵਿਸਾਖੀ ਅਕਸਰ 13 ਅਪ੍ਰੈਲ ਨੂੰ ਮਨਾਈ ਜਾਂਦੀ ਆ, ਇਹ ਕੋਈ ਨਰਾਤੇ ਨਹੀਂ। ਵੀ ਜੇ ਪਹਿਲੇ ਨਰਾਤੇ ਮਰੋੜੇ ਲੱਗਿਆ ਤਾਂ ਵਰਤ 9ਵੇਂ ਨਰਾਤੇ ਰੱਖ ਲਾਂਗੇ। ਸਰ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਤੁਹਾਡੇ ਜਿੰਨਾ ਸਾਡਾ ਦਿਮਾਗ ਕਿੱਥੇ। ਤਾਂ ਫਿਰ ਪੰਗੇ ਕਰ ਲੈਂਦਾ ਹੁਣ। ਚਲੋ ਸਰ। ਨਮਸਤੇ ਸਰ। ਠੀਕ ਹੈ? ਸਰ 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 ਸਰ, ਪਹਿਚਾਣਿਆ ਨਹੀਂ? ਨਾ ਪਛਾਣਨ ਨੂੰ ਤੇਰਾ ਗਦੌੜਾ ਫੇਰਿਆ। ਸਰ ਜ਼ੋਰ ਪਾਓ ਥੋੜਾ ਜਿਹਾ ਜੀ। ਜ਼ੋਰ ਪਾਉਣ ਨੂੰ ਮੈਂ ਟਾਇਲਟ ਤੇ ਬੈਠਾ। ਥੱਲੇ ਨਹੀਂ ਸਰ, ਉੱਤੇ ਦਿਮਾਗ 'ਤੇ ਜ਼ੋਰ ਪਾਓ ਜੀ। ਪਹਿਲਾਂ ਇੱਥੇ ਕਿਹੜੀ ਬੈਰਕ 'ਚ ਹੁੰਦਾ ਸੀ? ਨਹੀਂ ਸਰ, ਮੈਂ ਅੰਦਰੋਂ ਨਹੀਂ ਜੀ, ਮੈਂ ਬਾਹਰੋਂ ਆਇਆ ਜੀ। ਮੈਂ ਭੀਮ ਸਰ। ਭੀਮ? ਬਹਾਦਰ ਸਿੰਘ। ਜੀ ਸਰ। ਇਹ ਕਲਯੁੱਗ 'ਚ ਕਿੱਦਾਂ ਦੀ ਮਹਾਂਭਾਰਤ ਹੋਣ ਲੱਗ ਗਈ? ਸਰ ਤੁਸੀਂ ਪਹਿਚਾਣਿਆ ਨਹੀਂ, ਮੈਂ ਇੱਥੇ ਜਿਹੜੇ ਕੈਦੀ ਨੇ ਜਿਨ੍ਹਾਂ ਨੂੰ ਤੁਸੀਂ ਰਿਹਾਅ ਕਰ ਰਹੇ ਹੋ ਨਾ, ਤਰਸੇਮ ਲਾਲ, ਉਹਨਾਂ ਦਾ ਸਾਲਾ ਜੀ ਮੈਂ। ਬਾਜੀ ਉਹਨਾਂ ਨੂੰ ਵਧਾਈ ਦੇਣਾ ਆ, ਮਿਲਾ ਦਿਓ। ਬੇਟੇ ਮਿਲਾ ਤਾਂ ਦਿੰਦੇ, ਪਰ ਅਜੇ ਉਹਨਾਂ ਨੂੰ ਨਲਾ ਰਹੇ ਨੇ। ਨਲਾ ਰਹੇ ਨੇ?
सर तुसी चीजां नूं रिहा कर रहे हो कि फांसी ला रहे हो जी? नहीं, मेरे कहण दा मतलब ओ अपने करकमलां नाल आप ही नहा रहे ने, क्योंकि अज जेल दे विच उहनां दा खीरला देना ना। दैट्स गुड सर, बस 2 मिंट लई मिला दिओ प्लीज। रब दा वास्ता शाम नूं मिल लिओ, रात नूं उहने घर ही आ जाणा, फिर तेरे मूहरे थान सिटिया भावें सुथण संभाली भावें लहंगा। नहीं सर, ऐ तां उहनां दे रिहा होण दी खुशी विच लेडी संगीत रखे होया जी, पर मैनूं ऐ सी खुद चीजा जी नूं मिल के मैं मूंह मिठा करावां जी उहनां दा। पर भीम जी, आ चार क डब्बे तां साडे मुलाजमां नहीं छक जाणे? सर तैन तुसी रख लो जी, एक डब्बा रहन दिओ, उहनां दी मनपसंद जगह तो खुद लैके आया है जी। मनपसंद जगह? हाँ जी, मैंने उन्हें सारिया मनपसंद जगह पता ने। जो मैं उन्होंने मिलने आता तो मैंने कहते होंगे भीम जो मैं रिहा हो गया ना उत्थे जाके आप समोसे खावे, फलानी थां जलेबियां खावे, भीम कट्टे गेड़ी शेड़ी देन जावे, मैंने उन्होंने सारिया मनपसंद जगह पता ने जी। बहादुर सिंह जी सर, भीम जी नूं उन्हां दियां सारिया मनपसंद जगह पता ने। गाल पा दिए गाटी। की पा दिए सर? गाटी मतलब मतलब सर जी भी जीजा जी भज गए जी। की दसीए भीम सैन, धियां भैणा भजदियां तां बथेरी वारी देखिए, इत्थे साले जीजा ही भज गए। नहीं सर, ऐ तां एक वारी मेरी भैण भी भज गई सी जी। बड़ा मूह, वापस मुड़ी है कि हजे तक क्रॉस कंट्री लाई जांदी है? साहब बहादुर जी, उस रब कोले एक वार गया कदे कोई वापस आया जी। इहदा मतलब तेरी भैण है नहीं? जो तेरी भैन ही नहीं है फिर तेरा जीजा एडी सुरंग पट के केड़ी मां नूं मिलन गया है? हाय साला डंगर जा दंदियां कढ़ी जांदा। अच्छा रो रहा, रब दा वास्ता जाके अपने जीजा जी नूं समझा कि अपनी संसारक यात्रा दूरी छड़ के वापस जेल च परते, नहीं साडी नौकरी तां गई गई आ, तुहाडे प्रौणे ने इत्थे सरकारी प्रौणा 5 साल ही होर बन जाणा। नहीं सर जी, ना सर जी, मेरी चीजा जी नूं बचा लो प्लीज, मेरी चीजा जी नूं बचा लो सर जी। देख मेरे रो ना, एह जे हालात विच ना रोना तो साडा भी निकल रहा है, पर असी मर्द च रो नहीं सकते। कंट्रोल बहादुर सिंह, कंट्रोल। सॉरी सर। भीम सैन। हाँ जी सर जी। तू दस रहा सी कि तैनू तेरे जीजा जी दियां वो सारिया मनपसंद थावां बारे पता, जिथे वो अक्सर जाया करते ने जी। बस फिर तुसी उन्हां उन्हां थावां ते जाओ, पर साडे महकमे दा बहुत ही काबिल अफसर तेरे नाल जाएगा। सर कदे जी थां ते मेरी भी ड्यूटी ला दिया करो। ओ मूर्ख, तेरे बारे तां कह रहे। बस थोड़े दोवां कोल हुण सिर्फ 4 घंटे ने, जीजा बचाउण लई ते नौकरी बचाउण लई। सर आ केड़ी थां ते ले आया मैनूं? ਕਾਵਾਂ ਵਾਲੇ ਬਾਬਾ ਜੀ ਦਾ ਡੇਰਾ ਜੀ, ਇੱਥੇ ਜੀਜਾ ਜੀ ਨਾ ਚੌਂਕੀ ਭਰਨ ਆਉਂਦੇ ਹੁੰਦੇ ਨੇ, ਵੈਸੇ ਵੀ ਲੁਕਣ ਲਈ ਡੇਰੇ ਤੋਂ ਬਾਅਦ ਸੇਫ ਥਾਂ ਕਿਹੜੀ ਹੋ ਸਕਦੀ ਹੈ ਜੀ? ਦੀਦੀ, ਪੁਲਿਸ ਇੱਥੇ ਕੀ ਲੈਣ ਆਈ ਹੈ? ਮੀਨਾ ਦੇ ਤਾਂ ਦਿੱਤਾ ਸੀ, ਉਹ ਫਿਰ ਖਰਚਣ ਆ ਗਈ ਹੋਣੀ ਹੈ, ਦੇਖਦੀ ਹਾਂ। ਜੀ ਜਨਾਬ। ਉਹ ਬਾਬੇ ਨੂੰ ਬੁਲਾ, ਇੱਥੇ ਤਾਂ ਕਈ ਸਾਰੇ ਬਾਬੇ ਆਉਂਦੇ ਨੇ, ਤੁਸੀਂ ਕਿਹੜੇ ਬਾਬੇ ਨੂੰ ਮਿਲਣਾ? ਉਹ ਕਿਹੜੇ ਜਾਨਵਰ ਦਾ ਨਾਂ ਲਿਆ ਸੀ ਤੂੰ? ਕਾਵਾਂ ਵਾਲੇ ਬਾਬਾ ਜੀ। ਹਾਂ, ਕਾਵਾਂ ਵਾਲੇ ਬਾਬੇ ਨੂੰ ਬੁਲਾਓ। ਉਹ ਕਾਵਾਂ ਵਾਲੇ ਬਾਬੇ ਵੱਲ, ਸਾਡਾ ਮੋਰਨੀਆਂ ਦਾ ਇੰਨਾ ਬੈਲੈਂਸ ਖੜਾ ਹੋ ਗਿਆ ਸੀ ਕਿ ਉਹਨੂੰ ਆ ਥਾਂ ਦੇ ਕੇ ਮਸਾ ਖੜਾ ਛੁਡਾਉਣਾ ਪਿਆ। ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰੀਏ? ਮੇਰੀ ਕੀ ਸੇਵਾ ਕਰਨੀ ਹੈ ਭੈਣ ਮੇਰੀ, ਇਹ ਮੇਰਾ ਘਰ ਤਾਂ ਪਹਿਲਾਂ ਹੀ ਕਿਸ਼ਤਾਂ ਤੇ ਹੈ। ਆ ਦੇਖ ਲੈ ਤੇਰਾ ਕਾਵਾਂ ਵਾਲਾ ਬਾਬਾ ਕਿੱਥੇ ਕਿੱਥੇ ਚੁੰਝਾ ਮਾਰਦਾ ਫਿਰਦਾ ਹੈ, ਹੋਰ ਲਾ ਆਪਣੇ ਜੀਜੇ ਨੂੰ ਇਹੋ ਜਿਹੇ ਬਾਬੇ ਦੇ ਮਗਰ। ਕੱਲਾ ਮੇਰਾ ਜੀਜਾ ਥੋੜੀ ਜੀ ਚਣਾ ਖਣੀ ਬਾਬਿਆਂ ਦੇ ਮਗਰ ਲੱਗਿਆ ਹੋਇਆ। ਹੁਣ ਲੱਗ ਮੇਰੇ ਮਗਰ ਲੱਗ ਗਿਆ ਜੀ, ਆ ਜਾ। ਹੈਲੋ ਜੇ ਸਪੀਕਿੰਗ। ਹੈਲੋ ਜੇਲਰ ਸਾਹਿਬ, ਮੈਂ ਜਰਨੈਲ ਬੋਲਦਾ, ਤਰਸੇਮ ਲਾਲ ਨੂੰ ਮੈਂ ਫੜ ਲਿਆ ਜੀ। ਫੜ ਲਿਆ? ਓ ਯੈਸ, ਮੈਨੂੰ ਪਤਾ ਸੀ ਤੂੰ ਮੈਨੂੰ ਬਚਾ ਲਏਗਾ, ਆਈ ਐਮ ਪ੍ਰਾਊਡ ਆਫ ਯੂ। ਬਸ ਅਸੀਂ ਪਹੁੰਚ ਰਹੇ ਹਾਂ ਜੀ, ਤੁਸੀਂ ਗੇਟ ਖੋਲੋ। ਭਗੌੜੇ ਹੋ ਕਿ ਜੇਲ੍ਹ ਮੰਤਰੀ, ਜਿਹੜੇ ਮੇਨ ਗੇਟ ਰਾਹੀਂ ਅੰਦਰ ਵੜਨ ਨੂੰ ਫਿਰਦੇ ਹੋ, ਬਾਹਰ ਗੇਟਾਂ 'ਤੇ ਤੋਪਾਂ ਵਾਂਗੂ ਕੈਮਰੇ ਕੱਢੇ ਹੋਏ ਨੇ, ਸਾਲੇ ਇੱਕ ਇੱਕ ਮੱਛਰ ਤੱਕ ਗਿਣ ਲੈਂਦੇ ਕਿ ਕਿੰਨੇ ਅੰਦਰ ਆਏ। ਜੇ ਕੱਲ੍ਹ ਨੂੰ ਕਿਸੇ ਨੂੰ ਪਤਾ ਲੱਗ ਗਿਆ ਕਿੱਥੇ ਗਏ ਸੀ, ਕੀ ਕਹੂੰਗਾ ਕਿ ਡੇਂਗੂ ਦੇ ਟੀਕੇ ਲਵਾਉਣ ਗਏ ਸੀ? ਉਹ ਫਿਰ ਅਸੀਂ ਅੰਦਰ ਕਿਵੇਂ ਆਵਾਂਗੇ? ਜਿਹੜੀ ਸੁਰੰਗ ਰਾਹੀਂ ਦਫ਼ਾ ਹੋਏ ਸੀ ਨਾ, ਉਸੇ ਰਸਤੇ ਮਰੋ। ਹਾਂ ਇਹ ਵੀ ਠੀਕ ਹੈ, ਫਿਰ ਅਸੀਂ ਉਸੇ ਸੁਰੰਗ ਰਾਹੀਂ ਆਉਂਦੇ ਹੈ ਨਾ। ਹਾਂ ਦੱਸੋ ਸਰ ਜੀ, ਸੁਰੰਗ ਵਾਲੀ ਜਗ੍ਹਾ ਲੱਭ ਲਈ? ਗੁੱਡ ਸਰ ਜੀ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਅਸੀਂ ਮਿੱਟੀ ਭਰ ਕੇ ਸੁਰੰਗ ਪਰਮਾਨੈਂਟਲੀ ਬੰਦ ਕਰਤੀ, ਤਾਂ ਕਿ ਹੋਰ ਕਦੇ ਕੋਈ ਭੱਜ ਨਾ ਸਕੇ। ਤੁਲਸੀਦਾਸ, ਤੁਲਸੀਦਾਸ, ਮੈਂ ਤੈਨੂੰ ਹੁਣ ਕੀ ਕਹਾਂ, ਬਸ ਇੱਕ ਆਹੀ ਦੋਹਾ ਰਹਿੰਦਾ ਸੀ ਜਿਹੜਾ ਤੂੰ ਪੂਰਾ ਕਰਤਾ। ਮਤਲਬ
मतलब जेल विच हुण तक जिन्ने कैदियां नूं फांसी होई आ सानू उहनां सारयां दा श्राद्ध मनाउणा चाहीदा तां मुसीबतां कढ़नगियां। ਹੁਣ ਕਿਹੜੀ ਨਵੀਂ ਮੁਸੀਬਤ ਆ ਪਈ? ਸਾਲਾ ਜਿਹੜੀ ਆਪਣੀ ਕਮਾਂ ਨੂੰ ਬੰਦ ਕਰਕੇ ਆਇਆ ਉਸੇ ਰਾਹ ਤੇਰੇ ਦੋ ਪਿਓਾਂ ਨੇ ਆਉਣਾ ਸੀ। ਲੈ ਇਹਦੇ 'ਚ ਕੀ ਆ ਜਨਾਬ, ਮੈਂ 5-7 ਮੁਲਾਜ਼ਮ ਲਾ ਕੇ ਹੁਣੇ ਹੀ ਦੁਬਾਰਾ ਸੁਰੰਗ ਪਟਾ ਲਿਆ। ਹਾਏ ਰੱਬਾ, ਮੇਰੀ ਮਾਂ ਉੱਪਰ ਬੈਠੀ ਧਰਮਰਾਜ ਨੂੰ ਕੀ ਮੂੰਹ ਦਿਖਾਉਂਦੀ ਹੋਣੀ ਆ ਕਿ ਮੈਂ 21 ਸਾਲ ਇਸ ਜਨੌਰ ਨੂੰ ਤਰਸਦੀ ਨਹੀਂ ਜਿਹੜਾ ਜੇਲਰ ਹੋ ਕੇ ਜੇਲ੍ਹ ਦੇ ਵਿੱਚ ਆਪ ਹੀ ਸੁਰੰਗਾਂ ਪਟਵਾਈ ਜਾ ਰਿਹਾ। ਸਰ ਜੀ, ਫਿਰ ਤੁਹਾਡਾ ਸ਼ਰਾਧ ਵਾਲਾ ਆਈਡੀਆ ਬਿਲਕੁਲ ਠੀਕ। ਸਾਲਿਆ, ਮੇਰਾ ਸ਼ਰਾਧ ਨਹੀਂ ਕੈਦੀਆਂ ਦਾ। ਸਰ ਜੀ, ਹੁਣ ਅਸੀਂ ਕੀ ਕਰਨਾ? ਤੁਸੀਂ ਇੱਕ ਕੰਮ ਕਰਨਾ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ। ਓਏ ਮੂਰਖੋ, ਉਹਨਾਂ ਦੇ ਮੁੜਨ ਦਾ ਸਿਰਫ ਇੱਕ ਰਾਹ ਸੀ, ਤੁਸੀਂ ਉਹ ਵੀ ਤੁੰਨ ਤਾ। ਹੁਣ ਤਾਂ ਕੈਦੀ ਜੇਲ੍ਹ ਚੋਂ ਭੱਜਣ ਦੀਆਂ ਸਕੀਮਾਂ ਬਣਾਉਂਦੇ ਤਾਂ ਬਹੁਤ ਸੋਹਣੇ ਸੀ, ਇਹ ਪਹਿਲੇ ਕੈਦੀ ਹੋਣੇ ਜਿਹੜੇ ਜੇਲ੍ਹ 'ਚ ਮੁੜ ਘੁਸਣ ਦੀ ਸਕੀਮ ਬਣਾਉਣਗੇ। ਮੰਨ ਗਿਆ ਫਿਰ ਯਾਰਾਂ ਨੂੰ, ਮੇਰੀ ਪੱਟੀ ਸੁਰੰਗ ਦੁਬਾਰਾ ਕੰਮ ਆ ਗਈ ਨਾ। ਸੋਚ, ਜੇ ਮੈਂ ਸੁਰੰਗ ਨਾ ਪੱਟਦਾ ਤਾਂ ਦੁਬਾਰਾ ਅੰਦਰ ਕਿਵੇਂ ਜਾਂਦਾ? ਆਹੋ, ਸਾਰਾ ਕੁਛ ਤੇਰਾ ਹੀ ਕੀਤਾ ਕਰਾਇਆ। ਜੇ ਤੂੰ ਸੁਰੰਗ ਨਾ ਪੱਟਦਾ ਆਹ ਪੁਆੜਾ ਪੈਣਾ ਹੀ ਨਹੀਂ ਸੀ। ਕਿਉਂ? ਉਹ ਨਾ ਸ਼ੁਕਰੀਆ, ਅੱਜ ਤੋਂ ਬਾਅਦ ਮੈਂ ਕਿਸੇ ਦਾ ਚੰਗਾ ਕਰਨਾ ਹੀ ਨਹੀਂ। ਚੱਲ ਚੱਲ, 2009 ਦੀ ਗੱਲ ਹੈ, ਮੁਹੱਲੇ ਦੇ ਬਿਮਾਰ ਬੰਦੇ ਨੂੰ ਮੈਂ ਖੂਨਦਾਨ ਕੀਤਾ, ਆਸਾਨ ਤਾਂ ਉਹਨੇ ਕੀ ਮੰਨਣਾ, ਚੜੇ ਮਹੀਨੇ ਲਾਂਭਾ ਲੈ ਕੇ ਆ ਜਾਂਦਾ। ਕਵੇ ਤਰਸੇਮ ਲਾਲ, ਜਬ ਸੇ ਤੇਰਾ ਖੂਨ ਲਿੱਤਾ ਹੈ ਹਰ ਮਹੀਨੇ ਮੈਨੂੰ ਮਲੇਰੀਆ ਹੋ ਜਾਂਦਾ ਹੈ, ਔਰ ਮੈਂ ਤੈਨੂੰ ਖੂਨ 'ਚ ਮੱਛਰ ਘੋਟ ਕੇ ਦਿੱਤੇ। ਹੋਰ ਸੁਣ ਲਓ, ਮੈਂ ਮਾਤਾ ਦੇ ਜਾਂਦਾ ਨਾ ਤਾਂ ਤੁਰ ਕੇ ਜਾਂਦਾ, ਪਰ ਜਿਹੜਾ ਬੰਦਾ ਖੱਚਰ 'ਤੇ ਜਾ ਰਿਹਾ ਹੋਵੇ ਮੈਂ ਉਹਨੂੰ ਪਾਣੀ ਪਿਆਉਂਦਾ। ਮੈਂ ਖੱਚਰ ਨੂੰ ਵੀ ਪਾਣੀ ਪਿਆਉਂਦਾ। ਵੀ ਕੋਈ ਗੱਲ ਨਹੀਂ, ਖੱਚਰ ਹੈ ਜਾਂ ਤਾਂ ਮਾਤਾ ਦੇ ਰਿਹਾ ਨਾ, ਉਸੇ ਬੰਦੇ ਨੂੰ ਕੱਢ ਰਿਹਾ ਕੇ ਕਹੋ ਜੈ ਮਾਤਾ ਦੀ, ਪਛਾਣਦਾ ਨਹੀਂ ਉਹ ਬੰਦਾ। ਛੱਡੋ, ਖੱਚਰ ਨਹੀਂ ਪਛਾਣਦਾ। ਬੋਲੋ ਜੈ ਮਾਤਾ ਦੀ, ਬੋਲੋ। ਬਾਈ, ਇਹਨੂੰ ਦੇਖਿਆ ਕਿਤੇ? ਹਾਂ, ਇਹਨੂੰ ਤਾਂ ਮੈਂ ਵੀ ਲੱਭ ਰਿਹਾ। ਹੈਂ, ਭੈਣ ਹੈ ਇਹ ਮੇਰੀ, ਕਿੱਥੇ ਦੇਖਿਆ ਇਹਨੂੰ? ਉਹ ਬੋਲ, ਕਿੱਥੇ ਦੇਖਿਆ? ਇਹ ਤਾਂ ਸ਼ੋਲੇ ਫਿਲਮ 'ਚ ਵੇਖੀ ਸੀ ਨੀਰੂ ਬਾਜਵਾ। ਸ਼ੋਲੇ ਫਿਲਮ 'ਚ ਤਾਂ ਹੇਮਾ ਮਾਲਨੀ ਹੈ। ਆਪਾਂ ਇਹਦੀ ਜਨਰਲ ਨੌਲੇਜ ਵਧਾਉਣ ਨਹੀਂ ਆਏ, ਮੇਰੀ ਭੈਣ ਲੱਭਣ ਆਏ ਆ। ਇਨ ਕੁੱਤੋਂ ਕੇ ਸਾਹਮਣੇ ਮਤ ਨਾਚਨਾ ਭੋਲੀ, ਪਹਿਲਾਂ ਕਿਉਂ ਨਹੀਂ ਬੋਲੀ? ਆਪਣਾ, ਤੁਹਾਡੇ ਮਾਂ ਪਿਓ ਦੀ ਉਮਰ ਕਿੰਨੀ ਹੈ? 50 ਸਾਲ। ਕਿਉਂ? ਹਜੇ ਵੀ ਕੁਛ ਨਹੀਂ ਵਿਗੜਿਆ ਨਵੀਂ ਭੈਣਾਂ ਜੂ, ਬਸ ਸਾਂਭ ਕੇ ਰੱਖਿਓ। ਇਸ ਮੁਲਕ 'ਚ ਭੈਣਾਂ ਤੇ ਗਾਣੇ ਤਾਂ ਬਹੁਤ ਬੰਦੇ ਆ, ਪਰ ਭੈਣਾਂ ਨੂੰ ਕੋਈ ਜੰਮਣ ਨਹੀਂ ਦਿੰਦਾ। ਫੂਲੋ ਕਾ ਤਾਰੋ ਕਾ ਸਭ ਦਾ ਕਹਿਣਾ ਹੈ, 1000 ਮੇਂ ਮੇਰੀ ਭੈਣਾ ਹੈ। ਹੈਲੋ ਪੁੱਤ, ਉਹਦੇ ਸਾਰੀਆਂ ਸਹੇਲੀਆਂ ਦੇ ਦੇਖਿਆ ਹੈ? 1-2 ਸਹੇਲੀਆਂ ਰਹਿੰਦੀਆਂ। ਦੇਖ ਲੈ ਪੁੱਤ, ਜੇ ਉੱਥੇ ਵੀ ਨਾ ਮਿਲੀ ਬਸ ਫਿਰ ਇਹ ਸਮਝ ਲਿਓ ਕਿ ਉਹਨੂੰ ਮਿਲਣ ਬਸੀ ਪਠਾਣਾ ਜੇਲ੍ਹ ਹੀ ਗਈ ਉਹ। ਮੈਂ ਤੁਹਾਨੂੰ ਫੋਨ ਕਰੂੰਗਾ, ਸਿੱਧਾ ਉੱਥੇ ਹੀ ਪਹੁੰਚ ਜਿਓ। ਓਕੇ ਮੰਮੀ। ਗੁਰੀ, ਮੈਨੂੰ ਤਾਂ ਇਹ ਪਾਗਲ ਜਿਹਾ ਲੱਗਦਾ। ਰਾਮੂ ਪਟਾਕੇ ਤਾਂ ਕੱਢ ਲਓ ਬਾਜੀ। ਆਹ ਦੇਖ ਲੈ ਕੀ ਕਰੀ ਜਾਂਦਾ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਪੈ ਗਿਆ ਸੀ, ਜਦ ਸਾਲਾ ਇਕੱਲਾ ਖੜਾ ਜਬੜੀਆਂ ਮਰੀ ਜਾਂਦਾ ਸੀ। ਚਲੋ ਹੁਣ। ਓਏ, ਤੁਹਾਡੀ ਮਾਂ ਭੈਣ ਤੋਂ ਵੱਖ ਹੋ ਗਈ ਨਾ, ਮੈਂ ਤੁਹਾਡੀ ਮਾਂ ਭੈਣੇ ਕਰ ਦੂੰ। ਜੇ ਮੈਂ ਆਪਣੀ ਆਈ ਤੇ ਆ ਗਿਆ ਨਾ, ਇੱਕੋ ਗਾਲ 'ਚ ਸਾਰਾ ਟੱਬਰ ਇਕੱਠਾ ਕਰ ਦੂੰ। ਅੜਾ ਓਏ, ਉਹ ਜਾਣੇ ਕਿੱਥੇ ਹੋ? ਤੁਸੀਂ ਤਾਂ ਇਕੱਲੀ ਭੈਣ ਲੱਭ ਰਹੇ ਹੋ, ਆ ਖਸਮ ਤੁਹਾਡਾ ਜੀਜਾ ਵੀ ਲੱਭ ਰਿਹਾ। ਉਹ ਬਚ ਗਏ, ਫਸ ਗਏ। ਅਸੀਂ ਅਮਨ ਨੂੰ ਨਾਲ ਨਹੀਂ ਰੱਖ ਸਕਦੇ। ਹੁਣ ਮੈਂ ਕਿੱਥੇ ਜਾਵਾਂਗੀ? ਹੈ ਇੱਕ ਥਾਂ ਜਿੱਥੇ ਤੈਨੂੰ ਕੋਈ ਨਹੀਂ ਲੱਭ ਸਕਦਾ। ਮਿਲਿਆ ਸ਼ਗਨਾਂ ਦੇ ਟੋਕਰੇ ਭਾਵੇਂ ਇੱਕ ਦੋ ਰਹਿ ਜਾਣ, ਦਾਰੂ ਦੀ ਪੇਟੀ ਨਾ ਭੁੱਲੀ ਗੱਡੀ 'ਚ ਰੱਖਣੀ। ਠੀਕ ਹੈ ਜੀ, ਚੱਲ ਜਾ। ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜਰਨੈਲ, ਤੂੰ? ਤਿਆਰੀਆਂ ਕਾਹਦੀਆਂ? ਅੱਜ ਆਪਣੇ ਕਾਕਾ ਜੀ ਦਾ ਵਿਆਹ ਹੈ ਨਾ। ਅੱਛਾ ਜੀ, ਬੁਲਾਉਂਗੇ ਮਾੜਾ ਜਿਹਾ ਬਲਜੀਤ ਨੂੰ? ਹਾਂ ਹਾਂ, ਬੁਲਾਉਣਾ। ਹੁਣ ਤਾਂ ਜੰਜ ਵੀ ਘਰੋਂ ਤੁਰਨ ਵਾਲੀ ਹੋਣੀ। ਮੈਨੂੰ ਤਾਂ ਕੁਛ ਸਮਝ ਨਹੀਂ ਆ ਰਿਹਾ ਬਲਬੀਰ, ਕੀ ਕਰਾਂਗੇ? ਜੇ ਜੰਜ ਪਹੁੰਚ ਗਈ ਨਾ ਤਾਂ ਸਾਰੇ ਪਿੰਡ 'ਚ ਥੂ ਥੂ ਹੋ ਜਾਣੀ ਹੈ। ਮੈਂ ਤਾਂ ਕਹਿੰਦੀ ਹਾਂ ਸਾਰੀ ਗੱਲ ਮੁੰਡੇ ਵਾਲਿਆਂ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦਿਓ, ਠੀਕ ਹੈ ਨਾ? ਮੁਬਾਰਕਾਂ ਬਾਈ। ਜਰਨੈਲ, ਤੂੰ? ਬਸ ਯਾਰ, ਗੱਲ ਇਹੋ ਜਿਹੀ ਸੀ, ਜੇਲ੍ਹ ਤੋਂ ਭੱਜਣਾ ਪਿਆ। ਅੱਜ ਅਮਨ ਦਾ ਵਿਆਹ ਹੈ ਅਤੇ ਕਾਕਾ ਜੀ, ਤੁਹਾਡੀ ਸਹੁਰਾ ਸਾਹਿਬ ਦਾ ਫੋਨ। ਇੱਕ ਮਿੰਟ। ਹੈ ਹਾਂਜੀ, ਰੈਡੀ। ਦਰਅਸਲ ਅਮਨ ਪਤਾ ਨਹੀਂ ਸਵੇਰ ਦੀ
बिना दसे किथे चलेगी, अजे तक मुड़ी नहीं पुत। बस मेरी एक बेनती है कि जब तक अमन का कुछ पता नहीं चल जाता, तुसी पुत्र जी घरों चंझ ना तोरियो। वो दस तो सही, असं भज क्यों रहे हैं? ऐसे मुंडे नाल ते व्याह है मेरा अज। आहा, बलजीत। हाँ। ये तो यार है मेरा। वो तू यार दा ही पुरजा भजा ले चल। माफ करी भरजाई, मेरे मुँह चो पुरजा निकल गया। इको कुड़ी नाल दो यार व्याह कराना चाहते है, केस तो यार मार दा। पर यार मार कर कौन रहा, मेरी समझ नहीं आ रहा। कोई कोई नहीं कर रहा यार मार, मैं गल करता हूँ नहीं जाके। तेन सौ लगे मेरी जे तू गड्डी मुड़ी, मेरा व्याह है अज, उन्हें नहीं मनना जरनैल। ओह भाई, सेरेज मुंह फसाई फिरदा हो, तू जाके की कहेगा? तेरी दीवी मैं भजा ला चलें, तू कोई होर कर ली। सर जी, जेल मंत्री साहब की भतीजी तुहानू मिलन लई आ। तुलसीदास, तू मेरे हांजी मुंह वल की वेखदा, उन्हां नू बाज जे तंदर लैके आ। लो आए गई हैं, वेलकम वेलकम जी। मैं नवदीप, ए मेरी कुलीग मनी। हेलो जी। मनी बड़ी छोटी करेंसी है। Just kidding. Sit down, please. हुकम। तो अनु चाचा ही दे ऑफिस तो फोन ते आ गया होना? ना भी आया हुंदा, फिर केड़ा तुसी टालने वाली सी? मेरा मतलब पत्रकार नियां नु कौन रोक सकदा? हुकम करो। जरनैल ते तसेम नु बुला दो जल्दी जल्दी, फिर इंटरव्यू स्टार्ट कर दे। एडियां कालियां का दियां बुला देने आ, पर पहला उन्हें सजता अजता लैन दियो। सजन तो चंदी की लोड़ है, असी तो अखबार लिए इंटरव्यू लैन आए हैं। उन्हें तो इतने अज तक कोई सूह लैन नहीं आया। हाँ? तुसी इंटरव्यू लैन आ गई, अगले तो चा आपे चढ़ना, उन्होंने तो चढ़ना ही चढ़ना, इतने सारा सालू चढ़ाया पाया। एक्चुअली पुलिस वाले का ह्यूमर घट लोगों को यह समझ आता। तुसी पहली बारी साडे कोल आए हो, साडा फर्ज बनता तुहाडी सेवा करिए, तुहाडा मूँह मिठा कराइए। तुलसीदास जी सर, किसी दूर दे हलवाई दे कोल खड़ के गर्म गर्म जलेबियां कढ़ा के लेके। टाइम ज्यादा नहीं लग जूगा, तुसी प्लीज नेड़े वाले तो ही मंगवा दो। नेड़े वाले जी साडे नाल उधार नहीं करते, हफ्ते च 5-7 दिन खाण पीण दा समान की मंगा लैंदे सी, साले बगार ही समझण लग पे। तुलसीदास जी, कुड़ियां की आ गईं यार, तू हिलण दा ना ही नहीं लैंदा। सर चलो शाबाश, गल सुन सर, नाल बर्फी ते पारले ते बिस्कुट भी लैके आउणे। पारले नहीं, पारले जी हुंदा। जी तां पुलिस वाले कदे अपने प्यो नूं नहीं कहिंदे, पारले वाले तो साढ़े की लगते हैं, वो पैसा देना गज पढ़वा चाहे उधार ही सही। तुलसीदास जी सर, आराम नाल आई, जलेबियां ठंडिया ना हो जाए सर। जब तक जलेबियां आदियाँ तू जेल यात्रा ना कराई। अब मेरा मतलब जेल का मुआयना। लाओ जी फिर करो दर्शन जेल बसी पठाना दे। ए है वो इतिहासक थड़ा जिथे शहीद आजम सरदार भगत सिंह ते सरदार उधम सिंह अक्सर बैठिया करते सी। सर मैं हिस्ट्री च एमए कीती है ते जिन्ना के भी मैं पढ़िया ते दोनों शहीद इस जेल दे विच कदे भी नहीं आए। अब बीबा जी हो सकदा तुहाडे कोलों इक अद्धा पन्ना पढ़न तो रह गया होवे। अंदरली गल थानू मैं दसदा, ए जिहड़े अंग्रेज हुंदे सी ना गोरे, ए बड़ी शतान दी टूटी हुंदे सी। उहनां नूं इक गल दा डर हमेशा बणिया रहिंदा सी कि जे इहनां दे साथियां नूं पता लग गया कि दोवें इनकलाबी इस जेल च ने, उह किसे वेले वी इहनां नूं छड़ा के लिआ सकदे आ। इस करके दसदे कितने होर होंगे सी, ते इन्हां नूं रखदे कितने होर होंगे सी। सर तुसी हिस्ट्री दी स्टूडेंट नूं ना झूठा सिद्ध कर रहे हो। अच्छा जी, इहदा मतलब सरकार मेरे नाल हुण तक झूठी बोलदी रही? मैं तां स्पैशल कह के अपनी ट्रांसफर इस जेल च कराई आ कि मेरी तनखाह भावें 5,000 घट कर दिओ, पर जेलर जलौर सिंह जौल सेवा करूगा तां शहीदां दी जेल च करूगा। जौल साहब, तुहाडे विचार ना बड़े ही चंगे ने, पर मैनूं ना तुहाडे आईक्यू ते तरस आ रिहा। तरस तां मैनूं इहनां कैदियां ते आ रिहा जिन्हां कोलों मैं पिछले 19 सालों तो इस नौन इतिहासक थड़े ते मत्थे टकाई गया। हुण तुसीं जरनैल ते तसीम नाल मिलवाओगे सानू? हाँ मिलावांगे मिलावांगे, क्यों नहीं मिलावांगे, पर उस तो पहले जिहड़ियां जलेबियां मंगवाईआं पहले वो तो छका दिए, होर ना कितें पईआं पईआं सिद्धियां हो जाण। चलो ओ जांदी आई साडी गड्डी, ओही चोर ने, उन्हां ने मैनूं चोर चोर ਐਰ ਜਾ ਮਾਮਾ ਉਹ ਜੀਪ ਵਾਲੇ ਬੰਦੇ ਜਰਨੈਲ ਮੈਂ ਤਾਂ ਐ ਸੀ ਕਿਤੇ ਬਲਜੀਤ ਹੀ ਹੋਊਗਾ ਪਰ ਲੱਗਦਾ ਲੋਕਾਂ ਨੂੰ ਘਰ ਵਾਲੀ ਤੋਂ ਜ਼ਿਆਦਾ ਜੀਪਾਂ ਪਿਆ ਉਹ ਪਲੀਜ਼ ਉਹ ਭਰਾਵਾ ਜੇ ਫੜੇ ਗਏ ਨਾ ਤਾਂ ਕੁੜੀ ਭਜਾਉਣਾ ਤੂੰ ਆਪਣੇ ਸਿਰ ਲੈ ਲਈ ਜੀਪ ਚੋਰੀ ਮੈਂ ਆਪਣੇ ਸਿਰ ਲੈ ਲੂੰਗਾ ਨਹੀਂ ਤਾਂ ਬੁੱਗੂ ਕਹੂਗਾ ਮੇਰੀ ਮਾਂ ਕੀ ਗਈ ਮੇਰਾ ਪਿਓ ਲੋਕਾਂ ਦੀਆਂ ਧੀਆਂ ਭੈਣਾਂ ਕੱਢਣ ਲੱਗ ਗਿਆ
ਉਹ ਤੂੰ ਚੁੱਪ ਕਰਕੇ ਬਹਿ ਜਾ, ਕੁਝ ਨਹੀਂ ਹੁੰਦਾ ਤਾਂ ਚੱਲ 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 ਚੱਲ। ਉਹ ਯਾਰ ਮੱਠੀ ਚ ਲੂਣ ਹੈ ਨੀ, ਚਾਹ ਚ ਮਿੱਠਾ ਹੈ ਨੀ, ਇਹਨੂੰ ਕਹਿ ਮਿੱਠਾ ਹੋਰ ਪਾ ਪੈ ਥੋੜਾ ਜਿਹਾ। ਟਾਈਮ ਘੱਟ ਹੈ ਸਰ, ਪਹਿਲਾਂ ਜੀਜੇ ਨੂੰ ਲੱਭ ਲਈਏ। ਜਦ ਤੱਕ ਜੀਜਾ ਨਹੀਂ ਲੱਭਦਾ ਫਿੱਕੀ ਚਾਹ ਪੀਣਾ ਨਹੀਂ ਹੈ। बस एक जलेबी। मैं मिठा ज्यादा नहीं खाती। की ज्यादा खाने? आप आओ मंगा लेने। एक्चुअली ऐसी डाइटिंग दे हैं, इस करके नहीं खाते। डाइटिंग ते? आ तुम्हारी उम्र है डाइटिंग दी? ओ मिठा खाओ, तकड़िया होवो, कल तुसी ब्याह कराउणे आ, जवाक जमणे आ। फॉर योर काइंड इनफॉरमेशन, मिठा खा के नहीं जवाक जमे जांदे। ओ तो मैनू पता है, खट्टा खा के जमे जांदे आ। जल साहब तुसी किद्दां नहीं गल्लां करदे पए हो? प्लीज जनैल ते तसीम नू बुला दो। ओ श्योर, व्हाई नॉट व्हाई नॉट। एक्सक्यूज मी, एक्सक्यूज मी जी। हेलो, जे 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 स्पीकिंग। जय हिंद सर। सर मैं भुखा प्यासा रह के तरसेम नू लभ लिया, जरनैल भी नाल ही है सर। मैनू की दसदा, कदे दाइया तो भी पेट छुपे है? और मैनू ते घंटा पहले ही पता लग गया सी कि दोए मच्छियां जेल च आ रही हैं। सर थानू पता लग गया सी तो मैनू भी दस देंदे, मैं भी भुखा मरिया इत्थे। ओ बहादुर सिंह, गिले शिकवे कदे फेर कर लांगे यार, समझियो कर। हां ठीक है सर। तू बस जल्दी दोए मच्छियां सही सलामत लेके इत्थे पहुंच। सर असी कोई मच्छी मुच्छी नहीं खानी, तुसी फटाफट उन दोनों नु बुलाओ। एक मिनट एक मिनट, छोटे भीम दा की करना है सर? ओ यार आपा की करना, आपा नु कुछ कहंदा नाल ले आ, आपे बोरी नाल सेबा लटकदा रहू। सर ए तां दस दो ही मगर मामे ने। मामे किनू कहया होए? तुहानू नहीं सर, मैं तां पुलिस वाले नु कहया जी। मैं साले यार डाकिया? नहीं सर, इत्थे छोटे हुंदे तां मामे ही कहंदे आया जी। तू ही तो भी छोटा सी। तुसी इहनू छड्डो जी, जीजे नु फड़ो। आजा चलो, आजो आजो फड़ लो। ਮੈਨੂੰ ਤਾਂ ਛੱਡਦੇ ਪਤੰਦਰ। ਛੱਡਦਾ ਜੀ, ਪਰਾਂ ਹਟੋ ਜੀ, ਅਸੀਂ ਚੋਰੀ ਦੀ ਜੀਪ ਫੜਨੀ ਹੈ। ਤੁਸੀਂ ਕਿਉਂ ਫੜਨੀ ਹੈ ਬ੍ਰਦਰ? ਓਏ ਅਸੀਂ ਪੁਲਿਸ ਵਾਲੇ ਹਾਂ। ਅੱਜ ਕੱਲ ਬਹੁਤ ਨਕਲੀ ਪੁਲਿਸ ਵਾਲੇ ਬਣੀ ਫਿਰਦੇ ਆ। ਹਾਂ, ਆਈ ਕਾਰਡ ਚੈੱਕ ਕਰਾਓ। ਆਈ ਕਾਰਡ? ਆਈ ਕਾਰਡ ਤਾਂ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਆਪਣਾ ਆਈ ਕਾਰਡ ਦਿਖਾ ਸਕਦੇ ਹੋ? ਪਰ ਅਖਬਾਰ ਵਿੱਚ ਵਾਲੇ ਕੋਲ ਤਾਂ ਹੁੰਦਾ ਨਹੀਂ ਨਾ ਜੀ ਆਈ ਕਾਰਡ। ਯਾਰ ਮੇਰੇ ਬਾਰੇ ਗੱਲ ਹੋ ਰਹੀ ਹੈ, ਆਈ ਕਾਰਡ ਕੇ ਹੈ ਨਾ? ਹਾਂ ਲੋ, ਹੁਣੇ ਦਿਖਾ ਦਿੰਦੇ। ਦਿਖਾਓ ਦਿਖਾਓ ਆਈ ਕਾਰਡ। ਮੈਨੂੰ ਲੱਗਦਾ ਹੈ ਗਲਤੀ ਨਾਲ ਬੱਚੇ ਅੱਜ ਸਕੂਲ ਲੈ ਗਏ। ਉਹ ਠੀਕ ਹੈ ਠੀਕ ਹੈ, ਹੁਣ ਸਾਡਾ ਟਾਈਮ ਵੇਸਟ ਨਾ ਕਰੋ ਤੇ ਸਾਨੂੰ ਜਾਣ ਦਿਓ। ਐਵੇਂ ਕਿਵੇਂ ਜਾਣ ਦਈਏ? ਕੀ ਪਤਾ ਅਸੀਂ ਨਕਲੀ ਪੁਲਿਸ ਵਾਲੇ ਹੋਈਏ। ਉਹ ਅਸੀਂ ਮੰਨ ਲਿਆ ਕਿ ਤੁਸੀਂ ਅਸਲੀ ਪੁਲਿਸ ਹੋ, ਸਾਨੂੰ ਹੁਣ ਜਾਣ ਦਿਓ। ਇੱਕ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਦੀ ਗੱਲ ਸਮਝਣੀ ਚਾਹੀਦੀ ਹੈ। ਦੇਖੋ ਜੀ, ਰਿਸ਼ਤਾ ਆਪਣੀ ਥਾਂ ਤੇ ਹੈ, ਲੇਖਾ ਮਾਵਾਂ ਧੀਆਂ ਦਾ, ਆਈ ਕਾਰਡ ਤਾਂ ਚੈੱਕ ਕਰਨਾ ਬਣਦਾ ਹੈ। ਇਹ ਬਲਾਈਂਡ ਫੇਥ ਤਾਂ ਮਰਵਾਉਂਦਾ ਬੰਦੇ ਨੂੰ। ਹਾਂਜੀ, ਆਈ ਕਾਰਡ ਤਾਂ ਅੱਜ ਮੈਂ ਚੈੱਕ ਕਰਵਾ ਕੇ ਹੀ ਭੇਜੂ ਤੁਹਾਨੂੰ, ਭਾਵੇਂ ਛੋਟੇ ਭੀਮ ਨੂੰ ਕਰਨਾ ਭੇਜਣਾ ਪਏ। ਜਨਾਬ ਵਰਗਾ ਬਹੁਤ ਸਖਤ ਨੇ, ਰੋਜ਼ ਜਿੰਨੀ ਦੇਰ ਆਪਣੇ ਘਰ ਵਾਲੇ ਦਾ ਮੈਰਿਜ ਸਰਟੀਫਿਕੇਟ ਚੈੱਕ ਨਾ ਕਰ ਲੈਣ ਨਾ, ਉਹਨੂੰ ਬੈਡਰੂਮ 'ਚ ਨਹੀਂ ਵੜਨ ਦਿੰਦੇ। ਜੌਹਲ ਸਾਹਿਬ, ਅਸੀਂ ਆਪਣੇ ਆਫਿਸ ਰਿਪੋਰਟ ਕਰਨੀ ਹੈ, ਪਲੀਜ਼ ਉਹਨਾਂ ਦੋਵਾਂ ਨੂੰ ਬੁਲਾ ਦਿਓ। ਨਵਦੀਪ ਜੀ, ਮੈਂ ਤੁਹਾਡੇ ਕੋਲ ਇੱਕ ਸਲਾਹ ਲੈਣੀ ਚਾਹੁੰਦਾ। ਮੇਰਾ ਇੱਕ ਦੂਰ ਦਾ ਕਜ਼ਨ, ਉਹਦਾ ਇੱਕ ਜਵਾਕ ਆ, ਪਤਾ ਨਹੀਂ ਮੁੰਡਾ ਪਤਾ ਨਹੀਂ ਕੁੜੀ ਆ, ਪਲੱਸ ਟੂ ਕਰ ਲਈ ਸ਼ਾਇਦ, ਐਤਕੀ ਕਰ ਲਵੇ, ਤਿੰਨਾਂ ਸਾਲਾਂ ਨੂੰ ਉਹਨੇ ਬੀ ਏ ਵੀ ਕਰ ਲੈਣੀ ਹੈ। ਮੈਂ ਸੋਚਦਾ ਵੀ ਜੇ ਉਹਨੂੰ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਕਰਵਾਈ ਜਾਵੇ ਤਾਂ ਕਿ ਤੁਹਾਡੇ ਵਾਂਗੂ ਰਿਪੋਰਟਰ ਬਣਾ ਦਈਏ, ਕਿਵੇਂ ਰਹੂਗਾ? ਉਹ ਮੁੰਡਾ ਜਾਂ ਕੁੜੀ ਪਤਾ ਨਹੀਂ ਕਦੋਂ ਬੀ ਏ ਕਰੂ, ਪਤਾ ਨਹੀਂ ਕਦੋਂ ਜਰਨਲਿਜ਼ਮ ਕਰੂ, ਪਤਾ ਨਹੀਂ ਕਦੋਂ ਰਿਪੋਰਟਰ ਬਣੂ। ਆ ਤੁਹਾਡੇ ਸਾਹਮਣੇ ਦੋ ਬਣੀਆਂ ਬਣਾਈਆਂ ਰਿਪੋਰਟਰਾਂ ਬੈਠੀਆਂ, ਤੁਸੀਂ ਉਹਨਾਂ ਦੇ ਪੱਲੇ ਤੇ ਕੁਛ ਪਾ ਨਹੀਂ ਰਹੇ। ਜੌਹਲ ਸਾਹਿਬ, ਜੇ ਤੁਸੀਂ 5 ਮਿੰਟ ਵਿੱਚ ਉਹਨਾਂ ਨੂੰ ਨਹੀਂ ਬੁਲਾਇਆ ਨਾ, ਤੇ ਮੈਂ ਚਾਚਾ ਜੀ ਨੂੰ ਫੋਨ ਕਰ ਦੂੰਗੀ। ਅੱਛਾ ਜੀ, ਜੇ ਇੰਨੇ ਪਿਆਰ ਨਾਲ ਤੁਸੀਂ ਪਹਿਲਾਂ ਸਮਝਾਇਆ ਹੁੰਦਾ, ਮੈਂ ਕਦੋਂ ਦਾ ਮਿਲਣ ਦਾ ਪ੍ਰਬੰਧ ਕਰ ਦੇਣਾ ਸੀ। ਕਮਾਲ, ਮੈਂ ਹੁਣੇ ਹੀ ਬੁਲਾਉਣਾ ਉਹਨਾਂ ਨੂੰ, ਹੁਣੇ। ਸੌਰੀ, ਡੰਡਾ ਚੱਕਣਾ ਸੀ। ਰਣਜੀਤ ਸਿੰਘ ਜੀ,
जे सच्ची वर्दी लैगी आपां करांगे की? करना की है मेरे कोल तां पैली हैगी, तू आपदा सोच। मैं थोड़ा सीरी लग जू साहब आ गए। यार कुड़ियां तां हुण धमकियां ते उतरे आईयां, समझ नहीं आउंदी की करिए। सर जी उन्हां नूं गल्लां च ला के टाइम टपाओ जब तक कैदी भी आ जाएंगे। वह तुलसीदास हुण किन्नियां गल्लां मार जिन्निया एक पीपीएस ऑफिसर दे जबड़ियां मारन दी लिमिट हुंदी आ तो किते वध मार चुके। जनाब मेरी मन्नो, तुसी कुड़ियां नूं सच बोल के कॉन्फिडेंस च लै लो। मेरा तां साला अपना कॉन्फिडेंस हिल्लिया पिया, उहनां नूं सवाल आवां समझ नहीं आउंदी हुण खड़े पैर कित्थों लिया। मैं जरनैल ते तरसे साली मुसीबत ते मुसीबत, पता नहीं कदों बौणगे। तुलसीदास जी जनाब, पिछले महीने कतल केस विच जिहड़े पंज कैदी उम्र कैद की सजा कटन आए ने, भला उन्हां चो दो दा नां जरनैल ते तरसेम नहीं? ना तां इही आ बस। कुड़ियां ने यही कहा ना कि सानू जरनैल ते तरसेम मिलाओ, यह तो नहीं ना कहा कि रिहा होने वाले जरनैल ते तरसेम मिलाओ। अच्छा तुसी ओ जरनैल ते तुसी ओ तरसेम। आ तुसी दसो कि विसाखी दे मौके ते थानू दोहां नू रिहा कीता जा रहा है, किदां दा लग रहा है थानू? ओ बीबी आ कोई नवी थर्ड डिग्री है? नहीं नहीं सच्ची रिहा कीता जा रहा है थानू, सरकार ने थोड़े बर्ताव तो खुश होके ना थोड़ी सजा ही माफ कर दी है। किदां दा फील कर रहे हो? फील सरकार दा दिमाग हिल गया। आ फील कर रहे हैं सी, 14 साल इत्थे आए हैं, 14 साल। तुहानू गलत फहमी हुई है, तुसी 14 साल अंदर नहीं आए, इत्थों दे MLA इन्हां दे चाचा जी ने, ते उन्होंने ना तुहाडी बाकी दी सजा माफ कर दी। किन्नी तरीक है अज? 13 अप्रैल। 13 अप्रैल ते मूर्ख तू सानू 1 अप्रैल वांग बना रही है? ओ बीबी जिस जेल दे विच कैदियां दी फीलिंग दे नाल इहो जिहा मखौल करदे आ ना, तुसी दसो उत्थे असी 14 साल किवें कट सकदे आ? ओ वड़ गई तुहाडी सजा माफी भांडे दे विच, तुसी सानू फांसी करा दिओ बस। ओ असी नहीं कढ़ने इत्थे कोई 14-14 साल। केड़े 14 साल? ओ तुसी दसो केड़े कानून च लिखिया है कि 2 किलो फीम ते 1 थप्पड़ दी सजा 14 साल? बड़े जाहे लोग ने, मुंह ते पंजे दा निशान ही चढ़ता, ते सरकार इन्हां नूं चंगे विहार लई रिहा कर रही है। आलन दे चाचा जी नूं मैं दसदी आं उन्हां नूं। ओए तू कुड़ी दे थप्पड़ क्यों मारिया? असीं इन्नी मुश्किल नाल कतल कीता ते ओह सानूं थप्पड़ मार बनाई जांदी? ओए MLA दी भतीजी है, हो सकदा ओहदी गल च कोई सच्चाई होवे। सच्चाई होवे आ गया ओहदियां गल्लां च। मैनूं इह दस किहड़े मुल्क च सरकार कतल दी सजा 1 महीने च माफ कर दिंदी आ? ओए इन्हां लीडरां नूं साडे वर्गे खुंखार बंदिआं दी लोड़ हुंदी है जिहड़े कुछ भी कर सकन। ओए हो सकदा उस MLA ने कोई गाठी पा के साडी सजा माफ कराई होवे। गल तेरी च दम आएगा, हैगा दम। गल सुन, इत्थे जेल च सड़न नालों चंगा ये है कि आपां MLA दे टट्टू बन के रही जावांगे। ओए ओ तां ठीक है, पर आ जिहड़ा तू कुड़ी दे थप्पड़ मारदा, जे उन्हें अपने चाचे नूं कह के किते साडी माफी कैंसल कराती फिर? यार उन्हां नुकसान कतल नाल नहीं होया, जिन्ना थप्पड़ नाल हो जाना। थप्पड़ मारिया? हां जी। ये किवें हो सकता? ये दोनों तो इन्ने बीबे बच्चे ने कि हर रोज सवेरे उठ के अपने सीनियर कैदियों के पैरिए थलाउंदे ने, गुरु को लर्गा माहौल बनाया पिया जेल च, थप्पड़ किवें मार सकते? ना झूठ बोलदी है, आ वेख लो मुंह ते पंजे दा निशान छपिया। ओ नो नवदीप जी, ये गल तुसी प्लीज अपने चाचा जी नूं दस्सो, वो तो पहले दूजी पार्टी दे ने पंजा देख के उन्होंने होर भड़क जाना। What? Oh yes, मैं ला लिया साहब, ये उन्हां दा कोई कसूर नहीं, ये सारा कसूर सलमान खान दा। जनाब वो किवें? उन्हें एक बारी पत्रकारां ते हाथ की चक लिया, सारे साले ओहदियां रीसां करन लग गए। सर जी जेल मंत्री साहब आ गए। तुलसीदास मैनू अगे घट टेंशन ने, जिहड़ा होर नवां दोहा सुनाउण आ गया, टाइम तो पहले ही आ गए। Thank you.
जी सर। दरवाजा थोड़ा छेती खोलिया करो, बड़े लोग आप दरवाजा खोलते भैड़े लगते हैं। लग देता है सर। वैसे चंगा होया कि आज तुम बिना लाल बत्ती वाली गड्डी ते आए। ओ यही ट्रेंड चल रहा है जी पॉलिटिकल मार्केट। मेनू तो करेलू मार्केट का पता है। घर वाली ने पेके छेती पहुंचना सीगा, लाल बत्ती वाली गड्डी ओ लगी, नहीं तो मैं लेके आनी सी। ओहो, जे ऑपोजिशन नु ये गल पता लगी तो उन्हें चक लेना है कि तुसी सरकारी गड्डियां च करेलू काम कर रहे हो। भाभी जी नु कुछ समझाया करो सर। मैं समझदा जीता जी, तुहाडी भाभी नु समझाउण नालों आपां ऑपोजिशन नु समझा लांगे, क्योंकि तुहाडी भाभी नालों वड्डी ऑपोजिशन कोई नहीं हो सकदी। चलिए सर। मूसा डरे मौत तो, ते मौत मूहरे खड़ी। तुलसीदास जी जनाब, 5-7 कैदियों नु स्वागत लई गेट ते भेज ते बाकियां नु बैरक च इकट्ठे कर। बेहतर जनाब। मंत्री भी करो कड्या ही लगदा। जय हिंद सर। जी आयां नु विसाखी दीआं बहुत बहुत मुबारकां। जलौर सिंह जी, तुहानू वी विसाखी दीआं बहुत बहुत मुबारकां। देखिया फिर जिहड़े दो बंदे तुसीं रिकमेंड कीते सी कराते ना रहा, खुश होण तां? बस सर खुशी आ, पर लग नहीं रहे। एक्चुअली सर जिहड़े कैदियां नु तुसीं रिहा कर रहे हो उन्हां नाल मेरा प्यार ही इन्ना पै गया सी कि अज्ज ओह जा रहे ने, इस करके थोड़ा मन भरिया है। अदरवाइज़ कोई खास गल। कदों तक दुखी रहोगे? इन्हां कैदियां नू अपनियां धीआं समझो, सारियां धीआं ने एक दिन तुर जाना हुंदा। सर जी आए एक एक करके सारियां धीआं तुर गईयां, फिर तो एक दिन बावल का बेड़ा सुनना होजू। बस बचणगियां तां 2-4 उम्र कैद वालियां धीआं बचणगियां। जे इन्नी दुखी हो रिहाई कैंसल करा दिंदे आं, पेके बिठा के रखियो प्रभ दीआं धीआं नू। सर तुसीं धीआं की गल करदे हो, धीआं दे प्यो दा नहीं पता कि शाम तक उन्हें आप पेके रहना कि नहीं रहना। की मतलब? सर मेरा मतलब पेके आओ, प्लीज़ वेलकम आओ। सर पता नहीं कदों दे तुहाडे स्वागत लई आए। सत श्री अकाल, की हाल चाल है थोड़ा? कोई प्रॉब्लम तो नहीं? बस जी इक्को प्रॉब्लम है जी, आ गर्म पानी पी पी के सब दी अंदरां सड़ियां पईयां ने जी। मेहरबानी करके एक वाटर कूलर लवा दो जी। पर कूलर आपां पिछले साल लवाए तां सी। ओह तां सर हवा वाले सी। हवा तो ठंडी दिंदे ही होणगे। हाँ जी। बस फिर इन्हां नूं गर्म पानी पिला के उन्हां दे मूहरे बिठाओ, आप ही पानी ठंडा हो जू। नोट कर लिया जी, नोट कर लिया। मैं अगे विधवा आश्रम भी जाना, आपां फंक्शन छेती शुरू करिए। सर आपां फंक्शन एड्डी जल्दी शुरू नहीं कर सकते। क्यों? क्योंकि सर अजे तक तो इन्ह ने अपने दिल दिया गल्लां तुहाडे नाल कोई सांझियां कीतियां नहीं। ये तो बेचारे सवेर दे तुहानूं आई डीकण लगे हुए ने जिवें जीजे नूं सालियां। मेरे कहण दा मतलब सर जे इन्हां ने अपने दिल दी पड़ास ना कढ़ीए तां भड़क जाणगे। सो सर बेनती है कि साडी मजबूरी समझो। चाचा जी। ओह जे मैं थोड़ा दूर दा चाचा है तां मतलब ये थोड़ा भी दूर खड़ के आवाजा मारो, नेड़े आ के गल करो। चल कि मेरे इंटरव्यू। उही तां मैं तुहानूं दसना सी। मैं इन्हां नूं पहलां ही दस चुक्या कि साडे कैदी कदे कदे भटक जांदे आ, उहनां नूं माफ कर दिओ। माफ कर दो? ऐं किवें माफ कर दो? इह तां बदतमीजी होई ना। नवी बंदा अपने आप ही भटकदा है। जेल च रह के कैदी अक्सर चिड़चिड़े सुभाअ दे हो जांदे ने। इदों पहलां उह भटकण, मैं जाके उहनां नूं शांत करदा। अच्छा रिहाई देख के जाणी है? रिहाई नहीं, इह तां साडी तबाही देख के जाणगे। है जी? ओह सॉरी मैं समझा तुलसीदास। तुसीं मंत्री दे स्वागत लई बाहरों फुल फल तां मंगा लैणे सी। बाहरों तां होर भी बथेरा कुछ मंगाया, हजे राह च ही आ। तुसीं 15 मिंट पहलां जो आ गए। अच्छा बस बस बस। मेरे कैदी साथियों, सब तो पहला मेरे वालों आप सब नू विसाखी दे मौके ते बहुत बहुत मुबारकां। मैनू जेलर साहब ने दस्या सी भी तुसी सारे मेरे नाल अपने दिल दीआं गल्लां सांझीआं करनीआं चाहुंदे हो, खुल के बोलो। मंत्री जी, मंत्री जी। एक मिनट एक मिनट एक मिनट, आउण दिओ इहनां नू, बोलो। मंत्री जी असी अपनी गलती लई शर्मिंदा, सानू माफ कर दिओ। देखो इंसान गलतियां दा पुतला है, जे पुतले चो फूक निकल जाए फिर पुतला इत्थे रख के फूकना है। तुसी अपनी गलती मन्नी, इस गल दा मैनू तुहाडे ते माण है। मंत्री साहब जेड़ी अज रिहाई होनी है ओह कैंसल ते नहीं ना होनी? लै दस कैंसल क्यों होनी है, बल्कि रिहाई मैं अपने करकमलां नाल करके जाऊंगा, तां कि जेल दे विच बाकी कैदियों नूं उत्साह मिले। जे अज सरकार चंगे बरतावे करके जेल दे विचों 2 कैदी नूं रिहा कर सकती है ते कल नूं 4 नूं भी कर सकती है। बहुत हो गया बहुत हो गया, चलो शाबाश शाबाश। फंक्शन स्टार्ट भी करता, जिहड़े बंदे कैदियां लभ के लैके उहनां दा इंतजार भी नहीं कीता। साहब मेरे नाल लगदे मेरी प्रमोशन ना हो जाए। पर मेरे नाल तो कोई लाग डाट भी नहीं। जय हिंद सर। शुक्र है तुसी आ गए।
ਸਰ ਕਿੱਥੇ ਦੋਵੇਂ ਕੈਦੀ ਇਹ ਸਵਾਲ ਮੈਂ ਪੁੱਛਣਾ ਕਿੱਥੇ ਆ ਦੋਵੇਂ ਸਰ ਅਸੀਂ ਤਾਂ ਪੁਲਿਸ ਤੋਂ ਬਚਾ ਕੇ ਉਹਨਾਂ ਨੂੰ ਇੱਥੇ ਭੇਜਤਾ ਸੀਗਾ ਜੇਲ੍ਹ 'ਚ ਫਿਰ ਕਿੱਥੇ ਚਲੇ ਗਏ ਉਹਨਾਂ ਨਾਲ ਨਹੀਂ ਲੈ ਕੇ ਆ ਸਕਦੇ ਸੀ ਸਰ ਅਸੀਂ ਰਾਜ ਥੋੜ੍ਹਾ ਰੁੱਕ ਗਏ ਸੀ ਜੀਜਾ ਜੀ ਦੇ ਰਿਹਾਈ ਵੇਲੇ ਪਾਉਣ ਲਈ ਫੁੱਲਾਂ ਦਾ ਹਾਰ ਚਾਹੀਦਾ ਸੀ ਨਾ ਜੀ ਉਹ ਪਹਿਲਾਂ ਆਪਣੇ ਜੀਜੇ ਨੂੰ ਇੱਥੇ ਆ ਕੇ ਮਰਤਾ ਲੈਣ ਦਿੰਦਾ ਫਿਰ ਹਾਰ ਵੀ ਪਾ ਦਿੰਦਾ ਜੇਲਰ ਸਾਹਿਬ ਕੀ ਹੋ ਗਿਆ ਉਹ ਸਰ ਤੁਹਾਡੇ ਲਈ ਹਾਰ ਮੰਗਾਇਆ ਐਡੀ ਵੀ ਕਾਹਦੀ ਗਾਲੀ ਸੀ ਜੇ ਲੇਟ ਹੋ ਹੀ ਗਏ ਸੀ ਕੋਰੀਅਰ ਕਰਾਉਣ ਦੇ ਮੈਂ ਘਰੇ ਪਾ ਲੈਂਦਾ ਚਲੋ ਫੰਕਸ਼ਨ ਸ਼ੁਰੂ ਕਰੋ ਸਰ ਜੇ ਜੇਲ੍ਹ 'ਚ ਆਏ ਹੋ ਇੱਕ ਛੋਟਾ ਜਿਹਾ ਪਰਪਕਾਰ ਹੋਰ ਕਰ ਜਾਓ ਆਪਣੇ ਘਰ ਕਮਲਾਂ ਨਾਲ ਇੱਕ ਅੱਧਾ ਬੂਟਾ ਹੀ ਲਾ ਜਾਓ ਕਿਹੜੇ ਤੁਸੀਂ ਬੂਟਿਆਂ ਬਾਟਿਆਂ ਵਾਲੇ ਚੱਕਰ 'ਚ ਪਈ ਜਾਂਦੇ ਹੋ ਮੈਂ ਬਲਕਿ 3-4 ਬੂਟੇ ਘਰੇ ਪੱਟ ਕੇ ਆਏ ਮੇਰੇ ਪੈਰਾਂ 'ਚ ਫਸੀ ਜਾਂਦੇ ਸੀ ਸਰ ਇਹਦਾ ਮਤਲਬ ਤੁਸੀਂ ਗਰੋ ਗ੍ਰੀਨ ਮੂਵਮੈਂਟ ਦੇ ਅਗੇਂਸਟ ਹੋ ਇਹ ਕੀ ਹੁੰਦਾ ਸਰ ਸਰ ਇਹ ਵੀ ਬੂਟੇ ਲਾਉਣ ਵਾਲਾ ਮਹਿਕਮਾ ਹੁੰਦਾ ਤੁਸੀਂ ਉਹੀ ਬਿਨਾਂ ਸੋਚੇ ਸਟੇਟਮੈਂਟ ਦੇਈ ਜਾਂਦੇ ਹੋ ਐਂ ਕਰੋ ਹੁਣ ਬੂਟਿਆਂ ਦੇ ਹੱਕ 'ਚ 2-4 ਗੱਲਾਂ ਕਰੋ ਨਾਲੇ ਜਿਹੜਾ ਬੂਟਾ ਸਵੇਰੇ ਪੱਟਿਆ ਸੀ ਨਾ ਹੁਣ ਲਾ ਕੇ ਜਾਓ ਉਹ ਅੱਛਾ ਜੀ ਇਹ ਤਾਂ ਸੁਣਿਆ ਸੀ ਵੀ ਜੋ ਬੀਜਿਆ ਉਹ ਵੱਢਣਾ ਪੈਣਾ ਪਰ ਜੋ ਪੱਟਿਆ ਉਹ ਗੱਡਣਾ ਹੀ ਪੈਣਾ ਅੱਜ ਪਤਾ ਲੱਗਿਆ ਚਲੋ ਮੰਗਾਓ ਵੀ ਬੂਟਾ ਬਾਦ ਸਿੰਘ ਸਰ ਕੋਈ ਬੂਟਾ ਲੈ ਕੇ ਬੂਟਾ ਅਸੀਂ ਕਿਹੜਾ ਕੋਈ ਜੇਲ੍ਹ 'ਚ ਬੂਟਾ ਮੰਗਾਇਆ ਹੋਇਆ ਹੈ ਉਹ ਕੋਈ ਪੁਰਾਣਾ ਲੱਗਿਆ ਹੋਇਆ ਪੱਟ ਲਿਆਓ ਬਸ ਬੂਟਾ ਲੈ ਆਓ ਜਲਦੀ ਜਿਵੇਂ ਮਰਜ਼ੀ ਲੈ ਆਓ ਦੇਖਦਾ ਹੋ ਹਟੋ ਪਰੇ ਹਟੋ ਪਰੇ ਮਿਲ ਗਿਆ ਸਰ ਆ ਲਿਆ ਹੈ ਬੂਟਾ ਇਹ ਕਿੱਥੋਂ ਪੱਟ ਲਿਆ ਮੈਂ ਕਦੇ ਜੇਲ੍ਹ 'ਚ ਤਾਂ ਦੇਖਿਆ ਨਹੀਂ ਇਹ ਸਰ ਤੁਹਾਡੇ ਆਫਿਸ 'ਚ ਪਿੱਛੇ ਪਿਆ ਸੀ ਮੇਜ਼ ਤੇ ਓਏ ਮੂਰਖਾ ਇਹ ਨਕਲੀ ਹੈ ਪਲਾਸਟਿਕ ਦਾ ਸਰ ਮੋਇਆ ਨੂੰ ਪਤਾ ਲੱਗਣਾ ਹੈ ਪਲਾਸਟਿਕ ਦਾ ਮੈਂ ਆ ਦੇਖੋ ਜੜਾ ਟੱਕ ਲਿਆ ਮਿੱਟੀ ਨਾਲ ਉਹ ਲੋਕੀ ਉੱਪਰ ਮੇਕਅਪ ਕਰਦੇ ਆ ਸਾਲਾ ਥੱਲੇ ਕਰ ਲਿਆ ਓਏ ਉਹਨੂੰ ਖੁਸ਼ਬੂ ਤੋਂ ਨਹੀਂ ਪਤਾ ਲੱਗੂ ਸਰ ਮੈਂ ਅਗਰਬੱਤੀ ਦਾ ਗੇੜਾ ਦਵਾ ਕੇ ਲਿਆ ਗਾਲ ਪਾ ਦਿਓ ਜੇ ਕਿਸੇ ਨੂੰ ਪਤਾ ਲੱਗ ਜਾਏ ਨਕਲੀ ਹੈ ਓ ਸ਼ਟ ਲਿਆਓ ਜੀ ਬੂਟਾ ਲਿਆਓ ਜਲਦੀ ਆਇਆ ਸਰ ਲਿਆਓ ਬਸ ਲਿਆਓ 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 ਹੁਣ ਹੱਥਾਂ 'ਚ ਹੀ ਵੱਡਾ ਕਰਨਾ ਇਹ ਲਓ ਸਰ ਓਏ ਹੋਏ ਹੋਏ ਮੇਰੇ ਵਤਨ ਦੇ ਬੂਟੇ ਇਹਨਾਂ ਦੀ ਖੁਸ਼ਬੂ ਹੋ ਗਈ ਧੂਫ ਤੇ ਅਗਰਬੱਤੀਆਂ ਦੀ ਖੁਸ਼ਬੂ ਵੀ ਫੇਲ ਹੈ ਐਕਚੁਅਲੀ ਛੋਟੇ ਹੁੰਦੇ ਤੋਂ ਸਰ ਨੂੰ ਬੂਟਿਆਂ ਨਾਲ ਬਹੁਤ ਪਿਆਰ ਸੀ ਤੁਸੀਂ ਯਕੀਨ ਮੰਨਿਓ ਸ਼ਹੀਦੇ ਮਹੱਬਤ ਬੂਟਾ ਸਿੰਘ ਫਿਲਮ ਮੈਂ ਇਸ ਕਰਕੇ ਦੇਖੀ ਸੀ ਵੀ ਸ਼ਾਇਦ ਬੂਟਿਆਂ 'ਤੇ ਬਣੀ ਹੋਈ ਹੈ ਪਰ ਅਫਸੋਸ ਉਹ ਬੰਦਿਆਂ 'ਤੇ ਬਣੀ ਹੋਈ ਸੀ ਪਲੀਜ਼ ਸਰ ਤੁਸੀਂ ਬੂਟਾ ਲਾਓ ਸਰ ਆਓ ਆਓ ਲੇਟ ਹੋ ਰਿਹਾ ਨਾ ਲਾ ਦਿਓ ਸਰ ਪਾਣੀ ਫੜਾਓ ਸਰ ਵੈਸੇ ਤਾਂ ਇਸ ਬੂਟੇ ਨੂੰ ਪਾਣੀ ਦੀ ਲੋੜ ਨਹੀਂ ਵਾਟਰ ਪਰੂਫ ਆ ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਪਾ ਦਿਓ ਮੇਰੇ ਪਿਆਰੇ ਕੈਦੀਓ ਮੈਂ ਅੱਜ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਹੜਾ ਅੱਜ ਮੈਂ ਬੂਟਾ ਲਾਇਆ ਇਹਦੇ ਵੱਡੇ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਵਿੱਚੋਂ ਅੱਧੇ ਕੈਦੀਆਂ ਨੂੰ ਰਿਹਾਈ ਦਵਾਵਾਂਗਾ ਫਿਰ ਤਾਂ ਸਾਰੇ ਇੱਥੇ ਹੀ ਮਰਨਗੇ ਚਲੀਏ ਆਪਾਂ ਫੰਕਸ਼ਨ ਸ਼ੁਰੂ ਕਰੀਏ ਚਲੋ ਸਰ ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਸੀ ਹੁਣ ਕੀ ਹੋ ਗਿਆ ਸਰ ਜਿਹੜੇ ਕੈਦੀਆਂ ਨੂੰ ਆਪਾਂ ਰਿਹਾਅ ਕਰ ਰਹੇ ਹਾਂ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਆ ਕੇ ਸਰ ਨਾਲ ਗੱਲ ਕਰਕੇ ਦੇਖਿਓ ਜੇ ਸਾਨੂੰ ਅੱਜ ਵਿਸਾਖੀ ਦੀ ਥਾਂ 'ਤੇ ਉਹ 1 ਮਈ ਲੇਬਰ ਡੇ ਵਾਲੇ ਦਿਨ ਛੱਡ ਦੇਣ ਤਾਂ ਕਿੰਨਾ ਚੰਗਾ ਹੋਏਗਾ ਉਹ ਕਿਉਂ ਦੋਨੇ ਦਿਹਾੜੀਦਾਰ ਨੇ ਨਾ ਉਹਨਾਂ ਦਾ ਲੈਣ ਦੇਣ ਫਸਲਾਂ ਨਾਲ ਘੱਟ ਅਤੇ ਲੇਬਰ ਡੇ ਨਾਲ ਵੱਧ ਜਲੌਰ ਸਿੰਘ ਜੀ ਸਰਕਾਰੀ ਕੰਮ ਐਂ ਨਹੀਂ ਚੱਲਦੇ ਹੁੰਦੇ ਸਰ ਇੱਕ ਵਾਰੀ ਚਲਾ ਕੇ ਤਾਂ ਦੇਖੋ ਕਿੰਨਾ ਚੰਗਾ ਹੋਊਗਾ ਜੇ ਆਪਾਂ ਨਰਾਤਿਆਂ ਤੇ ਮਾਤਾ ਦੇ ਭਗਤ ਛੱਡ ਦਿਆ ਕਰੀਏ ਦੀਵਾਲੀ ਨੂੰ ਹਲਵਾਈ ਛੱਡ ਦਿਆ ਕਰੀਏ ਤੇ ਤੀਆਂ ਤੇ ਚੁੰਨੀਆਂ ਰੰਗ ਨਾਲੇ ਲਲਾਰੀ ਸ਼ਾਬਾਸ਼ ਕੱਲ ਨੂੰ ਕਹੋਗੇ ਕਰਬਾ ਚੌਥ ਤੇ ਸਾਰੇ ਪਤੀ ਛੱਡ ਦੋ ਚੰਨ ਦੇਖ ਕੇ ਮੁੜੇ ਆਉਣਗੇ ਫੰਕਸ਼ਨ ਸ਼ੁਰੂ ਕਰਨਾ ਜਾਂ ਅਸੀਂ ਜਾਈਏ ਸੌਰੀ ਸਰ ਐਕਚੁਅਲੀ ਮੈਂ ਕੈਦੀਆਂ ਬਾਰੇ ਥੋੜਾ ਵੱਧ ਹੀ ਸੋਚ ਜਾਂਦਾ ਬਸ ਉਹੀ ਨਹੀਂ ਕਦੇ ਮੇਰੇ ਬਾਰੇ ਸੋਚ ਜਰਨੈਲ ਬਲਜੀਤ ਜਰਨੈਲ ਸੌ ਤਾਂ ਨਹੀਂ ਗਿਆ ਬਲਜੀਤ ਆਪਾਂ ਕਿਹੜਾ ਕੋਈ ਚੋਰੀ ਕੀਤੀ ਹੈ ਮੈਂ ਗੱਲ ਕਰਦਾ ਇਹਦੇ ਨਾਲ ਵੀਰੇ ਮੰਨ ਲਈ ਦੀ ਹੁੰਦੀ ਹੈ ਮੇਰੇ ਮੁੰਡੇ ਦੀ ਮਾਂ ਤਾਂ ਰੱਬ ਨੇ ਪਹਿਲਾਂ ਹੀ ਚੱਕ ਲਈ ਸੀ ਕਿਤੇ ਅੱਜ ਪਿਓ ਨਾ ਜਗਾ ਦੀ ਓਏ ਵੀਰੇ ਗੱਲ ਸੁਣ ਬਲਜੀਤ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਯਾਰ ਮੈਂ ਵੀ ਉਹੀ ਗੱਲ ਕਰਨਾ ਮੈਂ ਕੁਛ ਨਹੀਂ ਸੁਣਨਾ ਚਾਹੁੰਦਾ ਸਾਡੀ ਇੱਜ਼ਤ ਨਾਲ ਖੇਡ ਰਿਹਾ ਉਹ ਲਾਨਤ ਹੈ ਤੇਰੀ ਯਾਰੀ ਤੇ ਬਲਜੀਤ ਮੈਨੂੰ ਨਹੀਂ ਪਤਾ ਸੀ ਕਿ ਅਮਨ ਦਾ ਵਿਆਹ ਤੇਰੇ ਨਾਲ ਹੋ ਰਿਹਾ ਹੁਣ ਪਤਾ ਚੱਲ ਗਿਆ ਨਾ ਹਾਂ ਪਰ ਇਹ ਉਹੀ ਕੁੜੀ ਹੈ ਜਿਹਦੇ ਨਾਲ ਮੇਰਾ ਸਾਖ ਹੋਇਆ ਸੀ ਜੇ ਮੈਂ ਜੇਲ੍ਹ ਨਾ ਗਿਆ ਹੁੰਦਾ ਅੱਜ ਵਿਆਹ ਹੋਇਆ ਹੋਣਾ ਸੀ ਮੇਰਾ ਇਹਦੇ ਨਾਲ ਵਿਆਹ ਹੋਇਆ ਤਾਂ ਨਹੀਂ ਨਾ ਉਹੀ ਤਾਂ ਮੈਂ ਕਹਿ ਰਿਹਾ ਤੇਰਾ ਵਿਆਹ ਹੋਇਆ ਤਾਂ ਨਹੀਂ ਨਾ ਅਮਨ ਨੂੰ ਉੱਥੇ ਜਾਣ ਦੇ ਜਿੱਥੇ ਉਹ ਖੁਸ਼ ਰਹੇ ਤੇ ਮੇਰਾ ਕੀ
सारा पिंड जानता क्या साडा व्याह है। लोकी दो दिन बोल के चुप कर जाएंगे। अमन प्यार मेरे नाल करती है। तू ये सोच के तेरे व्याह कराने तो बाद भी जो तेरी ना हुई फिर मैं टाइम सिर जेल पहुंचना है। मैनू जान दे भीरे। ठीक है जा, पर अमन तेरे नाल नहीं जाऊगी। अमन तो मेरे नाल ही जाऊगी। जे अमन नू तेरे नाल ही भेजना हुंदा ना तो 1.5 साल पहले ना भेज देंदा। मतलब मैं अमन नू तेरे नालों ज्यादा प्यार करता। ओजना भाई कुड़ी वेखण गया सी, छुआरा लवा के आया कि नहीं है? नहीं यार, गल सिरे नहीं चढ़ी। इहनू ते ना होवी, कुड़ी तुहानू पसंद है, तुसी रिश्ता भेज दिओ। अमन जरनैल नाल खुश है। पर उत्थे तां ना हो गई सी जी। पहले जरनैल ने ना कीती सी, फिर दोहां ने व्याह करन दा मन बना लिया। इहदे करके तेरे ढोल च फीम रखवाई सी। मिल गई जनाब। देखो जी, जरनैल वाला होया तां माड़ा, जे तुसी चाहो तो मैं इस रिश्ते लई हले भी तैयार। पैसा बहुत देना सी इन्हें, रात अटैक आ गया। चलो कर्जदारा तो खड़ा था छुट्टिया। बापू जी कर्जदार कितने जान देंगे, लै गए ना अगले लाश नू किडनियां बेच के पैसे पूरे करेंगे। भाई मेरे
पीछे बदमाश पे तेन भी ढालेंगे। आ गया होर भरा, माफ करी यार मेरे करके तेनू इन्ना कुछ सहना पै रहा। की गल करती भरा, तू तो जिथे कहेंगा तेरे लिए खड़े हैं, बस बैठे नू ना कहीं। क्यों? चलो चलो ठीक है। सुरंग पट्टी है जी, एक दिन ना चली ना, मैं हूं गरंटी लाके सुरंगा पढ़ना नाले, ये आप नहीं बंद हुई, किसी ने मेरे किते कराए थे मिट्टी पाई है। हुण मेरे कैदी वीरो, मेरे समझ नहीं आ रहा,
मैं की बोला मेरे समझ नहीं आ रहा मैं की बोला। अरे सच्चों समझ नहीं आ रहा मैं की बोला। हुण स्पीच हाथ विच मेरा मेरा मतलब है हुण गल हाथ विच है हुण तुसी सारे जाने खुल के गल्ला कर सकते हो। मैनू पता है जेल दे विच जिंदगी कटनी बहुत औखी है साडी सरकार दी एक कोशिश रहूगी जेल दे विचों चंगे बरतारे वाले कैदियों नू एक एक करके जल्द तो जल्द रिहा किया जाए। दुख है सानू इस गल का कि तुहाडे आदमी तुहानू छड़ के चले गए सानू खाण नू पैंदे है तुहाडे नंगे सिर ते सफेद कपड़े पर तुसी फिक्र ना करो साडी सरकार तुहाडे नाल खड़ी है तुहाडे पिछों किसी का भी दुबारे ब्याह कराउण दा विचार होवे तां सरकार तुहाडे लई मुंडे लभ के देवेगी। मुंडे लभ के आखिर आदमी ही आदमी दे कम आउंदा है। मैनू पता है तुसी बहुत लेट हो अज तुहाडे पिछों मैनू झांसी की राणी नजर आ रही है मदर ट्रेसा नजर आ रही है पीटी उषा नजर आ रही है परमात्मा ने यह सिर्फ तुहानू ही बख्शिश की है कि तुसी अपने पेट में 9 महीने बच्चे नू रख सकती हो। परमात्मा ने बख्शिश तुहानू की है मैनू पता सच हासो हीना होंदा पर भीरो मेरी गल सुनो मैनू लाइटली ना लो तुसी जदो भी रिहा हो के इत्थों अपने घरे जाना अपनियां धीआं भैणां मतावां नू यही गल कहनी है सरकार वल्लों भरावो यह जे बेवकूफ मंत्री दे मरे ते कोई बैन पाण ना जाए लोकी वोटां पाण पता नहीं किवें चले जांदे कंपैशनेट ग्राउंड ते मंत्री जो बने आ ओ की हुंदे सिंपथी कोटे च जिवें तेरे प्यो मरन तों बाद तैनूं नौकरी मिली आ ना। मेरे कैदी वीरो अज मैं तुहाडा ज्यादा समां नहीं लैणा भावें मैनूं इस गल दा पता है कि तुसीं वेहले हो हुण मैं जेलर साहब नूं दरखास्त करांगा कि जिहड़े अज दो कैदी जेल दे विचों रिहा किए जाने हैं उन्हां नूं मंच दे उत्ते बुलाया जावे जरनैल सिंह तरसेम लाल। तुसी फिर ऐ करो जदों आ गया सानू बुला लियो। मानयोग जेल मंत्री साहब ते मेरे कैदी वीरो इस तो पहला कि सच्चाई सब दे सामने आवे मैं अपना हुण तक दा क्लीन रिकॉर्ड आप सब दे सन्मुख पेश करना चाहांगा। कुछ वरे पहला साडी जेल दे विच रामलीला होया करदी सी लक्ष्मण मूर्छा वाले दिन हनुमान बने कैदी ने संजीवनी बूटी लैण दे बहाने ऐसी उडारी मारी कि दशहरा भी टप गया पर प्यो दा पुत वापस ना परत्या। फिर असी अपनी जेल दा ट्रैक रिकॉर्ड ठीक करने लई फैसला किया कि अगर तो साड़ी जेल दे विच लक्ष्मण जी नूं जो हुंदा हो जावे
पर हनुमान जी संजीवनी बूटी लैन जेल तो बाहर नहीं जाणगे। जिवें मंत्री जी कह रहे सी कि मैनू समझ नहीं आ रही मैं की बोलां, मैनू समझ तो आ रही है मैं की बोलां पर यह समझ नहीं आ रही कि मैं किवें बोलां। इन्हां 20 सालां दी नौकरी विच मेरी हमेशा कोशिश रही है कि इस वर्दी ते कोई दाग ना लग जावे, बस नाती धोती रह गई ते उत्ते मक्खी बह गई। किवें फरोला मैं अपने दिल दे जज्बातां नूं ते दर्दां नूं, मुकदी गल की 100 गल्लां दीआं 2-3 गल्लां। इन्हां रिहा होण वाले दोहां कैदियां नूं मैं अपने बच्चियां वांगू प्यार कीता, पर इन्हां ना शुक्रिया ने मेरे नाल मतराए प्यो वाली कीती, मेरी वर्दी अलाउ नहीं करती। नहीं अज इस मुबारक मौके ते मैं ऐसी गल बोणी सी, ऐसी गल बोणी सी कि ना दोहां कैदियां दे घरदियां ने आके मिन्नतां करनियां सी, असंभव अपने कैदी विच मामा भैणां खड़ीसण दी लोड़। डांग ना कुछ नहीं होना, मैं करके देख चुका, ए दिल कन नहीं टपी जानी, सब खत्म हो गया है यार। कुछ खत्म नहीं होया, छाल तो मारनी पड़नी है। जनरल कोई होर राल लभना पड़ा है, तू तो सुनया कदे किसी नू इन्नी की डांग ना लेनी उच्ची छाल मारदे होए? नहीं सुनया, पर सुनया तो ए भी नहीं है कि जेड़ी कुड़ी ने जिस मुंडे नू व्याह ली ना करती हुए बाद चो उसे ना घरों भज गया। सुनिया तो यह भी नहीं है कि एक प्यो अपने पुत नू मिलन लई बारी बारी जेल तो भजन की कोशिश करता रहे ते हर नाकामयाब कोशिश तो बाद भी हार ना मने। तू हार मनी नहीं ना, तरसेम लाल हर कम पहली बारी आपा ही किया है। एक कंध जिहड़ी पहला किसी ने नहीं टप्पी इनू भी पहली बारी असीं टप्पांगे। तेरे मुंडे ने हजे सिर्फ पढ़ना सीखे ना, हसना खेडना जीना सब कुछ सीख जो तेरे बगैर। ते तू भी किसी होर नाल ब्याह करा के रोंदी रही मेथों बगैर। जे रिहा होके बाहर निकलना अंदर जाना ही पैना, वेख ले किते तेरा डर तेरे पुत दी खुशियां नू मार ना दे। जिदन कानून तेनू बेकसूर कहूंगा ना ओदन असी मन्नांगे कि तू बेकसूर है। मैं हुण तेरे नाल उदों ही जाऊंगा जदों तू जेल चो रिहा होके आएगा। सत श्री अकाल। शाबाश मेरे शेरो, जी आया नू अज तुसी जेलर जलौर सिंह जौल दी इज्जत मिट्टी चिरोण तो बचा ली। देर आए दुरुस्त आए। ओए पतंदरो, इन्हां ते 21 साल मेरी मां औलाद नू नहीं तरसी जिन्ना 4 घंटे तुसी मैनू तरसा के रखता। मंत्री जी, ये दोवें इन्ने जिद्दी ने अज सवेर दी रट लाई हुई सी, अखे असी तां जी मंत्री जी दे सामने जिमनास्ट करके दिखाउणी, कलाबाजी पाके दिखाउणी, बथेरा समझाया भाई भरावो मंत्री जी जेल मंत्री ने, कोई खेल मंत्री नहीं, पर कितने हटते पाके दिखाई। ओए मूर्खो, हुण तां कलाबाजी पाउंदे इन्हां दे पैरां च गिरे हो, जे कितने लैंडिंग इधर उधर हो जाती मंत्री जी तां सदा लई उधर हो जाते। खैर
हुण मैं बेनती करूंगा साडे सत्कारयोग मंत्री सरदार बहादुर सरदार सतपाल जी मंडेर नूं कि अज विसाखी दे विशेष अवसर ते इन्हां दोहां कैदियां नूं रिहा करन। जोरदार ताड़ियां। मेरे समझ नहीं आ रहा मैं हुण की बोलां। मेहरबानी जी, मेरे सच्चे समझ नहीं आ रहा मैं हुण की बोलां। ਕਿੰਨਾ ਟੈਲੈਂਟ ਭਰਿਆ ਪਿਆ ਸਾਡੀਆਂ ਜੇਲ੍ਹਾਂ 'ਚ ਬਈ, ਕਮਾਲ ਦਾ ਜੰਪ ਮਾਰਿਆ ਕੈਦੀਆਂ ਨੇ। ਟੈਲੈਂਟ ਕਾਹਦਾ, ਕੈਦੀ ਬਾਹਰੋਂ ਅੰਦਰ ਆਏ ਸੀ। ਜੰਪ ਲਾਉਣ ਲਈ ਕੈਦੀਆਂ ਨੂੰ ਭੱਜਣਾ ਪੈਂਦਾ ਹੈ, ਭੱਜਣ ਲਈ ਜੇਲ੍ਹ 'ਚ ਜਗ੍ਹਾ ਕਿੱਥੇ ਹੈ? ਇਸ ਕਰਕੇ ਕੈਦੀ ਜੇਲ੍ਹ ਦੇ ਬਾਹਰੋਂ ਭੱਜ ਕੇ ਜੰਪ ਮਾਰ ਕੇ ਅੰਦਰ ਆਏ ਨੇ। ਵੈਰੀ ਸਿੰਪਲ। ਉਹ ਕੈਦੀ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਸੀ, ਐਨ ਮੌਕੇ 'ਤੇ ਆਏ ਨੇ। ਜੇਲਰ ਦਾ ਰੰਗ ਨਹੀਂ ਸੀ ਦੇਖਿਆ, ਕਿਵੇਂ ਉੜਿਆ ਹੋਇਆ? ਕੀ ਸਬੂਤ ਹੈ ਤੁਹਾਡੇ ਕੋਲ? ਸਬੂਤ ਜਿੰਨੇ ਕਹੋਗੇ ਇਕੱਠੇ ਕਰ ਦਾਂਗਾ, ਪਰ ਗੱਲ ਆਪਣੇ 'ਤੇ ਆਉਣੀ ਹੈ। ਹੁਣ ਚਾਹੇ ਸਿਫਾਰਸ਼ ਜੇਲਰ ਨੇ ਕੀਤੀ ਸੀ, ਪਰ ਰਿਹਾਈ ਦਾ ਕੇਸ ਤਾਂ ਆਪਾਂ ਪਾਸ ਕੀਤਾ। ਸਮਝਿਆ ਕਰੋ। ਕਿਉਂ ਸਮਝਾਂ ਮੈਂ? ਸਮਝਣ ਨੂੰ ਸਮਝਾਉਣ ਨੂੰ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਨੂੰ ਆਪਣੇ ਨਾਲ ਤਾਂ ਰੱਖਿਆ ਹੋਇਆ ਜੀਤਾ ਜੀ। ਆਪਣਾ ਕੰਮ ਕੀਤਾ, ਬਾਕੀ ਆਪ ਹੀ ਸਮਝੂਗਾ ਜੀਤਾ। ਚਲੋ, ਹੁਣ ਤਾਂ ਰਿਹਾ ਹੋ ਗਿਆ ਤੇਰੇ ਡੈਡੀ, ਚੱਲੇਗਾ ਨਾ ਮੇਰੇ ਨਾਲ? ਮਾਫ਼ ਕਰੀ ਪੁੱਤ, ਅਸੀਂ ਐਵੇਂ ਤੈਨੂੰ ਗਲਤ ਸਮਝਦੇ ਰਹੇ। ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਜੀ, ਮੈਂ ਐਵੇਂ ਤੁਹਾਡੇ ਮੁੰਡੇ 'ਤੇ ਸ਼ੱਕ ਕਰੀ ਗਿਆ। ਹਾਲਾਂਕਿ ਕਈ ਵਾਰੀ ਮੇਰੇ ਮਨ 'ਚ ਆਇਆ ਕਿ ਜੇ ਇਹਦੇ ਕੋਲ 2 ਕਿਲੋ ਅਫੀਮ ਹੁੰਦੀ, ਇਹਨੇ ਕਿੰਨੀ 'ਚ ਥੋੜ੍ਹਾ ਪਾਉਣੀ ਸੀ, ਇਹਨੇ ਆਪ ਛੱਕ ਜਾਣੀ ਸੀ। ਚੱਲ ਛੱਡ ਪੁੱਤ, ਅੰਤ ਭਲੇ ਦਾ ਭਲਾ। ਉਹ ਤਾਂ ਠੀਕ ਹੈ ਜੀ, ਪਰ ਜੇ ਤੁਹਾਡੀ ਕੁੜੀ ਨੇ ਪਹਿਲੀ ਵਾਰੀ 'ਚ ਵਿਆਹ ਲਈ ਹਾਂ ਕਰਤੀ ਹੁੰਦੀ ਤਾਂ ਹੀ ਭਲਾ 1.5 ਸਾਲ ਪਹਿਲਾਂ ਹੋ ਜਾਣਾ ਸੀ। ਚਲੋ ਹੁਣ ਚੱਲੀਏ ਕਿ ਸਾਡੇ ਲਾਵਾ ਫਿਰ ਇੱਥੇ ਜੇਲ੍ਹ 'ਚ ਹੀ ਕਰਨੇ ਨੇ? ਹੈ ਜੀ, ਬੋਲੋ। ਜੇਲਰ ਸਾਹਿਬ, ਤੁਸੀਂ ਝੂਠ ਬੋਲ ਕੇ ਸਾਨੂੰ ਗਲਤ ਕਹਿੰਦੇ ਕਿਉਂ ਮਿਲਾਏ? ਆਲਸ ਵੈਲ ਦੈਟ ਐਂਡਸ ਵੈਲ। ਮਤਲਬ? ਮਤਲਬ ਖੂਹ 'ਚ ਪਾਓ ਇਸ ਗੱਲ ਨੂੰ। ਨਾਲੇ ਜੇ ਇੱਕ ਝੂਠ ਬੋਲਣ ਨਾਲ ਕਿਸੇ ਦਾ ਘਰ ਵਸਦਾ ਹੋਵੇ, ਉਹ ਝੂਠ ਸੱਚ ਤੋਂ ਵੀ ਵੱਡਾ ਹੁੰਦਾ। ਪਰ ਤੁਸੀਂ ਕਿਹਦਾ ਘਰ ਵਸਾਉਣ ਲੱਗੇ ਸੀ? ਪੂਰੇ 21 ਸਾਲ ਮੇਰੀ ਮਾਂ ਔਲਾਦ ਨੂੰ ਤਰਸਦੀ ਰਹੀ ਤੇ ਮੈਂ ਤੁਹਾਨੂੰ ਜੀ। ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਬਹੁਤ ਪਿਆਰ ਕਰ ਲਿਆ ਮੈਂ ਇਹਨਾਂ ਕੈਦੀਆਂ ਨੂੰ, ਪਰ ਇਹਨਾਂ ਨੇ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਉਠਾਇਆ। ਇਸ ਕਰਕੇ ਅੱਜ ਮੈਂ ਫੈਸਲਾ ਲੈ ਲਿਆ ਕਿ ਆਪਣੇ ਵਾਈਫ ਦੇ ਹਿੱਸੇ ਦਾ ਪਿਆਰ ਇਹਨਾਂ ਕੈਦੀਆਂ ਤੋਂ ਵਾਪਸ ਲੈ ਕੇ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਦੇ ਦਿਆਂ। ਮੈਂ ਸਮਝੀ ਨਹੀਂ। ਸਮਝਦਾਰ ਜਨਾਨੀਆਂ ਨਾਲ ਜ਼ਿੰਦਗੀ ਕੱਟਣੀ ਕਿਤੇ ਸੌਖੀ ਪਈ ਆ, ਤਾਂ ਹੀ ਤਾਂ ਤੁਸੀਂ ਮੈਨੂੰ ਚੰਗੇ ਲੱਗਦੇ ਹੋ। ਚਾਚਾ ਜੀ, ਇਦਾਂ ਦੇ ਫੈਸਲੇ ਚਾਚੇ ਨੂੰ ਆਪੇ ਕਰਦੇ ਆ ਜਾਂ ਮਾਪੇ ਕਰਦੇ ਆ? ਉਧਰ ਕੀ ਵੇਖਦੀ ਆ, ਤੇਰੀ ਮਾਂ ਲੱਗਦੀ ਆ? ਯੂ ਮਿਸਟਰ ਜੌਹਰ। ਯੂ ਮਿਸਟਰ ਜੌਹਰ। ਧੂੜੀ ਤੰਦ ਸਾਂਭਾੜੀ ਵਿੱਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਸ਼ੇਰ ਗੱਜਦਾ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।